सत श्री अकाल भी मित्रो बेलियो ते हणियो पहुंच चुके हैं तुहाडे विच। बिलकुल जी, तुहाडा प्रोग्राम दिल दीआं गल्लां लैके अमरीक देओल हाजर है जी टोरोंटो तो शो लैके ते नाल अपने जिद्दां कि हर संडे नूं तुहानूं पता ही है टॉक शो ते हुंदा है ते इस करके अपने नाल हरमनजोत सिद्धू वीर जी भी जुड़े ने ते मैं कहां मलोट वालिओ सत श्री अकाल। सत श्री अकाल अमरीक भाई ते मेरे वालों सुन रहे सारे देसी वर्ल्ड रेडियो दे लिसनर नूं प्यार भरी हाथ जोड़ के सत श्री अकाल। इन्हां नूं भी दस दिए जी कि फिर अज अपना टॉक शो हुंदा दिल खोल के बोल ते मेरे नाल फिर अमरीक दिओल भाई जुड़े हुए आ ते अगे दी कारवाई फिर दसो अमरीक भाई जी। ਬਈ ਕਾਰਵਾਈ ਹਰਮਨਜੋਤ ਵੀ ਅੱਜ ਆਪਾਂ ਸਪੈਸ਼ਲ ਜੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿੱਦਾਂ ਕਿ ਆਪਣੇ ਲਿਸਨਰਾਂ ਨੂੰ ਪਤਾ ਵੀ ਆਪਾਂ ਤਾਂ ਵੀ ਮਿੱਤਰੋ 24 ਘੰਟੇ ਮਿਊਜ਼ਿਕ ਚੱਲਣ ਵਾਲੀ ਗੱਲਬਾਤ ਹੈ ਤੇ ਮਿਊਜ਼ਿਕ ਨਾਲ ਜੁੜੀਆਂ ਸ਼ਖਸੀਅਤਾਂ ਨਾਲ ਤੁਹਾਨੂੰ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਤੇ ਆਪਣੀ ਇਸੇ ਕੋਸ਼ਿਸ਼ ਦੇ ਵਿੱਚ ਆਪਾਂ ਹੁਣ ਲੜੀ 'ਚ ਚੱਲਦੇ ਹੋਏ ਇੱਕ ਬਿਲਕੁਲ ਜੀ ਉੱਭਰ ਰਹੇ ਸਟਾਰ ਕਹਿ ਲਓ ਜੀ ਫਿਊਚਰ ਦੇ ਤੇ ਵੈਸੇ ਤਾਂ ਬਣ ਚੁੱਕੇ ਨੇ ਸਟਾਰ ਤੇ ਬੜੀ ਮਕਬੂਲੀਅਤ ਹੈ ਜੀ ਪੰਜਾਬੀ ਮਤਲਬ ਮਿਊਜ਼ਿਕ ਇੰਡਸਟਰੀ 'ਚ ਹੁਣ ਤੇ ਆਪਣੇ ਅੱਗੇ ਵੀ ਵੀਰ ਦੇ ਅੱਗੇ ਪ੍ਰੋਜੈਕਟ ਵਗੈਰਾ ਆ ਰਹੇ ਨੇ ਤੁਹਾਨੂੰ ਉਹਨਾਂ ਨਾਲ ਕਰਾਵਾਂਗੇ ਜੀ ਅੱਜ ਗੱਲਾਂ ਬਾਤਾਂ ਤੇ ਲੈ ਕੇ ਆਵਾਂਗੇ ਉਹਨਾਂ ਨੂੰ ਆਪਣੇ ਨਾਲ ਤੁਹਾਡੀ ਵੀ ਗੱਲਬਾਤ ਕਰਵਾਵਾਂਗੇ ਤੇ ਕੋਸ਼ਿਸ਼ ਕਰਾਂਗੇ ਤੁਹਾਡੀ ਵੀ ਉਹਨਾਂ ਨਾਲ ਰੂਬਰੂ ਸਿੱਧਾ ਰਾਬਤਾ ਕਰਵਾਈਏ ਤੇ ਆਪਣੇ ਸਵਾਲ ਆਪਣੀਆਂ ਗੱਲਾਂ ਬਾਤਾਂ ਤੁਸੀਂ ਉਹਨਾਂ ਨਾਲ ਕਰ ਸਕਦੇ ਹੋ ਤੇ ਮੈਂ ਕਿਹਾ ਹਰਮਨਵੀਰ ਨਾਮ ਤਾਂ ਫਿਰ ਗਾਣੇ ਤੋਂ ਬਾਅਦ ਚ ਹੀ ਲਈਏ। ਬਿਲਕੁਲ ਜੀ, ਪਹਿਲਾਂ ਆਪਾਂ ਗਾਣਿਆਂ ਸੁਣਾਵਾਂਗੇ ਇਹਨਾਂ ਨੂੰ ਤੇ ਫਿਰ ਗੱਸ ਕਰ ਹੀ ਲੈਣਗੇ ਤੇ ਇੱਕ ਸਭ ਨੂੰ ਜੀ ਇੱਕ ਵਾਰੀ ਮੈਂ ਸਾਰਿਆਂ ਨੂੰ ਦੱਸ ਦਿੰਦਾ ਕਿ ਜੇ ਤੁਸੀਂ ਵੀ ਹਿੱਸਾ ਲੈਣਾ ਜੀ ਗੱਲਬਾਤ ਕਰਨੀ ਆ ਆਪਣੇ ਸਪੈਸ਼ਲ ਗੈਸਟ ਨਾਲ ਤੇ ਕਿਵੇਂ ਕਰ ਸਕਦੇ ਹੋ ਮੈਂ ਨੰਬਰ ਤੁਹਾਨੂੰ ਕਨਫਰਮ ਕਰਾ ਦਿੰਦਾ ਜੀ ਆਪਣੇ ਜਿਹੜੇ ਹੈਗੇ ਆ ਜੀ ਨੰਬਰ ਤੇ ਸਭ ਤੋਂ ਪਹਿਲਾਂ ਨੋਟ ਕਰ ਲਓ ਜੀ ਆਪਣਾ US ਦਾ ਨੰਬਰ ਹੈਗਾ ਜਿਹੜਾ 916-226-4442 ਸੋ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ USA ਦਾ ਨੰਬਰ ਆ ਤੇ ਜਿਹੜੇ ਆਸਟ੍ਰੇਲੀਆ ਤੋਂ ਲੋਕਲ ਕਾਲ ਕਰਨਾ ਚਾਹੁੰਦੇ ਆ ਆਸਟ੍ਰੇਲੀਆ ਲਈ ਲੋਕਲ ਨੰਬਰ ਹੈਗਾ 08610244422 ਸੋ ਇਸ ਨੰਬਰ ਤੇ ਆਸਟ੍ਰੇਲੀਆ ਵਾਲੇ ਕਾਲ ਕਰ ਸਕਦੇ ਜੀ ਤੇ ਜਿਨ੍ਹਾਂ ਨੇ UK ਤੋਂ ਕਾਲ ਕਰਨੀ ਆ ਫਿਰ ਲੋਕਲ ਨੰਬਰ ਤੇ UK ਵਾਲੇ ਲਈ ਨੰਬਰ ਹੈਗਾ ਜੀ 1916454422 ਤੇ UK ਵਾਲੇ ਇਸ ਨੰਬਰ ਤੇ ਕਰ ਸਕਦੇ ਤੁਸੀਂ ਜੀ ਕਾਲ ਸਾਨੂੰ ਤੇ ਸਕਾਈਪ ਦੇ ਉੱਤੇ ਵੀ ਫ੍ਰੀ ਕਾਲ ਕਰ ਸਕਦੇ ਜੀ ਸੋ ਸਕਾਈਪ ਆਈਡੀ ਹੈਗੀ ਹੈ ਦੇਸੀ ਵਰਲਡ ਰੇਡੀਓ ਦੇ ਨਾਮ ਤੇ ਬਿਨਾਂ ਕਿਸੇ ਸਪੇਸ ਤੋਂ ਛੋਟੇ ਅੱਖਰਾਂ ਚ ਟਾਈਪ ਕਰਨਾ ਜੀ ਉੱਥੇ ਕਾਲ ਕਰ ਸਕਦੇ ਹੋ ਤੇ ਫੇਸਬੁੱਕ ਦੇ ਉੱਤੇ ਵੀ ਕਾਲ ਕੀਤੀ ਜਾ ਸਕਦੀ ਹੈ ਜੀ ਫੇਸਬੁੱਕ ਦੀ ਆਈਡੀ ਹੈਗੀ ਆ ਦੇਸੀ ਵਰਲਡ ਰੇਡੀਓ @gmail.com ਸੋ ਇਹਦੇ ਉੱਤੇ ਰਿਕੁਐਸਟ ਕਰ ਲਓ ਜਿਹੜੇ ਨਹੀਂ ਐਡ ਹੈਗੇ ਤੇ ਇਹਦੇ ਉੱਤੇ ਕਾਲ ਕਰਕੇ ਵੀ ਸਾਡੇ ਤੱਕ ਕਾਲਾਂ ਸੁਣ ਸਕਦੇ ਹੋ ਤੇ ਜਿਨ੍ਹਾਂ ਕੋਲੇ ਜੀ ਫਿਰ ਹੈਗੀ ਆ ਇੰਟਰਨੈਟ ਦੀ ਪ੍ਰੋਬਲਮ ਤੇ ਉਹਨਾਂ ਨੇ ਲਾਈਵ ਸੁਣਨਾ ਜੀ ਆਪਣੀ ਇੰਟਰਵਿਊ ਤੇ ਉਹਨਾਂ ਲਈ ਨੰਬਰ ਹੈਗਾ ਜੀ +1832551501 ਸੋ ਇਸ ਨੰਬਰ ਤੇ ਡਾਇਲ ਕਰਕੇ ਇੰਟਰਨੈਟ ਦਾ ਜੀ ਇੰਟਰਨੈਟ ਤੋਂ ਬਿਨਾਂ ਜੀ ਸੁਣ ਸਕਦੇ ਇੰਟਰਵਿਊ ਪੂਰੀ ਤੇ ਹਾਂਜੀ ਅਮਰੀਕ ਦਿਓਰ ਬਾਈ ਜੀ ਮੈਂ ਕਿਹਾ ਵੀਰ ਜੀ ਮੈਂ ਇੱਕ ਜ਼ਰੂਰੀ ਗੱਲ ਜਿਹੜੀ ਅੱਜ ਦੱਸ ਦਵਾਂ ਆਪਣੇ ਲਿਸਨਰਾਂ ਨੂੰ ਜਿੱਦਾਂ ਕਿ ਤੁਹਾਨੂੰ ਦੱਸਿਆ ਵੀ ਰੂਬਰੂ ਆਪਾਂ ਰਾਬਤਾ ਕਰਾਵਾਂਗੇ ਤੁਹਾਡਾ ਆਪਣੇ ਸਟਾਰ ਗੈਸਟ ਜਾਨੀ ਕਿ ਹੋਸਟ ਜਿਹੜੇ ਸਾਡੇ ਨਾਲ ਆਏ ਨੇ ਤੇ ਪਰ ਪਹਿਲਾਂ ਗੱਲ ਦੱਸ ਦਵਾਂ ਅੱਜ ਰਿਕੁਐਸਟ ਵੀਰ ਆਪਾਂ ਕਿਸੇ ਦੀ ਨਹੀਂ ਲੈਣੀ ਆ ਸੰਡੇ ਟਾਕ ਸ਼ੋ ਚ ਨਹੀਂ ਲੈਂਦੇ ਅੱਜ ਤਾਂ ਸਪੈਸ਼ਲ ਆਪਣੀ ਵੀਰ ਨਾਲ ਇੰਟਰਵਿਊ ਆ ਤੇ ਤੁਹਾਨੂੰ ਉਹਨਾਂ ਦੇ ਆਏ ਹੋਏ ਟਰੈਕਸ ਜਿੰਨੇ ਵੀ ਨੇ ਉਹਨਾਂ ਨਾਲ ਕਰਾਵਾਂਗੇ ਰੂਬਰੂ ਪਰ ਮੈਂ ਇੱਕ ਗੱਲ ਦੱਸ ਦਿਆਂ ਪਲੀਜ਼ ਸਾਨੂੰ ਰਿਕੁਐਸਟ ਲਈ ਕੋਈ ਨਾ ਕਾਲ ਕਰਿਓ ਜੇ ਕਿਸੇ ਨੇ ਕਾਲ ਕਰਨੀ ਆ ਆਪਾਂ ਪਹਿਲੇ ਅੱਧੇ ਘੰਟੇ ਲਾਈਨਾਂ ਬੰਦ ਰਹਿਣਗੀਆਂ ਤੇ ਉਸ ਤੋਂ ਬਾਅਦ ਜਦੋਂ ਆਪਾਂ ਲਿਸਨਰ ਲਈ ਲਾਈਨਾਂ ਖੋਲਾਂਗੇ ਤੇ ਤੁਸੀਂ ਆਪਣੇ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਪਹਿਲਾਂ ਬਹੁਤ ਹੀ ਮਕਬੂਲ ਗਾਣਾ ਕਿ ਜਿਹੜਾ ਸਭ ਤੋਂ ਜ਼ਿਆਦਾ ਪਿਆਰ ਦਿੱਤਾ ਤੁਸੀਂ ਉਹਨੂੰ ਆਪਾਂ ਪਲੇ ਕਰਦੇ ਹਾਂ ਤੇ ਜਿਨ੍ਹਾਂ ਜਿਨ੍ਹਾਂ ਨੇ ਕਰ ਲਿਆ ਗੈਸ ਉਹਨਾਂ ਦੇ ਲੱਗਣਗੇ ਜੀ ਇਨਾਮ ਜਾਨੀ ਕਿ ਲੋਟਰੀ ਪਹਿਲੀ ਗੱਲਬਾਤ ਉਹਨਾਂ ਨਾਲ ਕਰਾਵਾਂਗੇ ਵੀਰ ਦੀ ਤੇ ਬਾਕੀ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਨੂੰ ਵੀ ਆਪਾਂ ਇਸ ਉੱਭਰ ਦੇ ਸਿਤਾਰੇ ਦੇ ਤੁਹਾਨੂੰ ਗੱਲਬਾਤ ਸੁਣਾਵਾਂਗੇ ਤੇ ਉਮੀਦ ਕਰਾਂਗੇ ਤੁਸੀਂ ਪੂਰੀ ਕੈਸਟ ਵੀ ਇੱਕ ਵਾਰੀ ਜਿਹੜਾ ਸੁਣ ਲੈਂਦਾ ਬਾਅਦ ਚ ਬੰਦ ਨਹੀਂ ਕਰਦਾ ਤੇ ਮੈਂ ਤਾਂ ਬਹੁਤ ਸੁਣਿਆ ਜਦੋਂ ਦੀ ਵੀਰ ਦੀ ਟੇਪ ਆਈ ਹੈ ਗਾਣੇ ਮੈਂ ਕਿਹਾ ਪਲੇ ਲਿਸਟ ਚ ਹੀ ਰਹਿੰਦੇ ਆ ਪੱਕੇ ਤੇ ਕਰੋ ਫਿਰ ਮਿੱਤਰੋ ਪਹਿਲਾ ਟਰੈਕ ਇੰਜੋਏ ਸਾਡੇ ਸ਼ੋਅ ਦੀ ਸਟਾਰਟ ਹੈ ਜੀ ਤੇ ਇਸ ਤੋਂ ਬਾਅਦ ਮਿਲਦੇ ਆ ਜੀ ਫਿਰ ਆਪਣੇ ਦੇਸੀ ਵਰਲਡ ਜਾਨੀ ਕਿ ਤੁਹਾਡੇ ਆਪਣੇ ਦੇਸੀ ਵਰਲਡ ਰੇਡੀਓ ਤੇ ਕਰੋ ਇੰਜੋਏ ਤੇ ਫਿਰ ਆਨੇ ਆਪਾਂ ਜੀ ਆਪਣੇ ਸਟਾਰ ਗੈਸਟ ਨੂੰ ਲੈ ਕੇ ਮਿੱਤਰੋ ਜਿਹੜਾ ਲੁੱਟ ਕੇ ਜ਼ਮਾਨਾ ਜਾਵੇ ਖਾਂ ਵੀ ਨਵੇਂ ਪਰਵਾਹ ਉਹ ਜਿਹੜਾ ਲੁੱਟ ਕੇ ਜ਼ਮਾਨਾ ਜਾਵੇ ਖਾਂ ਨੀ ਤੂੰ ਲੱਗੇ ਸੋਨ ਚਿੜੀ ਵਰਗੀ ਨੀ ਤੂੰ ਲੱਗੇ ਸੋਨ ਚਿੜੀ ਵਰਗੀ ਕਿਤੇ ਮੌਜ ਦੇ ਨਾ ਹੱਥ ਜਾਈਆਂ
ਵੱਖਰੀ ਹੀ ਪਾਰਟੀ ਬਣਾ ਕੇ ਬਹਿ ਗਿਆ ਪਤਾ ਲੱਗਦਾ ਨਾ ਕਾਕਾ ਕਿਹੜੇ ਰਾਹ ਪੈ ਗਿਆ ਉਹ ਲਿਆ ਬਖਦਾ ਵੀ ਰੰਗ ਬਦਲਾ ਬਿਲਕੁਲ ਜੀ ਕਹਿੰਦੇ ਹੋਈਏ ਇੰਨੇ ਵੀ ਨਾ ਬੇਪਰਵਾਹ ਜਿਹੜਾ ਲੁੱਟ ਕੇ ਜਮਾਨਾ ਖਾਵੇ ਖਾ ਤੇ ਵੈਸੇ ਤਾਂ ਤੁਹਾਨੂੰ ਵੀ ਮਿੱਤਰੋ ਰੇਡੀਓ ਤੇ ਰੋਜ਼ ਆਪਣੇ ਹਰਮਨ ਜੋਤ ਸਿੱਧੂ ਦੀ ਆਵਾਜ਼ ਚ ਏਦਾਂ ਗਾਣੇ ਸੁਣਨੇ ਪੈਂਦੇ ਆ ਜਦੋਂ ਗਾਣਾ ਖਤਮ ਹੁੰਦਾ ਪਰ ਅੱਜ ਬਿਲਕੁਲ ਨੀ ਹੋਊਗਾ ਏਦਾਂ ਕਿਉਂਕਿ ਜਿਹੜੇ ਵੀ ਸਜਾਲਪੁਰੀ ਜੀ ਕਹਿੰਦੇ ਨੇ ਸਾਡੀ ਬਾਂਹ ਫੜ ਲੈ ਤੇ ਉਹ ਆਪਣੇ ਨਾਲ ਬਿਲਕੁਲ ਮੌਜੂਦ ਨੇ ਜੀ ਇਸ ਟਾਈਮ ਤੇ ਆਪਾਂ ਕਰਾਵਾਂਗੇ ਤੁਹਾਨੂੰ ਰੂਬਰੂ ਆਪਣੇ ਅਮਰ ਸਜਾਲਪੁਰੀ ਵੀਰ ਆ ਤੇ ਕਹਿੰਦੇ ਇਹਨਾਂ ਨੇ ਪਹਿਲਾਂ ਤਾਂ ਤੁਹਾਨੂੰ ਵੀ 2011 ਚ ਦਿੱਤੇ ਸੀ ਦਰਸ਼ਨ ਕਹਿੰਦੇ ਡੈਬਿਊ ਟਰੈਕ ਕੱਢਿਆ ਸੀ ਇੱਕ ਪਾਸੇ ਦਿਲ ਆ ਮੇਰੀ ਤਨਹਾਈ ਆ ਬਹੁਤ ਮਸ਼ਹੂਰ ਹੋਇਆ ਸੀ ਤੇ ਕਹਿੰਦੇ ਆਸ਼ਕਾ ਉਸ਼ਕਾਂ ਦੇ ਤਾਂ ਫਿਰ ਆਪਣੇ ਬਾਹਰੇ ਹੀ ਯਾਨੀ ਕਿ ਕਹਿੰਦੇ ਦਿਲ ਤੇ ਲੱਗੀ ਸੀ ਗੱਲ ਤੇ ਉਸ ਤੋਂ ਬਾਅਦ ਫਿਰ ਵੀਰ ਜੀ ਨੇ ਕਮਬੈਕ ਕੀਤੀ ਸੀ 2012 ਦੇ ਵਿੱਚ ਰੈਡ ਅਲਰਟ ਐਲਬਮ ਦੇ ਨਾਲ ਤੇ ਅੱਜ ਆਪਣੇ ਨਾਲ ਜੁੜੇ ਨੇ ਤੇ ਬਿਲਕੁਲ ਜੀ ਤੁਹਾਡੇ ਨਾਲ ਰੂਬਰੂ ਕਰਾਵਾਂਗੇ ਮੈਂ ਕਿਹਾ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਫੇਰ ਬਾਈ ਜੀ ਸਵਾਗਤ ਹੈ ਤੁਹਾਡਾ ਪਹਿਲਾਂ ਤਾਂ ਦੇਸੀ ਵਰਲਡ ਰੇਡੀਓ ਦੇ ਵਿੱਚ ਮੇਰੇ ਵੱਲੋਂ ਵੀ ਬਹੁਤ ਬਹੁਤ ਸਵਾਗਤ ਤੁਹਾਡਾ ਜੋ ਤੁਸੀਂ ਅੱਜ ਲਾਈਵ ਸਰੋਤਿਆਂ ਦੇ ਰੂਬਰੂ ਕਰ ਰਹੇ ਹੋ ਤੇ ਬੇਸਿਕ ਮਤਲਬ ਆਪਣੇ ਬਾਰੇ ਗੱਲਬਾਤ ਕੋਈ ਦੱਸਣੀ ਚਾਹੋ ਜਿੱਥੇ ਤੇ ਯਾਨੀ ਕਿ ਲਾਈਨਾਂ ਜੀ ਖੋਲ ਦਈਏ ਤੁਹਾਡੇ ਲਈ ਵੀਰ ਬੇਸਿਕ ਤੇ ਖੁੱਲੀਆਂ ਕਿਤਾਬਾਂ ਹੀ ਆਪਾਂ ਬੇਸਿਕ ਮੇਰਾ ਨਵਾਂ ਸ਼ਹਿਰ ਜਿਹੜਾ ਆ ਅੱਛਾ ਜੀ ਤੇ ਉੱਥੇ ਲਾਗੇ ਹੀ ਨਵਾਂ ਸ਼ਹਿਰ ਦੇ ਕਰੀਬ ਚੰਡੀਗੜ੍ਹ ਰੋਡ ਤੇ ਨਿੱਕਾ ਜਿਹਾ ਪਿੰਡ ਆ ਸਜਾਲਪੁਰ ਸਜਾਵਲਪੁਰ ਵੈਸੇ ਤਾਂ ਪਰ ਸ਼ਾਰਟਕਟ ਸਜਾਲਪੁਰ ਕਹਿੰਦੇ ਨੇ ਲੋਕ ਅੱਛਾ ਤੇ ਉੱਥੋਂ ਦੀ ਆਪਣੀ ਪੈਦਾਇਸ਼ ਹੈ ਤੇ ਇੱਥੇ ਜੰਮੇ ਖੇਡੇ
ਇੱਥੇ ਪ੍ਰਾਇਮਰੀ ਸਕੂਲ ਚ ਪੜ੍ਹਦਾ ਰਿਹਾ ਪੰਜਵੀਂ ਤੱਕ। ਅੱਛਾ ਜੀ, ਮਤਲਬ ਆਪਣੇ ਪੰਜਾਬ ਦੇ ਜਿਹੜੇ ਪੂਰੇ ਤਰ੍ਹਾਂ ਦੇ ਬੇਸਿਕ ਸਕੂਲ ਆ ਉੱਥੋਂ ਪੜ੍ਹ ਕੇ ਆਏ ਹੋ ਜੀ? ਹਾਂਜੀ, ਉੱਥੇ ਪੜ੍ਹਿਆ 5 ਸਾਲ ਤੇ ਉਸਦੇ ਬਾਅਦ ਮੈਂ ਨਵਾਂ ਸ਼ਹਿਰ ਆਦਰਸ਼ ਬਾਲ ਵਿਦਿਆਲਿਆ, ਕਾਫੀ ਫੇਮਸ ਸਕੂਲ ਆ ਨਵਾਂ ਸ਼ਹਿਰ ਚ। ਹਾਂਜੀ ਵੀਰ ਜੀ, ਫਿਰ ਉੱਥੇ ਕੀਤੇ ਨੇ 5 ਸਾਲ ਤੇ ਫਿਰ ਬਾਅਦ ਚ ਇਟਲੀ ਆ ਗਏ, ਫਿਰ ਤੇ ਇੱਥੇ ਹੀ ਆ। ਅੱਛਾ ਜੀ, ਤੇ ਵੀਰ ਜੀ ਆਪਾਂ ਇਟਲੀ ਤਾਂ ਮਤਲਬ ਫੈਮਿਲੀ ਦੇ ਨਾਲ ਹੀ ਗਏ ਆ ਕਿ ਆਪਣਾ ਸਿੰਗਲ? ਫੈਮਿਲੀ ਦੇ ਨਾਲ ਆਇਆ, ਫੈਮਿਲੀ ਦੇ ਨਾਲ। ਅੱਛਾ ਜੀ, ਮਤਲਬ ਸਾਰੀ ਫੈਮਿਲੀ ਉੱਥੇ ਹੀ ਸੈਟਲ ਨੇ? ਹਾਂਜੀ, ਫਿਰ ਇੱਥੇ ਆ ਕੇ ਵੀ ਸਟੱਡੀ ਕੀਤੀ 3 ਸਾਲ ਹੋਟਲ ਮੈਨੇਜਮੈਂਟ ਦਾ। ਅੱਛਾ ਜੀ, ਤੁਰਕੇ ਲੈਣੇ ਸਿੱਖੇ। ਬਿਲਕੁਲ ਜੀ, ਮੈਂ ਕਿਹਾ ਹਰਮਨਜੋਤ ਵੀਰ ਬੈਠਾ ਮਲੋੜ ਦੇ ਵਿੱਚ, ਤੈਨੂੰ ਵੀ ਲੱਗ ਜੇ ਪਤਾ ਵੀ ਬਾਹਰ ਆ ਕੇ ਤੜਕੇ ਹੀ ਲਾਉਣੇ ਪੈਂਦੇ ਆ। ਤੇ ਬਿਲਕੁਲ ਜੀ, ਬਿਲਕੁਲ ਇਹ ਤਾਂ ਹੈਗਾ ਜੀ। ਤੇ ਮੇਰੇ ਵੱਲੋਂ ਵੀ ਇੱਕ ਵਾਰੀ ਫਿਰ ਤੋਂ ਸਤਿ ਸ੍ਰੀ ਅਕਾਲ ਅਮਰਵੀਰ ਜੀ ਤੁਹਾਨੂੰ, ਤੇ ਬਹੁਤ ਬਹੁਤ ਸਵਾਗਤ ਕਰਦੇ ਜੀ ਆਪਣੇ ਰੇਡੀਓ ਦੇ ਵਿੱਚ। ਤੇ ਮੈਂ ਕਿਹਾ ਹੁਣ ਅਮਰੀਕ ਬਾਈ ਆਪਾਂ ਨਾ ਜਿਆਦਾ ਹੁਣ ਟਾਈਮ ਨੀ ਲਾਉਣਾ ਗਾ, ਕਿਉਂਕਿ ਜਿਹੜੇ ਲਿਸਨਰ ਆ ਉਹ ਵੀ ਪੈ ਜਾਂਦੇ ਹੋਣਗੇ ਕਾਲੇ, ਤੇ ਆਪਾਂ ਵੀ ਕੁਸ਼ਚਨ ਕਰਨੇ ਆ ਬਾਈ ਨੂੰ ਪੁੱਟ ਪੂਰੇ, ਤੇ ਹੁਣ ਆਪਾਂ ਤੋਰੀਏ ਹੌਲੀ ਹੌਲੀ ਗਾਂ ਵੀ। ਤੇ ਮੈਂ ਕਿਹਾ ਬਿਲਕੁਲ ਜੀ, ਗੱਲਬਾਤ ਨੂੰ ਅੱਗੇ ਵਧਾਵਾਂਗੇ ਵੀਰ ਦੇ ਨਾਲ, ਤੇ ਪੂਰੀਆਂ ਗੱਲਾਂ ਬਾਤਾਂ ਦੀ ਲੜੀ ਜੋੜਾਂਗੇ। ਤੇ ਆਪਾਂ ਪਹਿਲਾ ਮੌਕਾ ਜਿੱਦਾਂ ਵੀ ਮਿੱਤਰੋ ਤੁਹਾਨੂੰ ਕਿਹਾ ਸੀ ਵੀ ਲੋਟਰੀ ਲੱਗਣੀ ਹੈ, ਤੇ ਮੈਂ ਆਪਣੇ ਵੱਲੋਂ ਦਰਿਆ ਦਿਲ ਹੋ ਕੇ ਹਰਮਨਜੋਤ ਸਿੱਧੂ ਦੀ ਲੋਟਰੀ ਲਾਤੀ ਹੈ ਪਹਿਲੀ। ਤੇ ਹਰਮਨਜੋਤ ਸਿੱਧੂ ਬਈ, ਪਹਿਲਾ ਸਵਾਲ ਸ਼ੋ ਦਾ ਤੇਰਾ, ਤੇ ਉਸ ਤੋਂ ਬਾਅਦ ਅੱਗੇ ਗੱਲਾਂ ਬਾਤਾਂ ਚਲਾਵਾਂਗੇ। ਤੇ ਕਰਦੇ ਫਿਰ ਬਈ ਆਪਣੇ ਸਵਾਲ ਦੀ ਸ਼ੁਰੂਆਤ, ਜਾਣੀ ਕਿ ਆਪਾਂ ਮਿੱਤਰੋ ਸਾਰੇ ਵੀਰ ਦੇ, ਤੇ ਇਸ ਕਰਕੇ ਪਹਿਲਾ ਫਿਰ ਹਰਮਨਜੋਤ ਸਿੱਧੂ, ਦੂਜਾ ਮੈਂ ਪੁੱਛੂ ਫਿਰ। ਜਰੂਰ ਜੀ, ਜਰੂਰ। ਤੇ ਹਾਂਜੀ ਅਮਰਵੀਰ ਜੀ, ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਕਿ ਜਿਹੜੀ ਆ ਤੁਹਾਡੀ ਸਿੰਗਿੰਗ ਲਾਈਫ ਵਾਲਾ ਤੁਹਾਡਾ ਰੁਝਾਨ ਸੀਗਾ, ਜਾਂ ਸਿੰਗਿੰਗ ਲਾਈਫ ਵਿੱਚ ਤੁਸੀਂ ਹੁਣ ਆ ਗਏ ਹੋ, ਤੁਹਾਡਾ ਸ਼ੌਂਕ ਸ਼ੁਰੂ ਤੋਂ ਕਿਵੇਂ ਪਿਆਸ ਲਾਈਨ ਵੱਲ? ਸ਼ੁਰੂ ਤੋਂ ਪਹਿਲਾਂ ਤੇ ਹੈ ਨਹੀਂ ਸੀ 12-13 ਸਾਲ ਤੱਕ। ਅੱਛਾ ਜੀ, ਲੋਕੀ ਕਹਿੰਦੇ ਨਾ ਮੈਂ ਬਚਪਨ ਦਾ ਸ਼ੌਂਕ ਹੈ, ਚਲੋ ਹੁੰਦਾ ਤਾਂ ਬਚਪਨ ਹੀ ਆ। ਤੇ ਉਹਦੇ ਬਾਅਦ ਏਦਾਂ ਹੀ ਬਸ ਗਾਣੇ ਗੁਣੇ ਸੁਣਦੇ ਸੀ ਲੋਕਾਂ ਦੇ। ਅੱਛਾ ਅੱਛਾ ਜੀ, ਤੇ ਇੱਕ ਦਿਨ ਦਿਮਾਗ ਚ ਆਈ, ਮੈਂ ਕਿਹਾ ਚਲੋ ਲਾਈਨਾਂ ਜੋੜ ਕੇ ਦੇਖਦੇ ਆ ਕੀ ਨਿਕਲਦਾ। ਅੱਛਾ ਜੀ, ਤੇ ਤੁਹਾਡੀ ਲਿਖਣਾ ਸ਼ੁਰੂ ਕਰਤਾ? ਅੱਛਾ ਜੀ, ਚਲੋ ਬਹੁਤ ਵਧੀਆ। ਤੇ ਤੁਹਾਡੀ ਪਹਿਲਾਂ ਇਸ ਵਿੱਚ ਮਿਊਜ਼ਿਕ ਵਾਲੇ ਪਾਸੇ ਤੁਹਾਡੀ ਫੈਮਿਲੀ ਚ ਵੀ ਕੋਈ ਪਹਿਲਾਂ ਹੈਗਾ, ਤੇ ਜਾਂ ਤੁਸੀਂ ਪਹਿਲਾਂ ਹੀ ਹੋ ਅਜੇ? ਮੈਂ ਪਹਿਲਾਂ ਹੀ ਹਾਂ ਅਜੇ ਤਾਂ। ਅੱਛਾ ਜੀ, ਤੁਸੀਂ ਤੇ ਤੁਹਾਨੂੰ ਜੀ ਤੁਸੀਂ ਕਿਸ ਤੋਂ ਵੀ ਤੁਹਾਨੂੰ ਲੱਗਿਆ ਹੋਵੇ, ਕਿਸ ਤੋਂ ਤੁਸੀਂ ਪ੍ਰੇਰਿਤ ਹੋਏ ਹੋ ਵੀ ਸਿੰਗਿੰਗ ਲੈਣ ਵਾਲਾ ਸੁਣ ਕੇ, ਤੁਸੀਂ ਕਿਸ ਨੂੰ ਆਪਣਾ ਗੁਰੂ ਮੰਨਦੇ ਹੋ ਜੀ ਇਸ ਲਾਈਨ ਦੇ ਵਿੱਚ? ਪ੍ਰੇਰਿਤ ਮੈਂ ਬੱਬੂ ਮਾਨ ਬਾਈ ਜੀ, ਮਾਨ ਸਾਹਿਬ ਜੀ, ਬਿਲਕੁਲ ਜੀ। ਤੇ ਮੈਂ ਉਸ ਤੋਂ ਬਾਅਦ ਗੁਰਦਾਸ ਮਾਨ ਸਾਹਿਬ। ਹਾਂਜੀ ਹਾਂਜੀ, ਉਹਨਾਂ ਨੂੰ ਸੁਣਦਾ ਰਿਹਾ ਕਾਫੀ। ਤੇ ਜ਼ਿਆਦਾਤਰ ਮੈਂ ਪਹਿਲਾਂ ਪੜ੍ਹਨਾ ਸ਼ੁਰੂ ਕੀਤਾ ਸੀ, ਜਿੱਦਾਂ ਮੈਂ ਸ਼ਿਵ ਕੁਮਾਰ ਬਟਾਲਵੀ ਐਂਡ ਸੁਰਜੀਤ ਪਾਤਰ ਬੁੱਕਸ ਪੜ੍ਹਦਾ ਰਿਹਾ, ਤੇ ਫਿਰ ਮੈਂ ਲਿਖਣ ਦਾ ਇਸ ਤਰ੍ਹਾਂ। ਉਹ ਤੋਂ 16 ਸਾਲ ਦੀ ਉਮਰ ਚ ਮੈਂ ਕਿਤਾਬ ਲਿਖੀ ਸੀ ਗਮ ਦਾ ਸਾਗਰ। ਪੰਜਾਬੀ ਸਾਹਿਤ .com ਮਿਲੇਗੀ, ਤੇ ਬਾਕੀ ਹੈਗੀ ਕਾਫੀ ਬੁੱਕ ਸਟੋਰ ਤੇ ਹੈਗੀ ਆ ਪੰਜਾਬ ਚ। ਤੇ ਉਹ ਮਤਲਬ ਕਵਿਤਾਵਾਂ ਇਕੱਠੀਆਂ ਕੀਤੀਆਂ ਜਾਂ ਕੁਛ ਹੋਰ ਵੀ ਗੱਲਬਾਤ ਲਿਖੀ ਹੈ ਵੀਰ ਜੀ? ਉਹਦੇ ਵਿੱਚ ਕਵਿਤਾਵਾਂ ਸੀ, ਗੀਤ ਵੀ ਸੀ, ਤੇ ਕੁਛ ਖੁੱਲੀਆਂ ਖੁੱਲੇ ਖਿਆਲਾਤ ਵੀ ਸੀ। ਤੇ ਬਿਲਕੁਲ ਜੀ, ਮੈਂ ਕਿਹਾ ਵੀਰ ਜੀ ਗੱਲ ਫਿਰ ਇਹ ਨਵੀਂ ਪਤਾ ਲੱਗੀ ਹੈ ਜਿਹੜੀ ਕਿ ਅਮਰ ਸਜਾਲਪੁਰੀ ਬਾਰੇ ਵੀ। ਮਿੱਤਰੋ ਤੁਹਾਨੂੰ ਪਤਾ ਨੀ ਹੋਣੀ ਹੈ, ਅਸੀਂ ਦੱਸ ਦਈਏ ਵੀ ਗਮਾਂ ਦਾ ਸਾਗਰ ਹੈ ਵੀਰ ਜੀ ਨਾਮ। ਹਾਂਜੀ ਹਾਂਜੀ, ਗਮ ਦਾ ਸਾਗਰ। ਤੇ ਗਮ ਦਾ ਸਾਗਰ ਹੈ ਜੀ, ਬਿਲਕੁਲ ਕਿਤਾਬ ਵੀ ਲਿਖੀ ਆਪਣੇ ਵੀਰ ਨੇ। ਤੇ ਹੁਣ ਤੁਸੀਂ ਕਹੋਗੇ ਵੀ ਜਿਹੜੇ ਫੇਮਸ ਆਰਟਿਸਟ ਨੂੰ ਤੁਸੀਂ ਆਪਣੇ ਨੂੰ ਸੁਣਦੇ ਹੋ ਤੇ ਗੱਡੀਆਂ ਚ ਵਜਾਉਂਦੇ ਹੋ ਵੀ ਕਿਤਾਬਾਂ ਲਿਖਦੇ, ਤੇ ਡੂੰਗੀ ਗੱਲਬਾਤ ਵੀਰ ਨੇ ਕੀਤੀ ਸੀ ਕਹਿੰਦੇ ਬੱਬੂ ਮਾਨ ਦੇ ਨਾਲ ਕੀਤੀ ਸ਼ੁਰੂਆਤ ਕਲਾਕਾਰੀ ਦੀ। ਤੇ ਮੈਂ ਕਿਹਾ ਵੀ ਤੁਸੀਂ ਜਿਹੜਾ ਵੀਰ ਜੀ ਮਤਲਬ ਸਭ ਤੋਂ ਜ਼ਿਆਦਾ ਤੁਹਾਨੂੰ ਕੀ ਪਸੰਦ ਹੈ ਆਪਣੇ ਮਤਲਬ ਜਿੱਦਾਂ ਪ੍ਰੋਫੈਸ਼ਨ ਚ? ਹੁਣ ਤੁਸੀਂ ਦੱਸਿਆ ਕੰਪੋਜ਼ਿੰਗ ਵੀ ਕਰਦੇ ਹੋ, ਤੁਸੀਂ ਸਿੰਗਿੰਗ ਵੀ ਕਰਦੇ ਹੋ, ਰਾਈਟਿੰਗ ਵੀ ਕਰਦੇ ਹੋ, ਤੇ ਸਭ ਤੋਂ ਜ਼ਿਆਦਾ ਦਿਲ ਦੇ ਨੇੜੇ ਕੀ ਚੀਜ਼ ਹੈ ਤੁਹਾਡੇ? ਸਭ ਤੋਂ ਜ਼ਿਆਦਾ ਦਿਲ ਦੇ ਨੇੜੇ ਲਿਖਣੀ, ਜਦੋਂ ਨਵਾਂ ਗੀਤ ਲਿਖਦਾ ਉਹ ਇੱਕ ਨਵੇਂ ਬੱਚੇ ਨੂੰ ਜਨਮ ਦੇਣ ਵਾਲੀ ਗੱਲ ਹੁੰਦੀ ਹੈ। ਸੋ ਸਭ ਤੋਂ ਪਹਿਲਾਂ ਆਪਣੇ ਤੁਹਾਡੇ ਰਹਿਣ ਚ ਆਉਂਦਾ ਉਹ ਕੰਪੋਜ਼, ਜਦੋਂ ਤੁਸੀਂ ਇਸਨੂੰ ਗਾਉਂਦੇ ਹੋ ਕਿਸੇ ਨੇ ਨਹੀਂ ਸੁਣੀ ਹੁੰਦੀ, ਚਲੋ ਬਾਅਦ ਚ ਅਸੀਂ ਰਿਕਾਰਡ ਕਰਦੇ, ਸਾਡੇ ਤੇ ਕਈ ਵਾਰ ਕੰਨਾਂ ਚ ਪੈਂਦੀ, ਫਿਰ ਚਲੋ ਚੀਜ਼ ਪੁਰਾਣੀ ਹੋਈ, ਪਰ ਜਦੋਂ ਨਵਾਂ ਨਵਾਂ ਗੀਤ ਲਿਖਦੇ ਉਦੋਂ ਸਭ ਤੋਂ ਬਹੁਤ ਖੁਸ਼ੀ ਹੁੰਦੀ। ਹਾਂਜੀ, ਕਹਿੰਦੇ ਵੀ ਜਿੱਦਾਂ ਕਈ ਆਪਣੇ ਪੰਜਾਬੀ ਦੇ ਅੰਮ੍ਰਿਤਾ ਪ੍ਰੀਤਮ ਵੀ ਹੋਏ ਨੇ ਜਿਨ੍ਹਾਂ ਨੇ ਕਹਿੰਦੇ ਵੀ ਸ਼ਬਦਾਂ ਦੇ ਕਹਿੰਦੇ ਤਾਣੇ ਬਾਣੇ ਨੂੰ ਬੁਣਦੇ ਹੋਏ ਆਪਣੀ ਜ਼ਿੰਦਗੀ ਦੀ ਕਹਾਣੀ ਲਿਖ ਜਾਂਦੇ ਨੇ। ਤੇ
ਆਪਾਂ ਕਲਮ ਦਾ ਬਹੁਤ ਸਤਿਕਾਰ ਕਰਦੇ ਆਂ ਵੀਰ ਜੀ ਤੇ ਆਪਾਂ ਐਵੇਂ ਹੁਣ ਇੱਕ ਗਾਣਾ ਫਿਰ ਤੁਹਾਡਾ ਜਾਨੀ ਕਿ ਤੁਸੀਂ ਵੈਸੇ ਡੂੰਘਾ ਪੜ੍ਹੇ ਹੋ ਜਿੱਦਾਂ ਕਿ ਆਪਣਾ ਸ਼ਿਵ ਕੁਮਾਰ ਨੂੰ ਪੜ੍ਹਿਆ ਹੈ ਸੁਰਜੀਤ ਪਾਤਰ ਨੂੰ ਪੜ੍ਹਿਆ ਤੇ ਫਿਰ ਆਹ ਆਪਣੇ ਨਵੇਂ ਜਿਹੜੇ ਗਾਣੇ ਨਵੇਂ ਜ਼ਮਾਨੇ ਦੇ ਇਹ ਲਿਖਣ ਦੀ ਪ੍ਰੇਰਣਾ ਕਿੱਧਰੋਂ ਹੋਈ ਫਿਰ ਇਹ ਜੀ ਦੇਖੋ ਮਿਊਜ਼ਿਕ ਇੱਕ ਫੈਸ਼ਨ ਇੱਕ ਟ੍ਰੈਂਡ ਹੈ ਵੀ ਹਾਂਜੀ ਹੁਣ ਪਹਿਲਾਂ ਅੱਜ ਤੋਂ ਕਾਫੀ ਸਾਲ ਪਹਿਲਾਂ ਖੁੱਲੀਆਂ ਪੈਂਟਾਂ ਰਵਾਜ਼ ਸੀ ਬੋਟਮ ਕਹਿੰਦੇ ਹਾਂਜੀ बिलकुल फिर वीर जी आप गाना आया अत दे शौकीन मैं फिर ओ गाने दे फिर हुण नवे ट्रेंड दे विच ही गिण जाइए उहनू बेपरवाह तां आपां कह सकदे आ कि बड़ी डूंगी लिखणी है बेपरवाह दी तां सोशल गीत सी ओ हांजी ते ओ सोशल सी गल्लबात ते वैसे लोकां ने बहुत पासे नूं भी लिया होणा ते आपां हुण तुहाडा जानी कि जिहड़ा कि नवीं जी लिखणी दा मिक्स जिहा करके गल अत दे शौकीन गाना प्ले कर दिंदे आ अपने लिसनर्स ते उस तों बाद फिर आके आपां तुहाडे नाल गल्लां बातां दा सिलसिला लड़ी अगे जोड़ांगे ते मैं कहा हरमन वीर जी दिंदे हो इजाजत बिलकुल जी बिलकुल चलाओ गाने छाने ते फिर आप अगले दी कारवाई अगो गाने तो बाद पाउने आ जी ते बिलकुल जी गाने तो बाद पावांगे मित्रों अगले दी कारवाई बहुत जानी के नवीं गल्लां नवीं देखो भी तुहाडे नाल आर्टिस्ट नूं रूबरू करन दा इह फायदा है कि वीर दी किताब बारे भी पता चलिया ते अगे भी आपां तुहानूं नवीं तों नवीं गल्लां अमर सजालपुरी बारे करांगे जी पता ते जुड़े रहो अपने ਜਾਣੀ ਕਿ ਦੇਸੀ ਵਰਲਡ ਰੇਡੀਓ ਤੇ ਅੱਜ ਤਾਂ ਮਿੱਤਰੋ ਅਮਰ ਸਜਾਲਪੁਰੀ ਵੀਰ ਨੇ ਸਾਡੇ ਨਾਲ ਤੇ ਐਦੀ ਜੁੜੇ ਰਹੋ ਤੇ ਆਪਾਂ ਤੁਹਾਡੀਆਂ ਵੀ ਲਵਾਂਗੇ ਕਾਲਾਂ ਤਦ ਤੱਕ ਲਈ ਸੁਣੋ ਵੀ ਅੱਤ ਦੇ ਸ਼ੌਕੀਨ ਗਾਣਾ ਗਾਣਾ ਬੜਾ ਪਿਆਰਾ ਹੈ ਮਿੱਤਰੋ ਤੇ ਉਮੀਦ ਕਰਦੇ ਤੈਨੂੰ ਪਸੰਦ ਆਊਗਾ ਤੇ ਅੱਜ ਤੋਂ ਬਾਅਦ ਫਿਰ ਐਲਬਮ ਜਾਣੀ ਕਿ ਪਲੇਲਿਸਟ ਚ ਤੁਹਾਡੀ ਚ ਆ ਜਾਣੀ ਹੈ ਵੀਰ ਦੀ ਤੇ ਕਰਦੇ ਆ ਜੀ ਪਲੇ ਸੌਂਗ ਤੇ ਫਿਰ ਮੁੜਦੇ ਆ ਜੀ ਸੌਂਗ ਤੋਂ ਬਾਅਦ ਜੁੜੇ ਰਹੋ ਆਪਣੇ ਤੁਹਾਡੇ ਦੇਸੀ ਵਰਲਡ ਰੇਡੀਓ ਦੇ ਨਾਲ ਸਾਗਰਾਂ ਦੇ ਮਿਣਨੀ ਬਿਨਾ ਵੇਖੇ ਤੇਰੇ ਲੱਕ ਦੇ ਫੁੱਲਾਂ ਲਈਏ ਗਿਣਨੀ ਓਵੇਂ ਨਾ ਤੂੰ ਜਾਣੀ ਵੀ ਬਾ ਸਾਡੀਆਂ ਕਹਾਣੀਆਂ ਪੁੱਛੇ ਬਿਨਾ ਮਿੱਤਰਾਂ ਤੋਂ ਚੜਦਾ ਨਾ ਦਿਨਨੀ ਬਿਨਾ ਬਿਨੋ ਚੁੱਕ ਲਵਾਂਗੇ ਨੀ ਅਸੀਂ ਐਸੀ ਕੋਈ ਚੁੱਕਤ ਬਣਨੀ ਹੱਥ
तेरी मेरी भी हाँ बनूगी कहानी शकीन जेडे आप साडे नाल जुड़े ने अमर सजालपुरी नाल तुहाडे गल्लां बातां दा सिलसिला चल रहा सी ते उस सिलसिले नूं फिर अगे लैके जाने ते इस तों बाद मित्रो मैं दस देवा लाइना तुहाडे लई ओपन हो जाणियां है आह सोंग दे विच विच जानी कि इस सैक्शन च आपां वीर नाल करके गल्लबात लाइना खोल देनी तुसीं कॉलां कर सकदे हो जेड़े भी अपने गलबात करना चाहते हो या कोई भी किसी भी तरह की गलबात अपने वीर नाल सांझी करना चाहते हो तुसीं कर सकदे हो ते तद तक लई फिर आपां पहला वीर नाल गलबात दे सिलसिले नूं अगे वधाउणा चाहते हो ते मैं कहा वीर जी फिर अपनी रेड अलर्ट जिहड़ी तुहाडी टेप आई सी इहदे बारे जानकारी सानूं दिओ जाने कि किन्ने तुहाडे वीडियो आए आ किन्ने तुसीं सोंग मतलब हजे मकबूल कर रहे हो या अगे तैयारी है कोई इस एलबम विच 10 गीत सीगे हां जी वीर जी टाइटल मेनू लगता भी पहला भी अपने कुलदीप मानक साहब का हां जी बिलकुल मानक साहब ने जानी के गाने नूं रंगत दित्ती थोड़ा पूरी रीराइट की सिर्फ मतलब जिदा मुखड़ा ही लिया उधर बाकी सारी तुहाडी अपनी है सारा कुछ अपना है मुखड़ा भी सिर्फ एक ओही लाइन है कीड़े पहन के मरेंगी सप लड़ के मित्रां धोखा देनी मित्रां हाँ लग जो हां जी हां जी ते वैसे वैसे इस गाने दे मतलब जिद्दां फिर हुण तुसीं टारगेट दा जानी कि जिहड़े अपने फीमेल लिसनर कहिंदे ओह कहिंदे वी साडे उप्पर गाने लिखे जा रहे आ सारी पंजाबी इंडस्ट्री च जिद्दां वीर जी आपां ट्रेंड नोट कीता वैसे तुसीं तां जिद्दां इक अलग तरह दी सिंगिंग राइटिंग भी करदे हो पढ़ी मतलब तुसीं कवितावां पढ़ियां ते लिखियां भी है जिद्दां कि सानूं अज पता लग्गिया पर जिद्दां अज दी इंडस्ट्री अपनी जिहड़ी चल रही आ ते इहदे च फीमेल ओरिएंटेड जानी कि कॉलेज दीआं कुड़ियां लाइफ ਇਹਨਾਂ ਬਾਰੇ ਸਿੰਗਿੰਗ ਜਾਂ ਲੇਖਣੀ ਸਾਰੀ ਇਹਨਾਂ ਦੇ ਉੱਪਰ ਹੀ ਜਾਨੀ ਕਿ ਹਾਂ ਉਹ ਮੈਂ ਸਮਝਦਾ ਪਰ ਕੀੜੇ ਪੈਣਗੇ ਜੀਤ ਹਰੇਕ ਜਾਨੀ ਕਿ ਉਸ ਇੱਕ ਕੈਟਾਗਰੀ ਹੁੰਦੀ ਜੇ ਕੈਟਾਗਰੀ ਵੀ ਨਹੀਂ ਕਿਸੇ ਇੱਕ ਕੁੜੀ ਲਈ ਉਹ ਸਾਰੀਆਂ ਕੁੜੀਆਂ ਨੂੰ ਨਹੀਂ ਕਹਿ ਰਿਹਾ ਨਾਲ ਕਿਉਂਕਿ ਹਰੇਕ ਕੁੜੀ ਚੀਟਰ ਨਹੀਂ ਹੁੰਦੀ ਜਾਂ ਕੋਈ ਵੀ ਮੁੰਡਾ ਵੀ ਹਰੇਕ ਚੀਟਰ ਨਹੀਂ ਹੁੰਦਾ ਸਾਰਿਆਂ ਨੂੰ ਇੱਕ ਰਸਤੇ ਨਾਲ ਨਹੀਂ ਬੰਨ ਸਕਦੇ ਆਪਾਂ ਬਿਲਕੁਲ ਕਹਿੰਦੇ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਹਾਂਜੀ ਹਾਂਜੀ ਸਾਰਿਆਂ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਇੱਕ ਗੀਤ ਸੀ ਬਾਕੀ ਕਿਸੇ ਨੂੰ ਕੋਈ ਟਾਰਗੇਟ ਨਹੀਂ ਕੀਤਾ ਐਂਡ ਮੈਂ ਕੋਈ ਗਾਣਾ ਕਦੇ ਨਹੀਂ ਗਾਵਾਂਗਾ ਨਾ ਲਿਖਾਂਗਾ ਜੇ ਕਿਸੇ ਨੂੰ ਫੀਮੇਲ ਬਾਹਰ ਜਾਂ ਕੋਈ ਵੀ ਕਿਸੇ ਨੂੰ ਠੇਸ ਪਹੁੰਚੇ ਹਾਂ ਬਿਲਕੁਲ ਵੀਰ ਜੀ ਨਹੀਂ ਤੁਹਾਡੀ ਬਾਕੀ ਲਿਖੜੀ ਜਿੱਦਾਂ ਕਿ ਇਹ ਵੀ ਮਤਲਬ ਜਿੱਦਾਂ ਹੁਣ ਆਪਣੇ ਇੱਕ ਜਦੋਂ ਆਪਾਂ ਗੱਲ ਕਰਦੇ ਆ ਜਦੋਂ ਮਾਨਕ ਸਾਹਿਬ ਹੋਰਾਂ ਦੀ ਤੇ ਜੋ ਮਾਨਕ ਸਾਹਿਬ ਹੋਣੀ ਗਾਤਾ ਉਹ ਤਾਂ ਆਪਾਂ ਇਸ ਗੱਲ ਚ ਮੰਨਦੇ ਨਾ ਕਿ ਫੋਕ ਚ ਹੀ ਆ ਗਿਆ ਆਪਣੀ ਪੁਰਾਣੀ ਸਿੰਗਿੰਗ ਚ ਆ ਗਿਆ ਤੇ ਉਹਨੂੰ ਤੁਸੀਂ ਅੱਗੇ ਦੀ ਗੱਲ ਕੀਤੀ ਆਪਾਂ ਮਤਲਬ ਮੈਂ ਵੈਸੇ ਤੁਹਾਡੇ ਨਾਲ ਹੁਣ ਅੱਜ ਦੀ ਇੰਡਸਟਰੀ ਚ ਜੋ ਹੋ ਰਿਹਾ ਜਿੱਦਾਂ ਕਿ ਪੰਜਾਬੀ ਇੰਡਸਟਰੀ ਚ ਆਪਾਂ ਕਿਸੇ ਨੂੰ ਮਾੜਾ ਤਾਂ ਆਪਾਂ ਕਿਸੇ ਨੂੰ ਚਲੋ ਕਹਿਣਾ ਨੀ ਹੈਗਾ ਹਰੇਕ ਦੀ ਆਪਣੀ ਸਿੰਗਿੰਗ ਆ ਹਰੇਕ ਦਾ ਆਪਣਾ ਗਾਉਣ ਦਾ ਤਰੀਕਾ ਤੇ ਹਰੇਕ ਦੀ ਆਪਣੀ ਆਪਣੀ ਪਹੁੰਚ ਆ ਪਰ ਤੁਹਾਡਾ ਮਤਲਬ ਅੱਜ ਦੇ ਅਜੋਕੇ ਸਿੰਗਿੰਗ ਦੇ ਦੌਰ ਬਾਰੇ ਕੀ ਕਹਿ ਰਹੇ ਮਤਲਬ ਕਿੱਧਰ ਨੂੰ ਜਾ ਰਹੀ ਹੈ ਆਪਣੀ ਇੰਡਸਟਰੀ
मेरे हिसाब ना तो सही जा रही है, बाकी पता नहीं क्योंकि पहला जो हम आप कही अजकल गीतां दी ज्यादा जो ਧੱਬੀ ਸ਼ਬਦਾਵਲੀ ਜਿਹਨੂੰ ਕਹਿੰਦੇ ਆ ਵਲਗਰ ਲੈਂਗੁਏਜ ਜੋ ਹੁੰਦੀ ਨਹੀਂ ਘੱਟ ਗਈ ਹੈ ਬਹੁਤ ਜ਼ਿਆਦਾ। ਤੁਸੀਂ ਪੁਰਾਣੇ ਗੀਤ ਸੁਣੋ ਤੇ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕੀ ਕਹਿ ਗਏ ਉਹ। ਬਿਲਕੁਲ ਵੀਰ ਜੀ ਗੱਲ ਇਹ ਨਾਮ ਨੀ ਲੈਂਦਾ। ਹਾਂਜੀ ਮੈਂ ਜਾਣਦਾ ਜੀ, ਆਪਾਂ ਵੀ ਬਿਲਕੁਲ ਜੀ ਸਭ ਨੂੰ ਪਤਾ ਹੀ ਹੈ। ਤੇ ਇਸ ਗੱਲ ਦੇ ਨਾਲ ਵੀਰ ਜੀ ਇਹ ਗੱਲ ਜੋੜੀ ਜਾਂਦੀ ਹੈ ਕਿ ਅੱਜ ਦੇ ਜਿਹੜੇ ਮਤਲਬ ਅੱਜ ਦੇ ਕਲਾਕਾਰ ਹੈ ਜਿਹੜੀ ਤੁਹਾਡੀ ਪੀੜ੍ਹੀ ਦੇ ਕਲਾਕਾਰ ਹੈ ਇਹਨਾਂ ਦੀ ਪਹੁੰਚ ਬਹੁਤ ਅੱਗੇ ਤੱਕ ਹੈ, ਰੀਚ ਬਹੁਤ ਹੈ, ਪੁਰਾਣੇ ਕਲਾਕਾਰਾਂ ਦੀ ਰੀਚ ਨਹੀਂ ਸੀ ਇੰਨੀ। ਰੀਚ ਭਾਜੀ ਏਦਾਂ ਹੁਣ ਅੱਜ ਕੱਲ ਸੋਸ਼ਲ ਮੀਡੀਆ ਬਹੁਤ ਹੈ, ਫੇਸਬੁੱਕ ਹੈ, ਯੂਟਿਊਬ ਵਗੈਰਾ ਸਾਰਾ ਕੁਛ ਆਨਲਾਈਨ ਬਹੁਤ ਚੱਲਦਾ ਕੰਮ ਮਿਊਜ਼ਿਕ ਦਾ। ਹਾਂ ਜੀ, ਤੇ ਆਪਾਂ ਹੁਣ ਇਸ ਗੱਲ ਨੂੰ ਜਾਣੀ ਕਿ ਲੜੀ ਨੂੰ ਅੱਗੇ ਤੋਰਦੇ ਹੋਏ ਆਪਾਂ ਹਰਮਨ ਵੀਰ ਨੂੰ ਜੋੜਦੇ ਹਾਂ ਵਿੱਚ, ਤੇ ਹਰਮਨ ਵੀਰ ਦੇ ਵਿਚਾਰ ਲੈਣੇ ਤੇ ਸਵਾਲ ਲੈਣੇ, ਤੇ ਮੈਂ ਕਿਹਾ ਆਣ ਦਿਓ ਹਰਮਨ ਵੀਰ ਜੀ ਹੁਣ। ਬਿਲਕੁਲ ਜੀ, ਮੈਂ ਕਿਹਾ ਜਿਹੜਾ ਕੁਛ ਤੁਸੀਂ ਪੁੱਛ ਹੀ ਲਿਆ ਪਹਿਲਾਂ ਜੋ ਮੈਂ ਪੁੱਛਣਾ ਸੀ, ਤੇ ਬਟ ਇੱਕ ਗੱਲ ਪੁੱਛਣਾ ਚਾਹੂੰਗਾ ਜੀ, ਜਿਹੜੀ ਇਹਨਾਂ ਦੀ ਐਲਬਮ ਆਈ ਸੀਗੀ ਰੈਡ ਅਲਰਟ ਜੀ, ਉਹਦਾ ਨਾਂ ਫਿਰ ਰੈਡ ਅਲਰਟ ਤੁਸੀਂ ਕਿਉਂ ਚੂਜ਼ ਕੀਤਾ ਜੀ? ਉਹ ਪਹਿਲਾਂ ਇੱਕ ਟਰੈਕ ਸੀ ਸਾਡੇ ਕੋਲ ਰੈਡ ਅਲਰਟ। ਅੱਛਾ ਜੀ, ਉਹ ਟਰੈਕ ਫਿਰ ਅਸੀਂ ਸਡਨਲੀ ਪਲਾਨ ਚੇਂਜ ਕਰਤਾ ਕਿ ਨਹੀਂ ਪਾਉਣਾ। ਅੱਛਾ, ਤੇ ਇਹਦਾ ਕਰਕੇ ਤੁਸੀਂ ਫਿਰ ਉਹ ਰੈਡ ਅਲਰਟ ਹੀ ਰੱਖਿਆ ਐਲਬਮ ਦਾ ਨਾਮ? ਹਾਂ, ਐਲਬਮ ਦਾ ਨਾਮ ਸੀ ਰੈਡ ਅਲਰਟ ਕਿਉਂਕਿ ਸੌਂਗ ਥੋੜੇ ਵਿੱਚ ਚੱਕ ਲੋ ਰੱਖ ਲੋ ਜਿਹਨੂੰ ਕਹਿੰਦੇ ਪੰਜਾਬੀ, ਥੋੜਾ ਉਹ ਟਾਈਪ। ਅੱਛਾ ਜੀ, ਅੱਛਾ ਕਰਕੇ ਐਲਬਮ। ਮੈਂ ਕਿਹਾ ਜੀ ਹੁਣ ਆਪਾਂ ਫਿਰ ਇੰਟਰਵਿਊ ਦਾ ਸ਼ੁਰੂ ਕਰ ਦਿੱਤਾ ਕੰਮ, ਤੇ ਹੁਣ ਮੈਂ ਕਿਹਾ ਜੀ ਇੱਕ ਵਾਰੀ ਗਾਣਾ ਹੋ ਜੇ ਬੇਪਰਵਾਹ ਤੁਹਾਡੀ ਆਵਾਜ਼ ਦੇ ਵਿੱਚ ਦੋ ਕੁ ਲੈਣਾ, ਤੇ ਮੈਂ ਕਿਹਾ ਸਵਾਦ ਆਜੂਗਾ ਹੁਣ ਪੂਰਾ ਫਿਰ। ਹਾਂਜੀ ਸੁਣਾ ਦਿੰਦੇ ਹਾਂ, ਕੋਈ ਚੱਕ ਨੀ, ਨਵੀਆਂ ਲੈਣਾ ਸੁਣਾਉਂਦੇ ਹਾਂ। ਜਰੂਰ ਜੀ ਆਉਣਗੇ ਫਿਰ। ਉਹ ਗਹਿਣੇ ਪਈ ਆ ਜ਼ਮੀਨ ਪੱਲੇ ਰਿਹਾ ਕੱਖ ਨੀ, ਉਹ ਬਸ ਨਾ ਦੇ ਹੀ ਆਪਾਂ ਹੁਣ ਰਹਿ ਗਏ ਜੱਟਨੀ, ਏਦਾਂ ਭੰਗ ਪਾੜੇ ਰੁਲ ਸਰਦਾਰੀਆਂ ਗਈਆਂ, ਉਹ ਨੇੜੇ ਆਈ ਕੀ ਗਰੀਬੀ ਦੂਰੀ ਆਰੀਆਂ ਗਈਆਂ, ਉਹ ਗਏ ਆਪਣੇ ਹੀ ਭਾਂਡੇ ਵੀ ਵਿਕਾ, ਹੋਈਏ ਇਹਨੇ ਬਿਨਾਂ ਬੇਪਰਵਾਹ, ਉਹ ਜਿਹੜਾ ਲੁੱਟ ਕੇ ਜ਼ਮਾਨਾ ਜਹਾ ਵੇਖਾ। ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਬਾਤ ਆ ਜੀ। ਮੈਂ ਕਿਹਾ ਨਵੀਆਂ ਲੈਣਾ ਐਡ ਕਰਤੀਆਂ ਫਿਰ, ਇਹ ਤਾਂ ਮੈਨੂੰ ਲੱਗਦਾ ਤੁਸੀਂ ਅੱਗੇ ਦੇਗੇ ਲੱਗਦਾ ਨਾ ਦੂਸਰਾ ਵਰਜਨ ਬਣਾ ਦੇਣਾ ਹੁਣ ਲੱਗਦਾ। ਇਹ ਗੀਤ ਜੀ ਮੈਂ ਲਗਾਤਾਰ ਅੱਧਾ ਘੰਟਾ ਗਾ ਸਕਦਾ, ਇਹਦੇ ਮੇਰੇ ਕੋਲ ਇੰਨੇ ਟੱਪੇ ਪਏ ਨੇ, ਮੈਂ ਇੰਨੇ ਟੱਪੇ ਅੱਜ ਤੱਕ ਕਿਸੇ ਗੀਤ ਦੇ ਲਿਖੇ ਨੀ, ਇਹਦੇ ਘੱਟੋ ਘੱਟ ਮੇਰੇ ਕੋਲ 18-20 ਟੱਪੇ ਪਏ ਨੇ। ਵਾਹ ਜੀ ਵਾਹ, ਉਹੀ ਕਹਿੰਦੇ ਨੇ ਜੀ ਇੱਕ ਫਿਰ ਤੁਹਾਨੂੰ ਇਹ ਸੌਂਗ ਦੇ ਨਾਲ, ਕਿਉਂਕਿ ਬਾਕੀ ਲਿਸਨਰ ਜਿੰਨੇ ਵੀ ਸੁਣਦੇ ਆ ਜੀ ਸੌਂਗ ਨੂੰ ਇੰਨਾ ਜ਼ਿਆਦਾ ਪਿਆਰ ਮਿਲਿਆ ਜੀ, ਤੇ ਫਿਰ ਤੁਹਾਨੂੰ ਵੀ ਜਦੋਂ ਗਾ ਕੇ ਖੁਸ਼ੀ ਹੁੰਦੀ ਹੈ ਸੌਂਗ ਨੂੰ, ਤੇ ਫਿਰ ਅੱਗੇ ਹੋਰ ਲਿਖਣ ਨੂੰ ਜੀ ਕਰਦਾ ਵੀ ਇਹਨੂੰ ਹੋਰ ਲੰਮਾ ਕੀਤਾ ਜਾਵੇ, ਹੋਰ ਨਵੇਂ ਚੀਜ਼ ਐਡ ਕੀਤੇ ਜਾਣ। ਲੰਬਾ ਪਹਿਲਾਂ ਤੋਂ ਕਾਫੀ ਪਹਿਲੇ ਗੀਤ ਬਹੁਤ ਵੱਡਾ ਲਿਖਿਆ ਸੀਗਾ, ਜਿੱਦਾਂ ਦੋ ਤਾਂ ਆਪਾਂ 100 ਟੱਪੇ ਚੂਜ਼ ਕਰਕੇ ਆਪਣਾ ਚਲੋ ਆਹ ਗਾ ਲੈਂਦੇ ਹਾਂ, ਤੇ ਕਾਫੀ ਚੀਜ਼ਾਂ ਰਹਿ ਗਈਆਂ ਸੀ। ਬਿਲਕੁਲ, ਇਹ ਤਾਂ ਹੈਗਾ ਜੀ। ਮੈਂ ਤਾਂ ਹੁਣ ਚਲੋ ਤੁਹਾਡਾ ਨਵਾਂ ਟੱਪਾ ਵੀ ਸੁਣ ਲਿਆ ਜੀ ਐਲਬਮ ਵਾਲਾ, ਤੋਂ ਸੁਣੀਦਾ ਸੁਣੀਦਾ। ਤੇ ਅਮਰੀਕ ਬਾਈ ਜੀ, ਫਿਰ ਆਪਾਂ ਹੁਣ ਕਾਲਰਾਂ ਦੀ ਕਾਲ ਲੈਣੀ ਵੀ ਸ਼ੁਰੂ ਕਰੀਏ ਜੀ, ਮੈਂ ਕਿਹਾ ਉਹ ਵੀ ਉਹ ਬੈਠੇ ਹੋਣਗੇ ਪਿਆਰ ਦੇ। ਬਿਲਕੁਲ ਜੀ, ਆਪਾਂ ਵੀਰ ਜੀ ਆਪਾਂ ਇੱਕ ਵੀਰ ਦਾ ਗਾਣਾ ਪਲੇ ਕਰਦੇ ਆ ਨੈਕਸਟ, ਜਾਣੀ ਕਿ ਇਰਾਦਾ ਸੌਂਗ ਹੈ ਆਪਣੇ ਹਰਮਨਜੋਤ ਸਿੱਧੂ ਬਾਈ ਦਾ ਫੇਵਰੇਟ ਜਿਹਾ ਆ, ਤੇ ਮੈਨੂੰ ਕਹਿੰਦਾ ਸੀ ਕਹਿੰਦਾ ਮੇਰੀ ਪਸੰਦ ਦਾ ਗਾਣਾ ਲਾ, ਹੁਣ ਪਿੱਛੇ ਪਾਉਂਦਾ ਸੀ ਰੌਲਾ ਮਿੱਤਰੋ, ਤੇ ਆਪਾਂ ਲਾ ਦਿੱਤਾ ਹਰਮਨਜੋਤ ਸਿੱਧੂ ਦੀ ਪਸੰਦ ਦਾ ਗਾਣਾ। ਤੇ ਮੈਂ ਕਿਹਾ ਹਰਮਨ ਵੀਰ ਹੁਣ ਤੂੰ ਹੋ ਜਾ ਖੁਸ਼ ਕਿਉਂਕਿ ਤੇਰਾ ਗਾਣਾ ਆ ਰਿਹਾ, ਤੇ ਆਪਾਂ ਇਸ ਤੋਂ ਬਾਅਦ ਲਾਈਨਾਂ ਦਿੱਤੀਆਂ ਖੋਲ ਮਿੱਤਰੋ, ਕਾਲਾਂ ਮਾਰ ਸਕਦੇ ਹੋ ਤੁਸੀਂ ਤੇ ਕਰ ਸਕਦੇ ਹੋ ਸਾਡੇ ਨਾਲ ਗੱਲਬਾਤ, ਤੇ ਅਮਰ ਸਜਾਲਪੁਰੀ ਵੀਰ ਨਾਲ, ਤੇ ਮਿਲਦੇ ਆ ਜੀ ਇਸ ਸੌਂਗ ਤੋਂ ਬਾਅਦ, ਜੁੜੇ ਰਹੋ ਆਪਣੇ ਦੇਸੀ ਵਰਲਡ ਰੇਡੀਓ ਦੇ ਨਾਲ। ਨੀ ਮੈਂ ਸੂਈ ਨਾਲੋਂ ਤਿੱਖਾ, ਤੂੰ ਏ ਅੱਗ ਨਾਲੋਂ ਤੱਤੀ, ਨੀ ਮੈਂ ਜੱਟ ਹਾਂ ਦੁਆਬੇ ਦਾ ਤੂੰ ਮਾਲਵੇ ਦੀ ਜੱਟੀ, ਨੀ ਮੈਂ ਸੂਈ ਨਾਲੋਂ ਤਿੱਖਾ, ਤੂੰ ਏ ਅੱਗ ਨਾਲੋਂ ਤੱਤੀ, ਜੇ ਰੱਬ ਤੇਰਾ ਮੇਰਾ ਮੇਲ ਕਰਾ ਦੇਵੇ ਆਏ ਨੀ ਹੋ ਜੂ ਸੋਨੇ ਤੇ ਸੁਹਾਗਾ, ਤੈਨੂੰ ਚੁੱਕਣਾ ਤਲੀ ਤੇ ਜਿੰਦ ਕਰਕੇ ਆਏ ਨੀ ਮੇਰਾ ਬਣਦਾ ਇਰਾਦਾ,
खतरनाक बन रहे ने ते कहिंदे तैनू चुकलां तली ते जिंद धर के भी बिलकुल वीर ने गलबात कर दित्ती पूरी ते अपने नाल हुण मित्रो जिद्दां कि तुहानू दस्सिया सी वी कॉलां लैणियां ते कॉलां दे नाल लिसनर जोड़े ने बिलकुल जी मैं दस दवां संदीप सिंह बई जी दा मैसेज आ रहा कहिंदे आपां वीर नाल गल कर सकदे बिलकुल जी तुहाडे लई जानी कि तुहाडे लई सिर्फ आए ने अपने अमर सुजालपुरी वीर अपने लिसनरां नाल जुड़न दे लई ते कॉलां मार सकदे हो मित्रो लाइनां खोल दित्तियां मैं हुण जिहड़े वी तुसीं कॉल करांगे करावांगे तुहाडी वीर नाल गल बात ते मार लो फटाफट कॉलां अपने पहले कॉलर जानी कि घर दे विचों ही मुंडा बहुत देर दा रौला पा रहा सी कहिंदा मैं करनी वीर नाल गल ते लैके आए अपने वाहिदपुरिया रवि नूं मैं क्या अमरवीर जी आडे लिसनर आने सवाल तुम करना गला बातों का जवाब तैयार हो जी हां जी हां जी लो फिर वाहिदपुरी रवि जी स्वागत है देसी वर्ल्ड रेडियो ते लो जी स्वागत है जी सत श्री अकाल मेरे वालों सारे नु ते सत श्री अकाल अमरवीर सत श्री अकाल जी ते होर वीर जी फिर लो जी मैं ता बड़ी देर दा वेट कर रहा जी मैं क्या कदों गल होगी अपने वीर ना आपां दा बड़ा सुनदे थोड़े सोंग कुछ भी सुना दो सानू मैनू कखा वांगू रोल दिता तेरे शहर दिया राहां कदे दिन खुशी विच लंघ दे ती अज गम दिया गल मेरे बहान प्यार कचहरी विच झूठा पा छड़िया कुछ झूठे चंद गवाने तेरे सिर इल्जाम लखा ही मर दते कुछ तिखिया ती निगाहाने कुछ तिखिया ती निगाहाने मैं क्या वीर जी
ਬਹੁਤ ਬਹੁਤ ਗੱਲ ਜੀ ਬਣਾਤੀ ਤੇ ਵੀਰ ਦੀ ਆਵਾਜ਼ ਤਾਂ ਬਹੁਤ ਸੁਰੀਲੀ ਆ ਤੇ ਵੀਰ ਜੀ ਆਪਾਂ ਕੋਈ ਮਿਊਜ਼ਿਕ ਬਾਰੇ ਜਿੱਦਾਂ ਤੁਸੀਂ ਦੱਸਿਆ ਕਿ ਚੇਟਕ ਤੁਹਾਨੂੰ ਬਾਅਦ ਚ ਲੱਗੀ ਪਹਿਲਾਂ ਲੇਖਣੀ ਬਾਰੇ ਤੁਹਾਡੇ ਸੀਗੇ ਵਿਚਾਰ ਤੇ ਜਾਣੀ ਕਿ ਤੁਹਾਡੇ ਨਾਲ ਫਿਰ ਦੇਬੀ ਮਖਸੂਸਪੁਰੀ ਵਾਲਿਆਂ ਵਾਲੀ ਕੈਟਾਗਰੀ ਚ ਗਿਣੀ ਹੈ ਤੁਹਾਨੂੰ ਹਾਂਜੀ ਹਾਂਜੀ ਜਿਹੜੀ ਮਰਜ਼ੀ ਕੈਟਾਗਰੀ ਚ ਰੱਖ ਲਓ ਬਿਲਕੁਲ ਜੀ ਮੈਂ ਕਿਹਾ ਬੜੇ ਮਕਬੂਲ ਸ਼ਾਇਰ ਨੇ ਪੰਜਾਬੀ ਕਲਾਕਾਰੀ ਦੇ ਤੇ ਵੀਰ ਜੀ ਆਪਾਂ ਫਿਰ ਮਿਊਜ਼ਿਕ ਦੀ ਫਾਰਮਲ ਟ੍ਰੇਨਿੰਗ ਜਾਂ ਮਿਊਜ਼ਿਕ ਦੇ ਕੋਈ ਗੁਰੂ ਜਾਂ ਕੋਈ ਗੱਲਬਾਤ ਕੋਈ ਕਿੱਥੋਂ ਸਿੱਖਿਆ ਤੁਸੀਂ ਮਿਊਜ਼ਿਕ ਮੈਂ ਮਿਊਜ਼ਿਕ ਮਿਊਜ਼ਿਕ ਨਹੀਂ ਸਿੱਖਿਆ ਅੱਛਾ ਜੀ ਬਾਬਾ ਨਾਨਕ ਸਿਖਾਉਣ ਵਾਲਾ ਬਾਕੀ ਤੁਰਦੇ ਫਿਰਦੇ ਤੇ ਸਿੱਖੀ ਜਾਣੇ ਦਿਨ ਪਰ ਦਿਨ ਕੁਛ ਨਾ ਕੁਛ ਨਵਾਂ ਬਿਲਕੁਲ ਜੀ ਕਹਿੰਦੇ ਜ਼ਿੰਦਗੀ ਹਾਂਜੀ 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 ਤੇ ਆਪਾਂ ਫਿਰ ਗੋਡ ਗਿਫਟ ਹੀ ਚੱਲੀ ਪੱਕੇ ਬਾਕੀ ਆਪਣੀ ਗੱਲਬਾਤ ਵਾਹਿਦਪੁਰੀਆ ਰਵੀ ਜਿਨ੍ਹਾਂ ਨੇ ਪਾਈ ਸੀ ਫਰਮਾਇਸ਼ ਸੁਣਨ ਲਈ ਉਹ ਦੱਸੂਗੇ ਵੀ ਹੁਣ ਬੱਗ ਬੱਗ ਹੋ ਗਏ ਸੁਣ ਕੇ ਨਹੀਂ ਪੂਰਾ ਦਿਲ ਤੱਕ ਗੱਲ ਚੱਲ ਗਈ ਆ ਜੀ ਖੁੱਬ ਗਈ ਆ ਤੇ ਮੈਂ ਹੁਣ ਪੂਰੀ ਕਿਤਾਬ ਕਲੀਅਰ ਕਰੂੰਗਾ ਬਾਈ ਜੀ ਜਿੰਨੀ ਵਾਰ ਕਰ ਹੋਈ ਮੇਰੇ ਕੋਲੋਂ ਤਾਂ ਐਨ ਪੂਰੀ ਤੇ ਬਹੁਤ ਸੋਹਣਾ ਲਿਖਿਆ ਜੀ ਮੈਂ ਕਿਹਾ ਹੁਣ ਆਪਾਂ ਫਿਰ ਏਦਾਂ ਵੀਰ ਜੀ ਹੁਣ ਇੱਕ ਦੇ ਜ਼ੋਰ ਤੇ ਗਾਉਣ ਵਾਲੇ ਵੈਸੇ ਆਪਣੇ ਕੋਲ ਫਨ ਸ਼ੈਲੀ ਆਪਾਂ ਕਲਾਕਾਰ ਰੱਖੇ ਨੇ ਹਰਮਨਜੋਤ ਸਿੱਧੂ ਹਰਮਨਜੋਤ ਜੀ ਤੁਸੀਂ ਵੀ ਦੱਸੋ ਕੁਛ ਕੀ ਕਰਨਾ ਚਾਹੋਗੇ ਤੁਸੀਂ ਅੱਗੇ ਬਿਲਕੁਲ ਜੀ ਬਿਲਕੁਲ ਫਿਰ ਫੰਡ ਛਾਨਣ ਵਾਲੇ ਤਾਂ ਬਾਈ ਜਿੰਨੇ ਇਕੱਠੇ ਮਰਜ਼ੀ ਕਰ ਲਓ ਪਰ ਜਿਹੜੇ ਆ ਸੁਰਾਂ ਵਾਲੇ ਇਹ ਲੱਭਣੇ ਬਹੁਤ ਔਖੇ ਹੁੰਦੇ ਆ ਜਿਵੇਂ ਆਪਣੇ ਅਮਰ ਸੁਜਾਲਪੁਰੀ ਬਾਈ ਜੀ ਜੋ ਆਪਾਂ ਚੁਣ ਕੇ ਲਿਆਂਦਾ ਅੱਜ ਸਭ ਦੇ ਲਈ ਤੇ ਬਾਕੀ ਵੀ ਹੁਣ ਇੱਕ ਵਾਰੀ ਫਿਰ ਮੈਂ ਸਾਰਿਆਂ ਨੂੰ ਦੱਸ ਦੇਵਾਂ ਜੀ ਕਿ ਲੈਣਾ ਹੁਣ ਖੋਲ ਦਿੱਤੀਆਂ ਨੇ ਤੁਸੀਂ ਆ ਕੇ ਗੱਲਬਾਤ ਕਰਨੀ ਹੈ ਤਾਂ ਸਾਂਝੀ ਕਰ ਸਕਦੇ ਹੋ ਜੀ ਅਮਰ ਵੀਰੇ ਨਾਲ ਤੇ ਕੋਈ ਵੀ ਕਿਸ ਤਰ੍ਹਾਂ ਦਾ ਕੁਐਸਚਨ ਹੋਵੇ ਜੀ ਤੇ ਕਰ ਸਕਦੇ ਹੋ ਪੋਟਾ ਪਾਤ ਸਭ ਦੀਆਂ ਕੋਲਾਂ ਲਵਾਂਗੇ ਵਾਰੀ ਵਾਰੀ ਸਿਰ ਤੇ ਹਾਂਜੀ ਫਿਰ ਅਮਰੀਕ ਬਾਈ ਜੀ ਤੋਰੋ ਫਿਰ ਅਗਲੀ ਲੜੀ ਹੁਣ ਕਿਵੇਂ ਤੋਰਨੀ ਹੈ ਤੁਸੀਂ ਮੈਂ ਕਿਹਾ ਲੜੀ ਤੋਰਨ ਦੀ ਗਈ ਆਪਾਂ ਵੀਰ ਦੀਆਂ ਗੱਲਾਂ ਬਾਤਾਂ ਚ ਮੈਨੂੰ ਤਾਂ ਵੀ ਵੈਸੇ ਇੱਕ ਗੱਲ ਦੱਸ ਦਵਾਂ ਮੈਂ ਅਮਰ ਸਜਾਲਪੁਰੀ ਵੀਰ ਨੂੰ ਵੀ ਵੀਰ ਫੈਨ ਤਾਂ ਆਪਾਂ ਤੁਹਾਡੀ ਸਿੰਗਿੰਗ ਦੇ ਪਹਿਲਾਂ ਸੀ ਪਰ ਮੈਂ ਕਿਹਾ ਮਿਊਜ਼ਿਕ ਦੇ ਬਿਨਾਂ ਵੀ ਜਾਣੀ ਕਿ ਤੁਸੀਂ ਅੱਤ ਕਰਵਾ ਦਿੰਦੇ ਹੋ ਜਾਣੀ ਕਿ ਕਹਿੰਦੇ ਜਿੱਦਾਂ ਆਪਣੇ ਪੰਜਾਬੀ ਅੱਜ ਕੱਲ੍ਹ ਦੀ ਵੀ ਕਹਿੰਦੇ ਅੱਤ ਕਰਵਾ ਦਿੰਦੇ ਹੋ ਮਿਊਜ਼ਿਕ ਦੇ ਬਿਨਾਂ ਹੀ ਤੇ ਆਪਾਂ ਅੱਗੇ ਤੁਹਾਡੀ ਜੋੜਾਂਗੇ ਗੱਲਬਾਤ ਤੇ ਵੈਸੇ ਵੀਰ ਜੀ ਆਪਾਂ ਪੁੱਛਣਾ ਚਾਹਾਂਗੇ ਕਿ ਤੁਹਾਡੇ ਜਿੱਦਾਂ ਹੁਣ ਵੈਸੇ ਤਾਂ ਕਹਿੰਦੇ ਹੁੰਦੇ ਆਪਣੇ ਬੱਚੇ ਸਾਰੇ ਸਭ ਨੂੰ ਪਿਆਰੇ ਹੁੰਦੇ ਆ ਤੇ ਜਿੱਦਾਂ ਤੁਸੀਂ ਦੱਸਿਆ ਕਿ ਕਲਾਕਾਰ ਮਤਲਬ ਜਿੱਦਾਂ ਬੱਚੇ ਨੂੰ ਜਨਮ ਦੇਣ ਵਾਲੀ ਗੱਲ ਹੁੰਦੀ ਹੈ ਤੇ ਸਭ ਤੋਂ ਮਤਲਬ ਕਰੀਬ ਦਿਲ ਦੇ ਕੋਈ ਗਾਣਾ ਕੋਈ ਲੇਖਣੀ ਜਾਂ ਕੁਛ ਵੀ ਲਿਖਿਆ ਹੋਵੇ ਉਹ ਕਿਹੜੀ ਹੈ ਤੁਹਾਡੀ ਉਹ ਆ ਰਹਿਣੀ ਜੀ ਨਵੀਂ ਵਾਲਾ ਮਾਰੇ ਰੂਹਾਂ ਦੇ ਹਾਣੀ ਉਹਦੇ ਤੁਹਾਨੂੰ ਦੇਖ ਬਿਲਕੁਲ ਅੱਛਾ ਤੇ ਹੁਣ ਤੁਸੀਂ ਚਾਨਣਾ ਪਾ ਹੀ ਦਿੱਤਾ ਜੀ ਇਹਦੇ ਬਾਰੇ ਵੀ ਨਵੀਂ ਐਲਬਮ ਆ ਰਹੀ ਹੈ ਜੀ ਫਿਰ ਹੁਣ ਇਹ ਵੀ ਆਪਣੇ ਸਰੋਤਿਆਂ ਨੂੰ ਦੱਸ ਦਿਓ ਜੀ ਕਦੋਂ ਤੱਕ ਫਿਰ ਉਹਨਾਂ ਨੂੰ ਇਹ ਇੰਤਜ਼ਾਰ ਦਾ ਫਲ ਮਿਲੂਗਾ ਜੀ ਐਲਬਮ ਦੀਵਾਲੀ ਤੇ ਜਾਂ ਹੈਪੀ ਨਿਊ ਈਅਰ ਤੇ ਬਿਲਕੁਲ ਜੀ ਸੀਜ਼ਨ ਦੇ ਸਾਲ ਦੇ ਤੇ ਉਸ ਤੋਂ ਪਹਿਲਾਂ ਇੱਕ ਸਿੰਗਲ ਟਰੈਕ ਆ ਰਿਹਾ ਰੋਮਾਂਟਿਕ ਉਹ ਤੇ ਆ ਜਾਣਾ ਆਪਣੇ ਇੱਕ ਮੰਥ ਦੇ ਵਿੱਚ ਵਿੱਚ ਤੇ ਜਾਣੀ ਕਿ ਆਪਾਂ ਹੁਣ ਲਿਸਨਰਸ ਨੂੰ ਐਕਸਕਲੂਸਿਵ ਦੇ ਦਿੱਤੀ ਵੀ ਜਾਣਕਾਰੀ ਮਿੱਤਰੋ ਅਜੇ ਪਹਿਲੀ ਵਾਰ ਤੁਹਾਨੂੰ ਜਾਣੀ ਕਿ ਪਹੁੰਚ ਚੁੱਕੀ ਹੈ ਕਿ ਨਵੀਂ ਐਲਬਮ ਵੀ ਬਹੁਤ ਜਲਦ ਆ ਰਹੀ ਹੈ ਪਰ ਪਹਿਲਾਂ ਇੱਕ ਸਿੰਗਲ ਟਰੈਕ ਜਿੱਦਾਂ ਕਿ ਟ੍ਰੈਂਡ ਹੀ ਚੱਲ ਪਿਆ ਅੱਜ ਕੱਲ੍ਹ ਸਿੰਗਲ ਟਰੈਕਸ ਦਾ ਤੇ ਆਪਾਂ ਏਦਾਂ ਗੱਲ ਕਰਦੇ ਆ ਵੀ ਆਪਣੇ ਨਾਲ ਹੋਰ ਵੀ ਗੱਲਾਂ ਬਾਤਾਂ ਜੋੜਾਂਗੇ ਤੇ ਵੀਰ ਦੇ ਸਿੰਗਲ ਟਰੈਕ ਜਿਹੜਾ ਆ ਰਿਹਾ ਕੋਸ਼ਿਸ਼ ਕਰਾਂਗੇ ਕਿ ਵਿੱਚੋਂ ਕੁਛ ਲਾਈਨਾਂ ਲੂਈਨਾਂ ਕਢਵਾ ਲਈਏ ਪ੍ਰੋਗਰਾਮ ਦੇ ਦੌਰਾਨ ਤੇ ਪਹਿਲਾਂ ਇੱਕ ਗਾਣਾ ਮਿੱਤਰੋ ਪਲੇ ਕਰਕੇ ਆਉਂਦੇ ਆ ਦਾ ਉੱਤੇ ਜ਼ਿੰਦਗੀ ਆਪਣੇ ਅਮਰ ਸਜਾਲਪੁਰੀ ਦਾ ਬਹੁਤ ਮਕਬੂਲ ਗਾਣਾ ਹੈ ਜੀ ਜਿਹਨੂੰ ਕਹਿੰਦੇ ਆ ਤੇ ਬਹੁਤ ਵੱਜਿਆ ਖੜਕਾ ਦੜਕਾ ਜਾਣੀ ਕਿ ਪੂਰਾ ਜਿੱਦਾਂ ਬਾਈ ਨੇ ਰੈਡ ਅਲਰਟ ਨਾਮ ਰੱਖਿਆ ਸੀ ਉਹਦੇ ਲੜੀ ਦੇ ਵਿੱਚ ਵਿੱਚ ਗਾਣਾ ਹੈ ਜੀ ਦਾ ਉੱਤੇ ਜ਼ਿੰਦਗੀ ਤੇ ਕਰੋ ਇੰਜੋਏ ਮਿੱਤਰੋ ਸੌਂਗ ਤੇ ਫਿਰ ਮਿਲਦੇ ਆ ਜੀ ਸੌਂਗ ਤੋਂ ਬਾਅਦ ਜੁੜੇ ਰਹੋ ਆਪਣੇ ਦੇਸੀ ਵਰਲਡ ਰੇਡੀਓ ਤੇ ਅੱਜ ਤਾਂ ਅਮਰ ਸਜਾਲਪੁਰੀ ਵੀਰ ਦੇ ਨਾਲ ਬਹੁਤ
ਮਿੱਤਰੋ ਕਹਿੰਦੇ ਦਾਅਵਤ ਜ਼ਿੰਦਗੀ ਤਾਂ ਲਾ ਦਿੱਤੀ ਤੇ ਬਿਲਕੁਲ ਵੀਰ ਨੇ ਦਾਅਵਤ ਜ਼ਿੰਦਗੀ ਤੇ ਗਾਣੇ ਮਤਲਬ ਜਿੱਦਾਂ ਕਿ ਬੜੇ ਮਕਬੂਲ ਗਾਣਿਆਂ ਚੋਂ ਇੱਕ ਨੇ ਤੇ ਆਪਣੇ ਨਾਲ ਜੁੜੇ ਨੇ ਵੀ ਜਾਨੀ ਕਿ ਆਪਣੇ ਅਮਰ ਸਜਾਲਪੁਰੀ ਵੀਰ ਨਾਲ ਗੱਲ ਕਰਨ ਲਈ ਆਪਣੇ ਕੋਲ ਪਹੁੰਚੇ ਨੇ ਸੰਧੂ ਸਾਹਿਬ। ਸੰਧੂ ਸਾਹਿਬ ਸਵਾਗਤ ਹੈ ਜੀ ਤੁਹਾਡਾ ਦੇਸੀ ਵਰਲਡ ਰੇਡੀਓ ਤੇ। ਥੈਂਕ ਯੂ ਜੀ। ਤੇ ਆਪਾਂ ਵੀਰ ਜੀ ਕਿੱਥੋਂ ਬੋਲ ਰਹੇ ਆਪਣੇ ਲਿਸਨਰ ਲਈ ਵੀ ਜੇ ਆਪਣੀ ਜਾਣਕਾਰੀ ਜਾਂ ਇਨਫੋਰਮੇਸ਼ਨ ਦੇ ਦਿਓਗੇ। ਮੇਰਾ ਜ਼ਿਲ੍ਹਾ ਸੰਗਰੂਰ ਹੈ ਜੀ, ਪਿੰਡ ਖੜਿਆਲ ਹੈ ਜੀ। ਹਾਂਜੀ ਤੇ ਆਪਾਂ ਹੁਣ ਬਸ ਉਸ ਤੋਂ ਬਾਅਦ ਵੀਰ ਜੀ ਅਗਲੀ ਗੱਲਬਾਤ ਤੁਹਾਡੀ ਸਿੱਧੀ ਅਮਰ ਸਜਾਲਪੁਰੀ ਨਾਲ ਤੇ ਮੈਂ ਕਿਹਾ ਕਰ ਲਓ ਵੀਰ ਜੀ ਗੱਲਾਂ ਬਾਤਾਂ। ਸਵਾਗਤ ਹੈ ਜੀ ਅਮਰ ਸਜਾਲਪੁਰੀ ਵੀਰ ਦਾ। ਸਤਿ ਸ੍ਰੀ ਅਕਾਲ ਜੀ, ਮੈਂ ਗੱਲਬਾਤ ਕਈ ਵਾਰ ਤਾਂ ਕਰ ਦਿੰਦਾ, ਟਾਈਮ ਨਹੀਂ ਲੱਗਦਾ, ਨਹੀਂ ਕਰ ਕੀਤਾ ਰਿਪਲਾਈ, ਚਲੋ ਕੋਈ ਗੱਲ ਨੀ। ਅੱਜ ਕੱਲ ਕੁਛ ਹੋ ਗਈ ਬਈ ਨਾ ਗੱਲ ਕਰਕੇ, ਨਹੀਂ ਅੱਜ ਕੱਲ ਕੁਛ ਹੋ ਗਈ ਬਈ ਨਾ ਗੱਲ ਕਰਕੇ। ਮੈਂ ਹਾਂਜੀ ਬਾਈ ਜੀ ਠੀਕ ਠਾਕ, ਤੁਸੀਂ ਦੱਸੋ ਹੋਰ ਘਰੇ ਠੀਕ ਨੀ? ਹਾਂਜੀ ਹਾਂਜੀ ਠੀਕ ਠਾਕ। ਤੇ ਮੈਂ ਕਿਹਾ ਆਪਣੇ ਬਿਲਕੁਲ ਅਮਰ ਸਜਾਲਪੁਰੀ ਵੀਰ ਜੀ ਤੁਹਾਡੇ ਫੈਨ ਫੈਨ ਜਾਨੀ ਕਿ ਜਿਹੜੀ ਲਿਸਟ ਹੈ ਇਹਦੇ ਚ ਇੱਕ ਹੋਰ ਆਪਾਂ ਨੂੰ ਕਾਲ ਆਈਏ ਤੇ ਆਪਾਂ ਮੈਂ ਕਿਹਾ ਸੰਧੂ ਸਾਹਿਬ ਇਜਾਜ਼ਤ ਹੋਵੇ ਤਾਂ ਨਾਲ ਜੋੜ ਲਈਏ। ਹਾਂਜੀ ਜੋੜ ਲਈ ਜਰੂਰ ਜੀ। ਬਿਲਕੁਲ ਜੀ, ਜਿੱਦਾਂ ਤੁਹਾਡਾ ਦਿਲ ਕਰਦਾ ਜੀ ਮੈਂ ਲੱਗਦਾ ਹੋਰ ਵੀ ਬਹੁਤ ਦਾ ਗੱਲ ਕਰਦਾ ਹੁਣ ਤੇ ਆਣ ਜੀ। ਪਰਮਿੰਦਰ ਲੁਬਾਣਾ ਸਤਿ ਸ੍ਰੀ ਅਕਾਲ ਹੈ। ਪਰਵਿੰਦਰ ਲੁਬਾਣਾ ਵੀਰ ਜੀ ਤੁਸੀਂ ਆਉਣੇ ਹੋ ਜੀ ਦੇਸੀ ਵਰਲਡ ਰੇਡੀਓ ਤੇ, ਸਵਾਗਤ ਹੈ ਤੁਹਾਡਾ। ਸਤਿ ਸ੍ਰੀ ਅਕਾਲ ਬਾਈ ਜੀ। ਤੇ ਮੈਂ ਕਿਹਾ ਵੀਰ ਜੀ ਅੱਜ ਆਪਾਂ ਲੈ ਕੇ ਆਏ ਆ ਜੀ ਅਮਰ ਸਜਾਲਪੁਰੀ ਵੀਰ ਨੂੰ ਆਪਣੇ ਨਾਲ ਤੇ ਆਪਣੇ ਨਾਲ ਹਰਮਨਜੋਤ ਸਿੱਧੂ ਜਿੱਦਾਂ ਕਿ ਅੱਗੇ ਰੋਜ਼ ਆਉਂਦੇ ਹੁੰਦੇ ਆ ਉਹ ਨੇ ਤੇ ਤੁਸੀਂ ਕੋਈ ਗੱਲਬਾਤ ਕਿਹੜੀ ਆਪਣੇ ਅਮਰ ਸਜਾਲਪੁਰੀ ਵੀਰ ਨਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬਿਲਕੁਲ ਕਰ ਸਕਦੇ ਹੋ। ਹਾਂਜੀ ਬਿਲਕੁਲ ਭਾਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ, ਸਭ ਠੀਕ ਠਾਕ? ਹਾਂਜੀ ਬਸ ਚੜ੍ਹਦੀ ਕਲਾ ਭਾਜੀ, ਪਰਮਾਤਮਾ ਦੀ ਕਿਰਪਾ ਜੀ। ਚਲੋ ਚੜ੍ਹਦੀ ਕਲਾ ਹੀ ਚਾਹੀਦੀ। ਬਸ ਭਾਜੀ ਅਸੀਂ ਵੀ ਤੁਹਾਡੇ ਵਾਂਗੂ ਹੀ ਆ, ਅਸੀਂ ਵੀ ਕੜਛੀ ਕਮਾਉਣ ਵਾਲੇ ਹੀ ਆ। ਚਲੋ ਵਧੀਆ। ਅਸੀਂ ਵੀਰ ਜੀ ਤਿੰਨ ਚਾਰ ਬ੍ਰਦਰ ਰਹਿੰਦੇ ਆ ਸਪੇਨ ਦੇ ਵਿੱਚ, ਇੱਥੇ ਮਲਾਗਾ ਅਸੀਂ ਵੀ ਰੈਸਟੋਰੈਂਟ ਦਾ ਕੰਮ ਕਰੀਦਾ ਜੀ। ਚਲੋ ਵਧੀਆ। ਹਾਂਜੀ ਵੀਰ ਜੀ, ਤੁਹਾਨੂੰ ਸਵਾਲ ਕਰਨਾ ਵੀ ਕਦੀ ਤੁਸੀਂ ਜ਼ਿੰਦਗੀ ਦੇ ਵਿੱਚ ਪਿਆਰ ਕੀਤਾ ਹੈ? ਜਿੱਦਾਂ ਕਹਿੰਦੇ ਨਾ ਵੀ ਜਵਾਨੀ ਦੇ ਵਿੱਚ ਪਿਆਰ ਹੁੰਦਾ ਬੰਦੇ ਨੂੰ ਕਿਸੇ ਕੁੜੀ ਦੇ ਨਾਲ। ਹਾਂਜੀ ਭਾਈ ਜਵਾਬ ਨੀ ਦਿੱਤਾ ਜੀ। ਬਿਲਕੁਲ ਜੀ, ਕਹਿੰਦੇ ਲਾਜਵਾਬ ਕਰਨ ਤੋਂ ਬਾਅਦ ਸਵਾਲ ਪੁੱਛਦੇ ਜਵਾਬ ਪੁੱਛਦੇ ਨੇ ਤੇ ਆਪਾਂ ਵੀਰ ਨੂੰ ਵੈਸੇ ਏਦਾਂ ਪਰਮਿੰਦਰ ਲਵਣਾ ਵੀਰ ਜੀ ਨੇ ਕਰ ਹੀ ਦਿੱਤੀ ਗੱਲ ਜਿਹੜੀ ਮੈਂ ਕਰਨ ਤੋਂ। ਹਰਮਨਜੋਤ ਸਿੱਧੂ ਬਾਈ ਕਿੱਦਾਂ, ਮੈਂ ਤੈਨੂੰ ਕਹਿੰਦਾ ਸੀ ਵੀ ਆਪਾਂ ਆਉਣੇ ਯਾਰ ਨਾ ਹੀ ਪੁੱਛੀਏ ਤੇ ਪਰਮਿੰਦਰ ਲਵਣਾ ਵੀਰ ਨੇ ਜੋੜ ਦਿੱਤੀ ਗੱਲ। ਬਿਲਕੁਲ ਸਹੀ ਗੱਲ ਆ ਜੀ, ਆਪਾਂ ਤਾਂ ਜਿੰਨਾ ਬਚਾਅ ਕਰ ਸਕਦੇ ਬਚਾਅ ਕਰ ਸਕਦੇ ਆ, ਪਰ ਜਿਹੜੇ ਆਪਣੇ ਲਿਸਨਰ ਹੁੰਦੇ ਆ ਜੀ, ਫੈਨ ਹੁੰਦੇ ਆ ਬਾਈ ਦੇ, ਉਹ ਇਹ ਗੱਲ ਕਲੀਅਰ ਕਰਨਾ ਚਾਹੁੰਦੇ ਹੁੰਦੇ ਵੀ ਹਾਂ ਵੀ ਸਾਨੂੰ ਪਤਾ ਹੋਵੇ ਸਭ ਕੁਝ ਬਾਈ ਬਾਰੇ, ਸੋ ਤਾਂ ਕਰਕੇ ਆਪਣੇ ਪਰਮਿੰਦਰ ਬਾਈ ਨੇ ਵੀ ਇਹ ਕੁਐਸਚਨ ਆਸ ਕਰ ਲਿਆ ਹੋਣਾ। ਤੇ ਮੈਂ ਕਿਹਾ ਅਮਰ ਸਜਾਲਪੁਰੀ ਵੀਰ ਜੀ ਹੁਣ ਜਿੱਦਾਂ ਬਈ ਆਪਾਂ ਸਵਾਲ ਤਾਂ ਪਹਿਲਾਂ ਪੁੱਛਿਆ ਸੀ ਵੀ ਇਹ ਸੱਟ ਦਿਲ ਤੇ ਕਿਸੇ ਸੱਟ ਦੇ ਗਾਣੇ ਲਿਖੇ ਆ ਦੇਬੀ ਵਾਲੇ, ਜਿੱਦਾਂ ਕਹਿੰਦੇ ਅੱਜ ਵੀ ਚੇਤੇ ਆਉਂਦੀ ਰਹਿੰਦੀ ਹੈ ਜਾਂ ਫਿਰ ਕੋਈ ਹੋਰ ਗੱਲਬਾਤ ਹੈ? ਮੈਂ ਤੇ ਵੈਸੇ ਲਿਖਦਾ, ਸੱਟ ਵਾਲਾ ਤਾਂ ਕੋਈ ਸਿਸਟਮ ਹੈ ਨੀ ਹਾਲੇ ਤੱਕ। ਅੱਛਾ ਜੀ, ਕਹਿੰਦੇ ਦਿਲ ਦੇ ਦਰਦ ਕਲਮ ਚ ਫਰੋਏ ਨੇ, ਜਦੋਂ ਸੱਟ ਲੱਗ ਗਈ ਉਦੋਂ ਤਾਂ ਕਿਤਾਬਾਂ ਪਾੜ ਦੂੰ। ਬਿਲਕੁਲ ਪਰਮਿੰਦਰ ਲਵਣਾ ਵੀਰ ਜੀ, ਸੰਧੂ ਸਾਹਿਬ ਮੈਨੂੰ ਲੱਗਦਾ ਉਹਨਾਂ ਦੀ ਕਾਲ ਡਿਸਕਨੈਕਟ ਹੋ ਗਈ, ਬਹੁਤ ਬਹੁਤ ਸ਼ੁਕਰੀਆ ਕਰਦਾ ਪਹਿਲਾਂ ਤਾਂ ਜੀ ਸੰਧੂ ਸਾਹਿਬ ਤੁਹਾਡਾ ਕਾਲ ਕਰਨ ਲਈ ਤੇ ਅਮਰ ਸਜਾਲਪੁਰੀ ਨਾਲ ਤੁਹਾਡੀ ਕਰਾਤੀ ਗੱਲ ਤੇ ਮੈਨੂੰ ਲੱਗਦਾ ਹੁਣ ਅਮਰ ਵੀਰ ਅਗਲੀ ਵਾਰ ਤੁਹਾਡਾ ਫੇਸਬੁੱਕ ਤੇ ਵੀ ਬਿਲਕੁਲ ਜਦ ਤੁਸੀਂ ਕਰ ਦਿਓ ਮੈਸੇਜ ਰਿਪਲਾਈ ਕਰ ਦੇਣਗੇ ਤੇ ਨਹੀਂ ਤਾਂ ਸਾਨੂੰ ਦੱਸ ਦਿਓ ਫਿਰ ਆਪਾਂ ਕਰ ਲਾਂਗੇ ਸਿੱਧੀ ਗੱਲਬਾਤ। ਪਰਮਿੰਦਰ ਲਵਣਾ ਵੀਰ ਜੀ ਤੁਸੀਂ ਹੁਣ ਕਰ ਲਿਓ ਜਿਹੜਾ ਆਪਣਾ ਪਹਿਲਾ ਲਾਜਵਾਬ ਤੁਸੀਂ ਕਰਤਾ, ਹੁਣ ਦੂਜੀ ਗੱਲ ਅੱਗੇ ਵੀਰ ਤੋਂ ਪੁੱਛ ਹੀ ਲਓ ਜੇ ਪੁੱਛਣਾ। ਹਾਂਜੀ ਭਾਜੀ, ਤੇ ਬਾਕੀ ਭਾਜੀ ਤੁਹਾਡੇ ਗਾਣੇ ਸੁਣੀਦੇ ਆ, ਬਹੁਤ ਵਧੀਆ ਲੱਗਦੇ ਆ, ਅਸੀਂ ਨਾਲ ਨਾਲ ਦੇਸੀ ਵਰਲਡ ਰੇਡੀਓ ਸੁਣੀਦਾ ਆ, ਸਾਰੇ ਬ੍ਰਦਰ ਕਰਦੇ ਆ ਇੰਜੋਇਮੈਂਟ ਆਪਣੇ ਨਾਲ ਨਾਲ ਤੜਕੇ ਲਾਈਦੇ ਆ। ਚਲੋ ਵਧੀਆ। ਹਾਂਜੀ ਹਾਂਜੀ, ਬਾਕੀ ਭਾਜੀ ਮੈਂ ਵੀ 7 ਦਿਨ ਇਟਲੀ ਰਿਹਾ ਸੀ ਤਾਂ ਬਾਕੀ ਬਾਅਦ ਵਿੱਚ ਫਿਰ ਮੈਂ ਇੱਥੇ ਆ ਗਿਆ ਸੀ ਆਪਣੇ ਬ੍ਰਦਰਾਂ ਕੋਲ ਇੱਥੇ ਦੇ ਵਿੱਚ। ਹਾਂਜੀ ਚਲੋ ਸਹੀ ਆ ਭਾਜੀ, ਬਾਕੀ ਚੜ੍ਹਦੀ ਕਲਾ ਕਰੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਜੀ, ਬਹੁਤ ਬਹੁਤ ਥੈਂਕ ਯੂ। ਬਿਲਕੁਲ ਪਰਮਿੰਦਰ ਲਵਾਣਾ ਵੀਰ ਜੀ ਆਪਣਾ ਕੋਈ ਫੇਵਰੇਟ ਟਰੈਕ ਦੱਸ ਦੋ ਫਿਰ ਵੀਰ ਦਾ ਜਿਹੜਾ ਆਪਾਂ ਪਲੇ ਕਰ ਦਈਏ ਸੌਂਗ ਦੇ ਵਿੱਚ ਵਿੱਚ। ਬਸ ਇਹੀ ਆ ਜੀ, ਹੋਈਏ ਇੰਨੇ ਵੀ ਨਾ ਹੋਈਏ ਬੇਪਰਵਾਹ, ਬਸ ਇਹੀ ਆ ਫੇਵਰੇਟ ਆਪਣਾ ਤਾਂ। ਤੇ ਚਲੋ ਫਿਰ ਕੋਈ ਨਾ, ਆਪਾਂ ਹੁਣ ਏਦਾਂ ਕਰਦੇ ਆ ਤੁਸੀਂ ਜਿਹੜਾ ਫੇਵਰੇਟ ਸੁਣ ਚੁੱਕੇ ਆ
ਉਹ ਤਾਂ ਸੁਣ ਹੀ ਚੁੱਕਿਆ ਆਪਾਂ ਹੁਣ ਤੁਹਾਨੂੰ ਇੱਕ ਅਲੱਗ ਜਿਹਾ ਬਜਾਣੀ ਕਿ ਵੀਰ ਦਾ ਗਾਣਾ ਸੁਣਾਉਂਦੇ ਆ ਤੇ ਮੈਂ ਕਿਹਾ ਜੇ ਆਪਣੇ ਵੀਰ ਦੱਸੂਗੇ ਅਮਰ ਸਜਾਲਪੁਰੀ ਵੀਰ ਅੱਲਾ ਜਾਣੇ ਗਾਣਾ ਫਿਰ ਕਰ ਦਈਏ ਪਲੇ ਆਪਣੇ ਵੀਰ ਲਈ ਹਾਂਜੀ ਹਾਂਜੀ ਜ਼ਰੂਰ ਤੇ ਬਿਲਕੁਲ ਜੀ ਆਪਣੇ ਲਵ ਵੀ ਪਰਮਿੰਦਰ ਲਵਾਣਾ ਜੀ ਤੁਸੀਂ ਫਿਰ ਕਹਿਣਾ ਵੀ ਗੱਲ ਕਰਵਾਈ ਨੀ ਸੀ ਅੱਜ ਆਪਾਂ ਤੁਹਾਨੂੰ ਗੱਲ ਵੀ ਕਰਵਾਤੀ ਤੇ ਅਮਰ ਸਜਾਲਪੁਰੀ ਵੱਲੋਂ ਗਾਣਾ ਤੁਹਾਡੇ ਲਈ ਪਰਮਿੰਦਰ ਲਵਾਣਾ ਲਈ ਤੇ ਮਿਲਦੇ ਆ ਜੀ ਮਿੱਤਰੋ ਸੌਂਗ ਤੋਂ ਬਾਅਦ ਜੁੜੇ ਰਹੋ ਆਪਣੇ ਦੇਸੀ ਵਰਲਡ ਰੇਡੀਓ ਦੇ ਨਾਲ ਤੇ ਮੈਂ ਕਿਹਾ ਕਰਦੇ ਰਹੋ ਕਾਲਾਂ ਨਵੇਂ ਨਵੇਂ ਫੈਨ ਲੈ ਕੇ ਆ ਰਹੇ ਹਾਂ ਹਾਂਜੀ ਇੰਦਰਵੀਰ ਜੀ ਬਿਲਕੁਲ ਜੀ ਤੁਸੀਂ ਪਹੁੰਚ ਚੁੱਕੇ ਹੋ ਜੀ ਤੁਹਾਨੂੰ ਚੱਕ ਲਿਆ ਜੀ ਜਿਹਨੂੰ ਕਹਿੰਦੇ ਹੁੰਦੇ ਤੇ ਯਾਦ ਸਿੰਘ ਵੀਰ ਦੀ ਕਾਲ ਆ ਰਹੀ ਆ ਮੈਂ ਦੱਸ ਦਵਾਂ ਵੀਰ ਜੀ ਕਾਲਾਂ ਆਪਾਂ ਇਸ ਤੋਂ ਬਾਅਦ ਤੁਹਾਡੀ ਕਾਲ ਲਵਾਂਗੇ ਪੈਰਿਸ ਫਰਾਂਸ ਤੋਂ ਨੇ ਆਪਣੇ ਵੀਰ ਜੀ ਤੇ ਇੰਦਰਵੀਰ ਜੀ ਸਵਾਗਤ ਆ ਤੁਹਾਡਾ ਦੇਸੀ ਵਰਲਡ ਤੇ ਅਮਰਜੀਤ ਵੀਰ ਅਮਰ ਆਪਣੇ ਅਮਰ ਸਜਾਲਪੁਰੀ ਵੀਰ ਤੁਹਾਡੇ ਨਾਲ ਨੇ ਕਰ ਲਓ ਜੀ ਜੋ ਗੱਲਾਂ ਬਾਤਾਂ ਸਾਂਝੀਆਂ ਕਰਨਾ ਚਾਹੋਗੇ ਪਹਿਲਾਂ ਸਤਿ ਸ੍ਰੀ ਅਕਾਲ ਵੀਰ ਆਪਣੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਦੋਵੇਂ ਹੱਥੀ ਜੋੜ ਕੇ ਤੇ ਆਪਣੇ ਅਮਰ ਸਜਾਲਪੁਰੀ ਨੂੰ ਜੀ ਸਤਿ ਸ੍ਰੀ ਅਕਾਲ ਜੀ ਇੰਡੀਆ ਜਾ ਕੇ ਤਾਂ ਪੈਸੇ ਨੀ ਬਣਦੇ ਰੁਪਈਏ ਚਲੋ ਇੱਕ ਸ਼ੇਅਰ ਸੁਣਾ ਦਿੰਦਾ ਬਿਲਕੁਲ ਜੀ ਆਣ ਦਿਓ ਜਿਨ੍ਹਾਂ ਚ ਬਸਣਾ ਚਾਹੁੰਦਾ ਸੀ
जिन्हां नूं तकना चाहुंदा सी क्यों मैं काबल बन नहीं सकिया उन्हां निगाहां दे एक शिकवा जाया जिस अपने आप ते रहिंदा है एक शिकवा जाया जिवी अपने आप ते रहिंदा है जिंदगी दा सरमाया सारा उठे कमी लाया जिन्हां ने जमया पालिया ए कदे उन्हां दे कम ना आया क्यों मैं खरा कदे उतर ना सकिया मां प्यो दियां चावां ते एक शिकवा जाया जिवी अपने आप ते रहिंदा है एक शिकवा जाया जिवी अपने आप ते रहिंदा है ओ भी किधरे दूर दराडे जाके बह गई है जिंदगी दे विच याद जही ही बन के रह गई है क्यों मैं असर कोई कर नहीं सकिया ओ देया सावां ते एक शिकवा जाया जिवी अपने आप ते रहिंदा है एक शिकवा जाया जिवी अपने आप ते रहिंदा है मर जाना है अमर तेरे ने जो सुन के डर दे आ जूंदे रहनो यार जो हथी छावा कर दे आ मर जाना है अमर तेरे ने जो सुन के डर दे आ जूंदे रहनो यार जो हथी छावा कर दे आ क्यों मैं देने दे नहीं सकिया उना परावा दे एक शिकवा जाया जिवी अपने आप ते रहिंदा है एक शिकवा जाया जिवी अपने आप ते रहिंदा बिलकुल जी साडे तक भी पजाया करो साडा भी मतलब मेनू बहुत वधिया लग्या वीर जी गल बात पूरी डूंगी जिन्हू कहिंदे तकरीर लेखनी पूरी लिखी आ नेक्स्ट जिहड़ी गल बात है जी अपने हरमनजोत सिद्धू हरवीर सिंह वीर जुड़े ने अपने नाल मैं क्या आण दिओ फिर इन्हां नूं जी बिलकुल जी स्वागत करदे हरवीर सिंह बाजी तुहाडा देसी वर्ल्ड रेडियो दे विच ਮਖਸੂਸਪੁਰ ਜਿਦਾਂ ਸ਼ੁਰੂ ਤੋਂ ਅਸੀਂ ਵੀ ਉਹਨਾਂ ਨੂੰ ਸੁਣਦੇ ਆਏ ਹਾਂ ਤੇ ਬੱਬੂ ਮਾਨ ਉਹਨਾਂ ਨੂੰ ਸੁਣਦੇ ਆਏ ਹਾਂ ਤੇ ਭਾਈ ਜੇ ਇੱਕ ਤੁਹਾਡੀ ਮੈਨੂੰ ਗੱਲ ਸ਼ੁਰੂ ਦੇ ਵਿੱਚ ਬਹੁਤ ਵਧੀਆ ਲੱਗੀ ਜੋ ਤੁਸੀਂ ਕਿਹਾ ਕਿ ਮੈਨੂੰ ਕੋਈ ਸ਼ੌਂਕ ਨਹੀਂ ਸੀਗਾ ਜਿੱਦਾਂ ਬਚਪਨ ਤੋਂ ਗਾਉਣ ਦਾ ਮੈਂ ਹੁਣੇ ਸਟਾਰਟ ਕੀਤਾ ਜਿੱਦਾਂ ਕਿਉਂਕਿ ਮੈਂ ਅੱਜ ਤੋਂ ਜਿੱਦਾਂ ਵੀ ਸੁਣਦਾ ਆਇਆ ਜਿਹਦੀ ਵੀ ਇੰਟਰਵਿਊ ਹੁੰਦੀ ਹੈ ਉਹ ਕਹਿੰਦੇ ਜੀ ਅਸੀਂ ਸਕੂਲ ਟਾਈਮ ਤੋਂ ਗਾਉਂਦੇ ਸੀ ਜਾਂ ਪ੍ਰਾਇਮਰੀ ਸਕੂਲ ਚ ਗਾਉਂਦੇ ਸੀ ਏਦਾਂ ਉਦਾਂ ਮੈਂ ਅੱਜ ਤੋਂ ਹੀ ਕਿਸੇ ਨੂੰ ਉਦਾਂ ਨਹੀਂ ਕਹਿੰਦੇ ਸੁਣਿਆ ਜੀ ਮੈਂ ਜੀ ਹੁਣੇ ਸਟਾਰਟ ਕੀਤਾ ਉਹ ਸ਼ੁਰੂ ਤੋਂ ਹੀ ਕਹਿੰਦੇ ਹੁਣ ਪਤਾ ਨੀ ਜੀ ਇਹ ਸੱਚ ਆ ਜਾਂ ਝੂਠ ਆ ਮੈਨੂੰ ਨੀ ਪਤਾ ਹੁਣ ਕੀ ਆ ਮੇਰਾ ਜੋ ਸੱਚ ਸੀ ਮੈਂ ਦੱਸਦਾ ਮੈਂ ਨੀ ਕਹਾਂ ਮੈਂ ਅੱਠਵੀਂ ਨੌਵੀਂ ਦਸਵੀਂ ਤੱਕ ਕਦੇ ਨੀ ਗਾਇਆ ਸਕੂਲ ਚ ਮੇਰੇ ਸਕੂਲ ਦੇ ਮੇਰੇ ਕਲਾਸਮੇਟਸ ਨੂੰ ਨਹੀਂ ਪਤਾ ਸੀ ਕਿ ਮੈਂ ਲਿਖਦਾ ਜਾਂ ਗਾਉਣਾ ਗਾਉਣ ਦਾ ਚਲੋ ਗਾਉਣਾ ਦਾ ਬਹੁਤ ਸ਼ੁਰੂ ਕੀਤਾ ਉਹਨਾਂ ਨੂੰ ਇਹ ਤੱਕ ਨੀ ਸੀ ਪਤਾ ਕਿ ਮੈਂ ਲਿਖਦਾ ਹਰਵੀਰ ਜੀ ਮੈਂ ਕਿਹਾ ਗੱਲਬਾਤ ਉਹੀ ਹੋ ਗਈ ਤਾਹੀ ਮੈਂ ਤੁਹਾਡੇ ਆਉਣ ਤੋਂ ਪਹਿਲਾਂ ਕਹਿ ਚੁੱਕਿਆ ਸੀ ਕਿ ਦੇਬੀ ਮਖਸੂਸਪੁਰੀ ਵਾਲੀ ਕੈਟਾਗਰੀ ਚ ਨੇ ਕਹਿੰਦੇ ਆਪਣੀ ਲੇਖਣੀ ਆਪੇ ਜਾਣੀ ਕਿ ਗਾਣ ਲੱਗ ਪਏ ਤੇ ਵੀਰ ਨੇ ਮੈਂ ਵੀ ਇਹ ਗੱਲ ਬਹੁਤ ਐਪਰੀਸ਼ੀਏਟ ਕੀਤੀ ਜਦੋਂ ਮੈਂ ਪਹਿਲਾਂ ਵੀਰ ਨੂੰ ਪੁੱਛੀ ਸੀ ਤੇ ਕਈ ਜਿੱਦਾਂ ਆਪਣੇ ਕਲਾਕਾਰ ਨੇ ਉਹ ਕਹਿ ਦਿੰਦੇ ਨੇ ਜੀ ਮੈਂ ਤਾਂ ਜੀ ਫਲਾਨੇ ਇੰਨੇ ਸਾਲਾਂ ਤੋਂ ਸਿੱਖਿਆ ਹੈ ਤੇ ਵੀਰ ਨੇ ਸਿੱਧਾ ਹੀ ਹਾਂਜੀ ਗੱਲਬਾਤ ਪੂਰੀ ਦਿਲ ਦੀ ਸਾਫ਼ ਕੀਤੀ ਆ ਤੇ ਵੀਰ ਆਪਣੇ ਨੈਕਸਟ ਵੀ ਜਿੱਦਾਂ ਅੱਗੇ ਆ ਰਹੇ ਆਪਾਂ ਕਹਿੰਦੇ ਉਮੀਦ ਕਰਦੇ ਆ ਵੀ ਤੁਹਾਡੇ ਜਿੱਦਾਂ ਤੁਸੀਂ ਪਿਆਰ ਦਿੰਦੇ ਹੋ ਵੀਰ ਨੂੰ ਏਦਾਂ ਹੀ ਦਿੰਦੇ ਰਹਾਂਗੇ ਕਰਦਾ ਇਸ ਐਲਬਮ ਉੱਪਰ ਹੋਊਗੀ ਐਲਬਮ
ਤੇ ਭਾਜੀ ਇੱਕ ਮੈਂ ਗੱਲ ਪੁੱਛਣੀ ਚਾਹੁੰਦਾ ਸੀਗਾ ਜਿੱਦਾਂ ਹੈਲੋ ਹਾਂਜੀ ਹਾਂਜੀ ਵੀਰ ਜੀ ਬਿਲਕੁਲ ਜਿੱਦਾਂ ਹਰਮਨਜੋਤ ਭਾਜੀ ਹੋਣੀ ਮੈਨੂੰ ਮਾੜਾ ਮੋਟਾ ਜਾਣਦੇ ਜਿੱਦਾਂ ਆਪਣਾ ਮੁਲਤਾਨੀ ਵੀਰ ਆ ਮੈਂ ਭਾਜੀ ਥੋੜੀ ਮੋਤੀ ਕਾਲੂ ਮੈਂ ਵੀ ਘੁਮਾ ਲੈਂਦਾ ਜਿੱਦਾਂ ਮੈਨੂੰ ਕੋਈ ਪਿੱਛੇ ਤੋਂ ਸ਼ੌਂਕ ਨਹੀਂ ਸੀਗਾ ਕੋਈ ਬਚਪਨ ਤੋਂ ਨਹੀਂ ਸੀਗਾ ਮੈਂ ਹੁਣ ਆਸਟ੍ਰੇਲੀਆ ਕੇ ਜਿੱਦਾਂ ਦੀ ਲਾਈਫ ਦੇਖੀ ਹੈ ਜਿਸ ਤਰ੍ਹਾਂ ਰਹਿਣਾ ਸਹਿਣਾ ਇੱਥੇ ਦਾ ਉਹ ਦੇਖ ਕੇ ਜਿੱਦਾਂ ਮੈਂ ਕੁਝ ਮਹਿਸੂਸ ਕੀਤਾ ਭਾਜੀ ਆਪਣੇ ਆਪ ਥੋੜਾ ਕੁਝ ਲੈਣਾ ਬਣਦੀਆਂ ਮਤਲਬ ਤੁਹਾਡੇ ਹਿਸਾਬ ਨਾਲ ਕਿੱਦਾਂ ਮਤਲਬ ਜੋ ਆਪਾਂ ਸਬਜੈਕਟ ਚੂਜ਼ ਕਰਦੇ ਹਾਂ ਉਹਦੇ ਉਹਨੂੰ ਕਿੱਦਾਂ ਮਤਲਬ ਲਿਖਣਾ ਚਾਹੀਦਾ ਵੋਕੈਬਲਰੀ ਨੂੰ ਹੋਰ ਕਿੱਦਾਂ ਸਟਰੋਂਗ ਹੋਣਾ ਚਾਹੀਦਾ ਮਤਲਬ ਦੇਖੋ ਜੀ ਗੀਤਕਾਰੀ ਤਾਂ ਇੱਕ ਇਹ ਵੀ ਇੱਕ ਰਿਆਜ਼ ਆ ਜਿੱਦਾਂ ਮਿਊਜ਼ਿਕ ਦਾ ਬੰਦਾ ਰਿਆਜ਼ ਕਰੀ ਜਾਂਦਾ ਨਾ ਹਾਂਜੀ ਆਵਾਜ਼ ਨਿਕਲੀ ਜਾਂਦੀ ਹੈ ਇਹ ਸੇਮ ਆ ਤੁਸੀਂ ਲਿਖਣਾ ਸ਼ੁਰੂ ਕਰੋ ਲਿਖਣਾ ਕੋਈ ਮੁਸ਼ਕਿਲ ਚਲੋ ਬਾਕੀ ਰੱਬ ਦੀ ਕੁਦਰਤੀ ਆਮਦਾ ਵੀ ਹੁੰਦੀ ਆ ਪਰ ਤੁਸੀਂ ਲਿਖਣਾ ਸ਼ੁਰੂ ਕਰ ਦੋ ਤੁਹਾਡੀ ਬਿਰਤੀ ਆਟੋਮੈਟਿਕ ਲੱਗੀ ਜਾਣੀ ਉਧਰ ਨੂੰ ਤੇ ਹੌਲੀ 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 ਸੁਧਾਰ ਹੋਈ ਜਾਣਾ ਤੁਹਾਨੂੰ ਪਤਾ ਲੱਗੀ ਜਾਣਾ ਕੀ ਤੁਹਾਨੂੰ ਇਹਦੇ ਵਿੱਚ ਜੋੜਨਾ ਚਾਹੀਦਾ ਮੰਨ ਲਾ ਤੁਸੀਂ ਹੁਣ ਘਰ ਤੇ ਗੀਤ ਲਿਖ ਰਹੇ ਘਰ ਦੇ ਵਿੱਚ ਰਸੋਈ ਕਮਰੇ ਜੋ ਵੀ ਆਉਂਦਾ ਉਹ ਸਾਰਾ ਮਟੀਰੀਅਲ ਉਹਦੇ ਵਿੱਚ ਆਉਂਦਾ ਸਾਰੇ ਨੂੰ ਇੱਕ ਤੁਸੀਂ ਲੈ ਦੇਣੀ ਇੱਕ ਵਹਾ ਦੇਣਾ ਸਾਰਾ ਗੀਤ ਨੂੰ ਤੇ ਭਾਜੀ ਇੱਕ ਗੱਲ ਹੋਰ ਮੈਂ ਇੱਕ ਜਿੱਦਾਂ ਹੁਣ ਆਪਣੀ ਸੰਗਤ ਜਿੱਦਾਂ ਬਹੁਤ ਸਾਰੀ ਸੰਗਤ ਹੇਮਕੁੰਡ ਸਾਹਿਬ ਜਿੱਦਾਂ ਫਸੀ ਹੋਈ ਆ ਜਿੱਦਾਂ ਉਹ ਮੈਂ ਹੁਣ ਜਿੱਦਾਂ ਫੇਸਬੁੱਕ ਤੇ ਦੇਖਦਾ ਨਿਊਜ਼ ਚ ਪੜ੍ਹਦਾ ਉਹ ਮੈਂ ਥੋੜਾ ਮਹਿਸੂਸ ਕੀਤਾ ਮੈਂ ਕੁਝ ਚਾਰ ਲਾਈਨਾਂ ਲਿਖੀਆਂ ਜੇ ਤੁਹਾਨੂੰ ਮੈਂ ਸੁਣਾ ਸਕਾਂ ਤਾਂ ਤੁਸੀਂ ਮੈਨੂੰ ਦੱਸੋਗੇ ਕਿੱਦਾਂ ਮਤਲਬ ਬਹੁਤ ਖੁਸ਼ੀ ਹੋ ਹਾਂਜੀ ਜੋ ਮੀਂਹ ਹਨੇਰੀ ਝੱਖੜ ਵਿੱਚ ਨਾ ਲੈਂਦੀ ਕੋਈ ਮੌਜ ਉਹ ਹੈ ਯਾਰੋ ਆਪਣੇ ਦੇਸ਼ ਦੀ ਆਰਮੀ ਵਾਲੀ ਫੌਜ ਅੱਖੀ ਵੇਖ ਲੋ ਅੱਜ ਕਿਵੇਂ ਲੋਕਾਂ ਨੂੰ ਇਹ ਕੁਦਰਤ ਦੇ ਕਹਿਰ ਤੋਂ ਬਚਾਉਂਦੇ ਨੇ ਹੱਥਾਂ ਵਿੱਚ ਹੱਥ ਪਾ ਕੇ ਪੁਲ ਲੋਕਾਂ ਦੇ ਲੰਘਣ ਲਈ ਬਣਾਉਂਦੇ ਨੇ ਰਹਿ ਨਾ ਕੋਈ ਪਿੱਛੇ ਜਾਏ ਪੂਰੀ ਰੱਖਦੇ ਖੋਜ ਉਹ ਹੈ ਯਾਰੋ ਆਪਣੇ ਦੇਸ਼ ਦੀ ਆਰਮੀ ਵਾਲੀ ਫੌਜ ਬਣ ਕੇ ਵੈਰੀ ਸੱਪ ਜਦੋਂ ਪਿੱਠ ਪਿੱਛੋਂ ਦੀ ਡੰਗਦੇ ਨੇ ਬਣ ਕੇ ਵੈਰੀ ਸੱਪ ਜਦੋਂ ਪਿੱਠ ਪਿੱਛੋਂ ਦੀ ਡੰਗਦੇ ਨੇ ਫਿਰ ਮੌਤ ਨੂੰ ਰੱਖ ਕੇ ਮੋਢਿਆਂ ਤੇ ਇਹ ਜੰਗਲਾਂ ਵਿੱਚੋਂ ਦੀ ਲੰਘਦੇ ਨੇ ਕਰਕੇ ਹਟਦੇ ਸਫ਼ਰ ਪੂਰਾ ਭਾਵੇਂ ਪੈਰੀ ਪੈ ਜਾਏ ਸੋਜ ਉਹ ਹੈ ਯਾਰੋ ਆਪਣੇ ਦੇਸ਼ ਦੀ ਆਰਮੀ ਵਾਲੀ ਫੌਜ ਅੱਗੇ ਹੋ ਹੋ ਬਾਰਡਰਾਂ ਤੇ ਇਹ ਗੋਲੀ ਹੇਕੇ ਉੱਤੇ ਖਾ ਜਾਂਦੇ ਅੱਗੇ ਹੋ ਹੋ ਬਾਰਡਰਾਂ ਤੇ ਇਹ ਗੋਲੀ ਹੇਕੇ ਉੱਤੇ ਖਾ ਜਾਂਦੇ 15 ਅਗਸਤ ਆਉਣ ਤੇ ਮੰਤਰੀ ਬਸ ਇੱਕ ਹਾਰ ਫੋਟੋ ਤੇ ਪਾ ਜਾਂਦੇ ਲੋਕੀ ਭੋਲੇ ਆਖ ਦਿੰਦੇ ਨੇ ਲੋਕੀ ਭੋਲੇ ਆਖ ਦਿੰਦੇ ਨੇ ਨੇਤਾ ਜੀ ਨੂੰ ਪੂਰੀ ਸੋਜ ਜੋ ਮੀਂਹ ਹਨੇਰੀ ਝੱਖੜ ਵਿੱਚ ਨਾ ਲੈਂਦੀ ਕੋਈ ਮੌਜ ਉਹ ਹੈ ਯਾਰੋ ਆਪਣੇ ਦੇਸ਼ ਦੀ ਆਰਮੀ ਵਾਲੀ ਫੌਜ ਤੇ ਬਹੁਤ ਵਧੀਆ ਵੀਰ ਜੀ ਹਾਂਜੀ ਬਹੁਤ ਵਧੀਆ ਲਾਈਨਾਂ ਲਿਖੀਆਂ ਹਾਂਜੀ ਕਹਿਣਾ ਚਾਹਣਾ ਹਾਂਜੀ ਤੇ ਆਪਣੇ ਜੋ ਮਿਲਟਰੀ ਆ ਬਹੁਤ ਬਹੁਤ ਹੌਸਲੇ ਵਾਲਾ ਕੰਮ ਕਰ ਰਹੀ ਹੈ ਜੋ ਏਦਾਂ ਕਰ ਰਹੀ ਹੈ ਜੋ ਸਾਰੇ ਦੇਸ਼ ਵਾਸੀਆਂ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਉਹਨਾਂ ਦਾ ਜੋ ਰਾਖੀ ਕਰਦੇ ਨੇ ਮਤਲਬ ਹਾਂਜੀ ਹਾਂਜੀ ਹਰਮਨ ਵੀਰ ਮੈਂ ਇਸ ਗੱਲ ਦੇ ਨਾਲ ਬਿਲਕੁਲ ਕਹਿੰਦੇ ਲੜੀ ਜੋੜ ਦਿੰਦੇ ਆ ਤੇ ਧੰਨਵਾਦ ਵੀ ਕਰ ਦਿੰਦੇ ਆ ਆਪਣੇ ਹਰਵੀਰ ਵੀਰ ਜੀ ਦਾ ਕਾਲ ਲਈ ਤੇ ਉਮੀਦ ਕਰਦੇ ਤੁਸੀਂ ਅੱਡੀ ਵੀਰ ਜੀ ਪਿਆਰ ਦਿੰਦੇ ਰਹੋਗੇ ਤੇ ਆਪਾਂ ਹੁਣ ਅਮਰਵੀਰ ਇੱਕ ਗਾਣਾ ਕਹਿੰਦੇ ਲਾਈਏ ਤੇ ਫਿਰ ਬਾਕੀ ਨਾਲ ਲੈ ਕੇ ਆਈਏ ਗੱਡੀ ਚ ਚੜ੍ਹਨੇ ਵਾਲਿਆਂ ਨੂੰ ਹਾਂਜੀ ਹਾਂਜੀ ਵੀਰ ਸਤਿ ਸ੍ਰੀ ਅਕਾਲ ਜੀ ਓਕੇ ਜੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਥੈਂਕ ਯੂ ਮੇਰੀ ਪਹਿਲੀ ਦੀ ਮਸ਼ੂਕ ਯਾਰੋ ਬੜੀ ਹੀ ਖਰੀ ਦੇਖਣੇ ਨੂੰ ਲੱਗਦੀ ਸੀ ਅੱਖ ਦੀ ਪਰੀ ਮੇਰੀ ਪਹਿਲੀ ਦੀ ਮਸ਼ੂਕ ਯਾਰੋ ਬੜੀ ਹੀ ਖਰੀ ਦੇਖਣੇ ਨੂੰ ਲੱਗਦੀ ਸੀ ਅੱਖ ਦੀ ਪਰੀ ਪੂਜਾ ਜਿਹਾ ਨਗਰਾ ਕਰੀ ਨਾ ਜਿਹੀ ਚਾਲ ਸੀ ਪਰ ਪੰਗੇ ਉਹਨੇ ਕਈ ਪਾਸੇ ਪਾਏ ਹੋਏ ਸੀ
ਲਓ ਵੀ ਮਿੱਤਰੋ ਗੱਲਬਾਤ ਵੀਰ ਨੇ ਪੂਰੀ ਸਹੀ ਕੀਤੀ ਹੈ ਗਾਣੇ ਦੇ ਵਿੱਚ ਤੇ ਦਿਲ ਮੰਗੇ ਮੋਰ ਜਾਣੀ ਕਿ ਇੰਦਰ ਵੀਰ ਲਈ ਸੀਗੀ ਆਪਣੀ ਗੱਲਬਾਤ ਤੇ ਮੈਂ ਪਹਿਲਾਂ ਤਾਂ ਹੁਣ ਸਵਾਗਤ ਕਰਦਾ ਜੀ ਆਪਣੇ ਨਾਲ ਜੁੜੇ ਨੇ ਤੇ ਸੰਦੀਪ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਤੇ ਸਵਾਗਤ ਹੈ ਵੀਰ ਜੀ ਤੁਹਾਡਾ ਦੇਸੀ ਵਰਲਡ ਰੇਡੀਓ ਤੇ ਥੈਂਕ ਯੂ ਜੀ ਤੁਹਾਡਾ ਤੇ ਮੈਂ ਕਿਹਾ ਵੀਰ ਜੀ ਕਦੋਂ ਦੇ ਕਾਲ ਕਰ ਰਹੇ ਸੀ ਤੇ ਕਹਿੰਦੇ ਮੈਂ ਕਰਨੀ ਹੈ ਅਮਰ ਵੀਰ ਨਾਲ ਗੱਲ ਤੇ ਲਓ ਫਿਰ ਤੁਹਾਡੇ ਨਾਲ ਜੀ ਆਪਾਂ ਸਾਹਮਣੇ ਆਪਣੇ ਅਮਰ ਵੀਰ ਤੁਹਾਡੇ ਹਾਜ਼ਰ ਨੇ ਜੀ ਤੇ ਗੱਲਾਂ ਬਾਤਾਂ ਕਰੋ ਤੇ ਰੂਬਰੂ ਜੋ ਮਰਜ਼ੀ ਗੱਲ ਕਰਨਾ ਚਾਹੋ ਹਾਂਜੀ ਜੀ ਬਿਲਕੁਲ ਸਤਿ ਸ੍ਰੀ ਅਕਾਲ ਅਮਰ ਬਾਈ ਜੀ ਸਤਿ ਸ੍ਰੀ ਅਕਾਲ ਬਾਜੀ ਕੀ ਹਾਲ ਚਾਲ ਨੇ ਅਮਰ ਬਾਈ ਕਿਦਾਂ ਕਾਇਮ ਹੋਰ ਹੋਰ ਪੂਰੇ ਕਾਇਮ ਚਲੋ ਵਧੀਆ ਬਾਈ ਥੋੜਾ ਜਿਹਾ ਬਾਈ ਖਿੱਚ ਕੇ ਬੋਲਿਆ ਕਰੋ ਜਿਹੜਾ ਥੋੜਾ ਜਿਹਾ ਤੁਸੀਂ ਨਾ ਕੋਈ ਜਿੱਦਾਂ ਰਾਈਟ ਵਾਈਟ ਦੀ ਪ੍ਰੋਬਲਮ ਆ ਰਹੀ ਤੁਸੀਂ ਹਾਂਜੀ ਠੀਕ ਹੈ ਜਿੱਦਾਂ ਲਿਸਨਰ ਨੂੰ ਲੱਗਦਾ ਵੀ ਤਾਂ ਪਤਾ ਨਹੀਂ ਕਿਉਂ ਨਹੀਂ ਬੋਲ ਨਹੀਂ ਨਹੀਂ ਇਦਾਂ ਨਹੀਂ ਕੋਈ ਗੱਲ ਨਹੀਂ ਹਾਂਜੀ ਹਾਂਜੀ ਥੋੜਾ ਜਿਹਾ ਖੁੱਲ ਕੇ ਬੋਲੋ ਤਾਂ ਆਪਣਾ ਹੀ ਕਿਹੜਾ ਕੋਈ ਬਗਾਨੇ ਤੇ ਨਾ ਨਾ ਇਦਾਂ ਹੀ ਹਾਂਜੀ ਥੋੜਾ ਜਿਹਾ ਸਲੋਅ ਕਰਕੇ ਤਾਂ ਕਿ ਗੁੱਸਾ ਨਹੀਂ ਕੋਈ ਗੱਲ ਨਹੀਂ ਆਪਾਂ ਸਕੇਲ ਵੀਰ ਨੂੰ ਕਹਿ ਦਿੰਦੇ ਆ ਵੀ ਥੋੜਾ ਜਿਹਾ ਉੱਪਰ ਦਾ ਲਾ ਦੇ ਉੱਪਰ ਕਰ ਲੈਣੇ ਨਾ ਕੋਈ ਗੱਲ ਨਹੀਂ ਹਾਂਜੀ ਹਾਂਜੀ ਤੇ ਹੋਰ ਭਾਜੀ ਬਸ ਵਧੀਆ ਤੁਹਾਡੇ ਗਾਣੇ ਸੁਣੀ ਦੇ ਵਧੀਆ ਲਿਖਦੇ ਆ ਤੁਸੀਂ ਗਾਉਂਦੇ ਆ ਚਲੋ ਸ਼ੁਕਰੀਆ ਬਹੁਤ ਬਹੁਤ ਜੀ ਹਾਂਜੀ ਤੇ ਬੇਪਰਵਾਹ ਭਾਜੀ ਜਿਹੜਾ ਬੇਪਰਵਾਹ ਗਾਣਾ ਤੁਹਾਡਾ ਮਾਰਕੀਟ ਵਿੱਚ ਆਇਆ ਉਹ ਤੋਂ ਬਿਨਾਂ ਜਿਹੜੀਆਂ ਲੈਣਾ ਤੁਸੀਂ ਨਹੀਂ ਹਜੇ ਮਾਰਕੀਟ ਚ ਕੱਢੀਆਂ ਤੇ ਹੋਰ ਕੋਈ ਟੱਪਾ ਜੇ ਸੁਣਾ ਸਕਦੇ ਤਾਂ ਸੁਣਾ ਦਿਓ ਉਹਦੇ ਟੱਪੇ ਤੇ ਕਾਫੀ ਸੀ ਉਹਦਾ ਚਲੋ ਜੇ ਹੁਣ ਨਹੀਂ ਜਾਓ ਜਾਣੀ ਕਿ ਸੁਣਾ ਰਹੇ ਬਾਅਦ ਵਿੱਚ ਦੱਸ ਦਿਓ ਹਾਂਜੀ ਹਾਂਜੀ ਉਹ ਬਾਪੂ ਕਹਿੰਦਾ ਮੈਨੂੰ ਮੇਰਾ ਕਾਕਾ ਛੱਡ ਕਲਾਕਾਰੀ ਉਹ ਐਵੇਂ ਪੁੱਠਿਆਂ ਕੰਮਾਂ ਚ ਕਾਨੂੰ ਪੈਸੇ ਜਾਣਾ ਗਾਲੀ ਉਹ ਇਹਨਾਂ ਵੱਡਿਆਂ ਸਟਾਰਾਂ ਅੱਗੇ ਤੂੰ ਨੀ ਟਿਕਣਾ ਉਹ ਲਾਲੀ ਢੂਹੇ ਤੱਕ ਜ਼ੋਰ ਨਹੀਂ ਤੀੜੀ ਨੇ ਵਿਕਣਾ ਉਹ ਚੱਗਾ ਫੂਕ ਕੇ ਤਮਾਸ਼ਾ ਨਾ ਬਣਾ ਬੇਪਰਵਾਹ ਉਹ ਜਿਹੜਾ ਲੁੱਟ ਕੇ ਜ਼ਮਾਨਾ ਜਾਵੇ ਖਾ ਲੱਟ ਦੀ ਸਵੇਰ ਦੇ ਖਜ਼ਾਨੇ ਦਾ ਕੋਈ ਰਾਤ ਉਹ ਤੈਨੂੰ ਵੇਖ ਕੇ ਨੀ ਕਈਆਂ ਦੇ ਤਾਂ ਉੱਡ ਗਏ ਸਵਾਸ ਉਹ ਤੇਰੇ ਹੁਸਨ ਆਦਿ ਮਹਿਕ ਦੇ ਪਿਆਸੇ ਪੌਰਨੀ ਉਹ ਤੇਰੀ ਯਾਦ ਵਿੱਚ ਫਿਰਦੇ ਗਵਾਚੇ ਪੌਰਨੀ ਉਹ ਇਹਨਾਂ ਭੌਰਾਂ ਕੋਲੋਂ ਖੁਦ ਨੂੰ ਬਚਾ ਹੋਈਏ ਇੰਨੇ ਬਿਨਾਂ ਬੇਪਰਵਾਹ ਉਹ ਜਿਹੜਾ ਲੁੱਟ ਕੇ ਜ਼ਮਾਨਾ ਜਾ ਵੇਖਾ ਵਾਹ ਜੀ ਵਾਹ ਤੇ ਆ ਬਾਈ ਜੀ ਮੈਂ ਪੁੱਛਣਾ ਚਾਹੂੰਗਾ ਇੱਕ ਗੱਲ ਵਿੱਚ ਤੇ ਅਮਰ ਬਾਈ ਜੀ ਉਹ ਗੱਲ ਕੀਤੀ ਸੀ ਵਿੱਚ ਵੀ ਬਾਪੂ ਨੇ ਰੋਕਿਆ ਜਿਹੜੇ ਸਿੰਗਿੰਗ ਤੋਂ ਉਹ ਤੁਹਾਡੇ ਨਾਲ ਰੀਅਲ ਲਾਈਫ ਚ ਹੋਇਆ ਕਿ ਵੈਸੇ ਜੋੜਤਾ ਇਹ ਗੱਲ ਰੀਅਲ ਲਾਈਫ ਚ ਹੋ ਰਿਹਾ ਮੇਰੇ ਨਾਲ ਅੱਜ ਵੀ ਹੋ ਰਿਹਾ ਅੱਛਾ ਅੱਜ ਵੀ ਕਹਿ ਰਿਹਾ ਵੀ ਬਾਪੂ ਕਹਿੰਦਾ ਛੱਡ ਪੁੱਤਰਾ ਕੀ ਲੈਣਾ ਹਨਾ ਕਹਿੰਦਾ ਕੰਮ ਕਾਰ ਕਰ ਕਿਹੜੇ ਕੰਮ ਚ ਪਏ ਆ ਐ ਨੀ ਪਤਾ ਕਿ ਬਾਪੂ ਦੇਖੋ ਤੁਹਾਡਾ ਮੁੰਡਾ ਕਿੱਦਾਂ ਸਟਾਰ ਆ ਦੇਖੋ ਕਿੰਨੇ ਫੈਨ ਹੋਏ ਫਿਰਦਾ ਰੇਡੀਓ ਤੇ ਛਾਇਆ ਫਿਰਦਾ ਗਾ ਬਾਕੀ ਮਾਰਕੀਟ ਵਿੱਚ ਐਲਬਮ ਆ ਗਿਆ ਹੁਣ ਤਾਂ ਫਿਰ ਵੀ ਖੁਸ਼ੀ ਹੁੰਦੀ ਉਹਨਾਂ ਨੂੰ ਜੀ ਸੁਣ ਕੇ ਜੋ ਤੁਹਾਡੇ ਗਾਣੇ ਸੁਣੇ ਹੋਣਗੇ ਹੁਣ ਤਾਂ ਸੈੱਟ ਆ ਪਹਿਲਾਂ ਬਾਪੂ ਥੋੜਾ ਜਿਹਾ ਔਖਾ ਸੀ ਕਹਿੰਦਾ ਪੈਸੇ ਲਾਈ ਜਾਂਦਾ ਨਹੀਂ ਫਿਰ ਉਹੀ ਮੈਂ ਕਿਹਾ ਅਮਰ ਵੀਰ ਜਿੱਦਾਂ ਆਪਣਾ ਬੱਬੂ ਮਾਨ ਕਹਿੰਦਾ ਹੁੰਦਾ ਕਹਿੰਦਾ ਮੇਰਾ ਤਾਂ ਬਾਪ ਕਹਿੰਦਾ ਵੀ ਸਾਡਾ ਮੁੰਡਾ ਤਾਂ ਮਰਾਸੀ ਹੋ ਗਿਆ ਯਾ ਤੇ ਬਿਲਕੁਲ ਜੀ ਆਪਾਂ ਬਹੁਤ ਬਹੁਤ ਸ਼ੁਕਰੀਆ ਕਰਦੇ ਪਹਿਲਾਂ ਤਾਂ ਸੰਦੀਪ ਸਿੰਘ ਵੀਰ ਜੀ ਦਾ ਜਿਨ੍ਹਾਂ ਦੀ ਆਈ ਸੀ ਕਾਲ ਤੇ ਕਹਿੰਦੇ ਵੀ ਕਹਿੰਦੇ ਮੈਂ ਕਿਹਾ ਬਿਲਕੁਲ ਜੀ ਕਹਿੰਦੇ ਗੱਲਬਾਤ ਅਗਲੀ ਜਿਹੜੀ ਆਪਾਂ ਸੰਦੀਪ ਸਿੰਘ ਵੀਰ ਜੀ ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ ਤੇ ਆਪਾਂ ਨੈਕਸਟ ਕਾਲਰ ਕਿਉਂਕਿ ਹੁਣ ਹੋਰ ਜੋੜਨੇ ਨੇ ਨਾਲ ਹਾਂਜੀ ਬਿਲਕੁਲ ਬਿਲਕੁਲ ਜੀ ਓਕੇ ਥੈਂਕ ਯੂ ਬਾਈ ਬੜਾ ਵਧੀਆ ਲੱਗਾ ਗੱਲ ਕਰਕੇ ਤੁਹਾਡੇ ਨਾਲ ਤੇ ਬਾਈ ਨਾਲ ਓਕੇ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਕਾਲ ਲਈ ਤੇ ਆਪਾਂ ਹੁਣ ਗੱਲਬਾਤ ਦੱਸੀਏ ਵੀ ਮਿੱਤਰ ਅਮਰ ਵੀਰ ਦੇ ਗਾਣੇ ਦਾ ਜਿੱਦਾਂ ਤੁਹਾਨੂੰ ਦੱਸ ਹੀ ਚੁੱਕਿਆ ਵੀਰ ਤੇ ਟੇਪ ਵੀ ਕਹਿੰਦੇ ਗੱਲਬਾਤ ਕਰਾਂਗੇ ਵੀਰ ਜੀ ਪਾਇਰੇਸੀ ਬਾਰੇ ਵੀ ਤੇ ਵੈਸੇ ਤਾਂ ਕਹਿੰਦੇ ਵੀ ਅੱਜ ਕੱਲ ਬੱਬੂ ਮਾਨ ਨੇ ਤਾਂ ਹੁਣ ਗੱਲੇ ਨਵੀਂ ਬਣਾਤੀ ਵੀ ਨਾ ਕਿਤੇ ਐਡਵਰਟਾਈਜ਼ਮੈਂਟ ਕਰਨੀ ਹੈ ਨਾ ਕੁਛ ਕਰਨੀ ਹੈ ਕਹਿੰਦਾ ਮੈਂ ਤਾਂ ਯੂਟਿਊਬ ਤੇ ਹੀ ਚੱਲੂਗਾ ਕਹਿੰਦਾ ਐਡਵਰਟਾਈਜ਼ਮੈਂਟ ਭਾਜੀ ਇਹ ਫੀਲਡ ਹੁਣ ਬਹੁਤ ਐਕਸਪੈਂਸਿਵ ਹੋ ਗਿਆ ਕਿਉਂਕਿ ਮੂਵੀਜ਼ ਆ ਰਹੀਆਂ ਨੇ ਰਿਕਵਰੀ ਹੋ ਜਾਂਦੀ ਹੈ ਹੁਣ ਇੱਕ ਮਿਊਜ਼ਿਕ ਐਲਬਮ ਇੰਨੇ ਪੈਸੇ ਨਹੀਂ ਲਾ ਸਕਦਾ ਥੋੜੇ ਕਿਤੇ ਕੋਈ ਹਾਂਜੀ ਹਾਂਜੀ ਤੇ ਆਪਾਂ ਸਵਾਗਤ ਕਰਦੇ ਆ ਜੀ ਨੈਕਸਟ ਆਪਣੇ ਨਾਲ ਢਿੱਲੋਂ ਜੁੜੇ ਨੇ ਆਪਣੇ ਜਾਣੀ ਕਿ ਦੇਸੀ ਵਰਲਡ ਤੇ ਇਹ ਵੀ ਵੀਰ ਆਪਣੇ ਆਉਂਦੇ ਨੇ ਸਵੇਰੇ ਸਵੇਰੇ ਵੈਸੇ ਤਾਂ ਰੇਲ ਗੱਡੀ ਭਜਾ ਕੇ ਆਉਂਦੇ ਨੇ ਤੇ ਹੁਣ ਥੋੜੀਆਂ ਲਾ ਕੇ ਬ੍ਰੇਕਾਂ ਸਵਾਗਤ ਕਰਦੇ ਆ ਜੀ ਢਿੱਲੋਂ ਵੀਰ ਜੀ ਤੁਹਾਡਾ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਮਿੱਤਰ ਪਿਆਰਿਆਂ ਨੂੰ ਛੇੜੇ ਤੇ ਵਿਚਾਰਿਆਂ ਤੋਂ ਵਿਆਹ ਤੇ ਕੁਆਰਿਆਂ ਤੋਂ ਸਪੈਸ਼ਲ ਸਤਿ ਸ੍ਰੀ ਅਕਾਲ ਜੀ ਆਪਣੇ ਅਮਨ ਸਿਆਲਪੁਰੀ ਜੀ ਨੂੰ ਸਤਿ ਸ੍ਰੀ ਅਕਾਲ ਜੀ ਹਾਂ ਕੀ ਹਾਲ ਚਾਲ ਨੀ ਤੁਹਾਡੇ ਬਸ ਵਧੀਆ ਤੁਸੀਂ ਸੁਣਾਓ
अपने हरमजोत ने गल छेड़ी लती थी मेरा ही क्वेश्चन थी चल आप होर क्वेश्चन पर गल नहीं तुम मैं ही पूछना भी तुम लाइफ केड़ी वधी लगती है इंडिया की वधी लगती है अपने इटली की वधी लगती है तुम लाइफ 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 दोनों पास ठीक है इतने घर दे फैमिली है फैमिली ना रह के वधिया लगता है इंडिया जाओ उ वधिया यार दोस्त है काफी है अच्छा मैं थोड़ा बचपन तो इंडिया के बताया तुम ना अमरवीर फिर दस दी भी आप फ्यूचर दसता जी थोड़े साडे देसी वर्ल्ड दे पंडित ने ਬਹੁਤ ਵਧੀਆ ਲੱਗੇ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਵੀ ਬਿਲਕੁਲ ਹਰਮਨਵੀਰ ਮੈਂ ਕਿਹਾ ਗਾਣਾ ਗੁਣਾ ਪਲੇ ਕਰਨਾ ਕੋਈ ਕਿਹਾ ਜੇ ਤੁਸੀਂ ਜੀ ਗਾਣਾ ਪਲੇ ਕਰਨ ਤੋਂ ਪਹਿਲਾਂ ਆਪਾਂ ਜੀ ਮੈਸੇਜ ਰੀਡ ਕਰ ਦਈਏ ਜਿਹੜੇ ਇੱਕ ਦੋ ਮੇਰੇ ਕੋਲ ਆਏ ਆ ਤੇ ਤੁਸੀਂ ਵੀ ਤੁਹਾਡੇ ਕੋਲ ਹੈਗਾ ਤਾਂ ਉਹ ਵੀ ਰੀਡ ਕਰ ਲਈਏ ਵਿੱਚ ਹਾਂਜੀ ਬਿਲਕੁਲ ਜੀ ਪੜ ਦਿਓ ਅਸੀਂ ਤੇ ਪਹਿਲਾ ਮੈਸੇਜ ਮੇਰੇ ਕੋਲ ਆਇਆ ਸੀਗਾ ਜੀ ਪੁਸ਼ਪਿੰਦਰ ਸਿੰਘ ਜੀ ਦਾ ਜੀ ਇਹ ਮੈਸੇਜ ਇਹਨਾਂ ਨੇ ਕੀਤਾ ਗਾ ਜੀ ਪੰਜਾਬ ਤੋਂ ਹੀ ਨਾ ਤੇ ਕਹਿੰਦੇ ਜੀ ਸਭ ਤੋਂ ਪਹਿਲਾਂ ਜੀ ਆਪਣੇ ਆਏ ਹੋਏ ਮਹਿਮਾਨ ਨੂੰ ਅਮਰ ਬਾਈ ਜੀ ਨੂੰ ਸਤਿ ਸ੍ਰੀ ਅਕਾਲ ਬੁਲਾ ਦੇਣਾ ਮੇਰੀ ਜੀ ਤੇ ਕਹਿੰਦਾ ਵੀਰੇ ਨੈਟਵਰਕ ਪ੍ਰੋਬਲਮ ਹੈਗੀ ਜਿਸ ਕਰਕੇ ਕਾਲ ਕਰ ਨਹੀਂ ਸਕਦਾ ਮੈਸੇਜ ਛੱਡਤਾ ਕਹਿੰਦਾ ਜੇ ਪਹੁੰਚਾ ਦੋਗੇ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਤਾਂ ਵੀ ਕੋਈ ਗੱਲ ਨੀ ਤੇ ਅਮਰਵੀਰ ਜੀ ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਤੁਹਾਨੂੰ ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ ਜੀ ਇਹਨਾਂ ਨੂੰ ਵੀ ਮੇਰੇ ਵੱਲੋਂ ਤੇ ਬਾਕੀ ਕਹਿੰਦੇ ਜੀ ਬਾਈ ਦੇ ਸਾਰੇ ਗਾਣੇ ਆਏ ਸੁਣੀ ਦੇ ਜੀ ਬਹੁਤ ਵਧੀਆ ਲੱਗਦਾ ਗਾ ਤੇ ਕਹਿੰਦੇ ਹੁਣ ਤਾਂ ਜੀ ਸਪੈਸ਼ਲੀ ਵੇਟ ਕਰ ਰਹੇ ਹਾਂ ਵੀ ਕਦੋਂ ਕੋਈ ਨਵਾਂ ਗਾਣਾ ਆਵੇ ਤੇ ਕਦੋਂ ਸੁਣੀਏ ਤੇ ਇੱਕ ਇਹਨਾਂ ਨੇ ਮੈਸੇਜ ਚ ਡਿਮਾਂਡ ਕੀਤੀ ਹੈ ਜੀ ਕਹਿੰਦੇ ਜੀ ਮੈਨੂੰ ਤੁਸੀਂ ਬਾਈ ਦੇ ਮੂੰਹੋਂ ਦੋ ਕੁ ਲੈਣਾ ਸੁਣਾ ਦਿਓ ਜੀ ਇਰਾਦਾ ਗਾਣੇ ਦੀ ਹੈ ਜੀ ਕੋਈ ਇਰਾਦਾ ਹਾਂਜੀ ਬਿਲਕੁਲ ਜੀ ਇਰਾਦਾ ਸੌਂਗ ਸੁਣਨਾ ਚਾਹੇ ਕਹਿੰਦੇ ਜੀ ਨਵੀਆਂ ਲਾਈਨਾਂ ਸੁਣਾਉਣੇ ਉਹਨਾਂ ਚ ਵਾਹ ਜੀ ਕਿਆ ਬਾਤ ਹੈ ਮੈਂ ਕਿਹਾ ਜੀ ਸੁਣ ਤੇ ਸੁਹਾਗਾ ਹੋ ਜੂਗਾ ਫਿਰ ਨਵੀਆਂ ਸੁਣ ਗਿਆ ਦਾ ਉਨੀ ਮੈਂ ਚੰਡੀਗੜ੍ਹ ਤੇਰੇ ਲਈ ਫਲੈਟ ਲੈ ਲਿਆ ਜਾਨ ਤੋਂ ਪਿਆਰਾ ਪਿੰਡ ਛੱਡ ਬਹਿ ਗਿਆ ਤੂੜੀ ਤੇ ਪਰਾਲੀ ਦੇ ਵੀ ਚੇਤੇ ਭੁੱਲ ਗਏ ਐਸਾ ਤੇਰੇ ਸ਼ਹਿਰ ਦਾ ਅਸਰ ਪੈ ਗਿਆ ਉਹ ਪੈਗ ਲੈਣਾ ਚਾਹੁੰਦੇ ਇੱਕ ਤੂੰ ਨਵਾ ਦੇ ਹਾਏ ਨੀ ਹੋ ਜੂ ਜ਼ਿੰਦਗੀ ਚ ਬਾਦਾ ਉਹ ਤੈਨੂੰ ਚੁੱਕਲਾ ਤਲੀ ਤੇ ਜਿੰਦ ਤਰ ਕੇ ਹਾਏ ਨੀ ਮੇਰਾ ਬਣਦਾ ਹੈ ਇਰਾਦਾ ਉਹ ਤੈਨੂੰ ਚੁੱਕਲਾ ਤਲੀ ਤੇ ਜਿੰਦ ਤਰ ਕੇ ਹਾਏ ਨੀ ਮੇਰਾ ਬਣਦਾ ਹੈ ਇਰਾਦਾ ਕਿਆ ਬਾਤ ਹੈ ਜੀ ਬਹੁਤ ਹੀ ਖੂਬ ਅੱਜ ਕੱਲ ਤਾਂ ਮੈਨੂੰ ਲੱਗਦਾ ਫਿਰ ਆਪਾਂ ਪੂਰਾ ਤੁਸੀਂ ਨਵਾਂ ਹੀ ਸੁਣਾ ਦਿੰਦੇ ਸਾਨੂੰ ਲੈਣਾ ਜੀ ਜਿਹੜੇ ਸੌਂਗ ਆਏ ਆ ਤੇ ਬਹੁਤ ਬਹੁਤ ਧੰਨਵਾਦ ਜੀ ਇੱਕ ਮੈਸੇਜ ਮੇਰੇ ਕੋਲ ਆਇਆ ਸੀ ਮਨਪ੍ਰੀਤ ਸਿੰਘ ਜੀ ਦਾ ਮੈਸੇਜ ਆਇਆ ਸੀਗਾ ਯੂਕੇ ਤੋਂ ਮੈਸੇਜ ਕੀਤਾ ਇਹਨਾਂ ਨੇ ਕਹਿੰਦੇ ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ ਬੁਲਾ ਦਿਓ ਅਮਰ ਸਜਾਲਪੁਰੀ ਜੀ ਨੂੰ ਜੀ ਸ੍ਰੀ ਅਕਾਲ ਜੀ ਤੇ ਕਹਿੰਦੇ ਜੀ ਬਹੁਤ ਵਧੀਆ ਲੱਗਿਆ ਜੀ ਤੁਹਾਨੂੰ ਖੁਸ਼ੀ ਹੋਈ ਕਹਿੰਦਾ ਮੈਂ ਤੁਹਾਡਾ ਫੇਸਬੁੱਕ ਤੇ ਸਟੇਟਸ ਦੇਖਿਆ ਸੀਗਾ ਜੀ ਕਹਿੰਦਾ ਵੀ ਬਾਈ ਇੰਟਰਵਿਊ ਤੇ ਆ ਰਿਹਾ ਕਹਿੰਦਾ ਮੈਂ ਤਾਂ ਬੇਸਬਰੀ ਨਾਲ ਉਡੀਕੀ ਜਾਂਦਾ ਸੀ ਕਦੋਂ ਸੰਡੇ ਆਊਗਾ ਐਤਵਾਰ ਆਊਗਾ ਤੇ ਮੈਂ ਸੁਣੂਗਾ ਤੇ ਕਹਿੰਦਾ ਸੁਣ ਕੇ ਬਹੁਤ ਵਧੀਆ ਲੱਗਿਆ ਜੀ ਇਸੇ ਤਰ੍ਹਾਂ ਨਾਲੇ ਸਾਨੂੰ ਬੈਸਟ ਵਿਸ਼ੇ ਦੇ ਰਹੇ ਸੀ ਰੇਡੀਓ ਨੂੰ ਕਹਿੰਦੇ ਜੀ ਨਵੇਂ ਤੋਂ ਨਵੇਂ ਸਿੰਗਰ ਲਿਆਉਂਦੇ ਰਿਹਾ ਕਰੋ ਜ਼ਰੂਰ ਜੀ ਕੋਈ ਗੱਲ ਨੀ ਜ਼ਰੂਰ ਲੈ ਕੇ ਆਇਆ ਕਰਾਂਗੇ ਤੇ ਕਹਿੰਦੇ ਜੀ ਅਮਰਵੀਰ ਨਾਲ ਵੀ ਮੇਰੀ ਸਤਿ ਸ਼੍ਰੀ ਅਕਾਲ ਬੁਲਾ ਕੇ ਉਹਨਾਂ ਨੂੰ ਬੈਸਟ ਵਿਸ਼ੇ ਦੇ ਦਿਓ ਜੀ ਉਹਨਾਂ ਦੀ ਫਿਊਚਰ ਪਲੈਨਿੰਗ ਵਾਸਤੇ ਜੀ ਸ਼ੁਕਰੀਆ ਜੀ ਬਹੁਤ ਬਹੁਤ
धन्यवाद कर दी लवांगे इस तों बाद एक दो गाने लवांगे इजाजत जे कोई कॉल करने वाला वीर रह गया होवे ते ओह कर सकदे ते मैं कहा वीर जी एक रिक्वेस्ट आई है अपने कोल जे तुहाडा वीर जी मैं सुनिया अमरवीर जी कोई गाना लिखा होना तुसीं अज शेर लिखा शायद कोई अज दी कलाकारी कुछ ऐदां कोई है जी तुहाडा शेर हां जी हां जी अज दी गायकी वाला कोई शेर है वीर जी ओह तुसीं जे शेर कर सको साडे लिसनर्स लई हां जी ओ लख चंगा तू लिख लै गल है अपनी आना तेरे ओ जिन्ना चिर कोल पैसे है नी कई नी टुकना नेड़े ही चमकू तारा किस्मत दा साडा दिल जलिया दिलगीरा दा अजकल ता गायकी रह गई है बस बन के शौक अमीरां दा अजकल ता गायकी रह गई है बस बन के शौक अमीरां दा गई। बहुत बहुत शुक्रिया वीर जी ते आपां हुण ऐ करदे आं कॉलर नाल ही नाल जोड़ लिए हरमन वीर ते जिहड़े विच आपां नूं कॉल कर रहे ने कि गाना गुणा ला के आउणा है मैं कहा जी जोड़ लो कोई गल नहीं नाराज ना हो जाण जी किते मैं कहा नहीं तो फिर गाना गुना सुना दिने बई दा कोई वैसे बहुत वधिया लग रहा अमरवीर दे गाने सुन रहे ऑन एयर ते एक्सक्लूसिव ते स्वागत करदे आं जी अपने प्रदीप सिंह जी सति श्री अकाल तुसीं ऑनलाइन हो जी देसी वर्ल्ड ते सति श्री अकाल भाजी बहुत बहुत स्वागत है वीर जी आप कितो बोल रहे हैं पाजी मैं इटली तो बोल रहा जी हाँ जी ते बिलकुल अपने अमरवीर दे शहर तो ही बोल रहे हो तुसी हाँ जी ते गल बात सीधी करो जी अमरवीर नाल फिर हाजर ने करा दो जी जी की हाल चाल है भाई सत श्री अकाल जी सत श्री अकाल जी पाजी मैं मिलान तो बोलदा आप अगे भी दो तीन बारी जो तुसी इत्थे इटली सीगे मैं थाने दो तीन बारी गल कीती होई है अच्छा अच्छा चलो जी अगे मैं थोड़ी जिहड़ी थोड़ी नेक्स्ट प्रोजेक्ट आ रहा वो पुछना चाहुंदा सी कि सिंगल ट्रैक आ रहा कि पूरी एल्बम आ रही है पहला सिंगल ट्रैक आ रहा उस तो बाद पूरी एल्बम आ रही है सीजन ते आ रही है दिवाली दे नेड़े तेरे अच्छा जी ते भाजी मैं थानू कई बार फेसबुक ते भी मैसेज भी कीता तुसी जवाब नहीं दिंदे भाजी कई बार टाइम नहीं लगता ना मैसेज काफी आए होंदे ने ते बाकी बिजी होना चाहिए सर एक सवाल और भाजी की थोड़ा कोई ब्रदर भी है गगन सुजालपुरी हां जी हां जी ओ मैं थोड़ी ना उन्होंने फेसबुक देखी सी वो थोड़ी डिटो कॉपी ने ओ हां जी हां जी बहुत मैं क्या वीर ने नवी गल बात सांझी कर दी ते उम्मीद करदे आं आपां अमर सजालपुरी वीर बहुत मैसेज मेरे कोल भी आ रहे ने कहंदे भी फेसबुक ते बाई जी रिप्लाई नहीं करदे मैं तां कहा भी मित्र एदां भी टाइम हुंदा नहीं हैगा वीर कोल ते इस करके कई बार रिप्लाई नहीं कर पांदे ते आपां माफी नामे ते घुग्गी जी हुणे मरवा दी अमर वीर मैं क्या जिन्ने भी कर रहे ने कॉलां ते मैसेज सॉरी है जी फिर भी पर ज्यादातर कोशिश करी दे रिप्लाई करन दी पर कई बार नहीं भी हुंदा सॉरी है सारिआं नूं हां जी टाइम भी नहीं हुंदा ते कई बार गल बात भी नहीं जुड़दी ते आपां हुण प्रदीप वीर जी होर कोई गल बात या मैसेज देना चाहोगे तां दे दियो नहीं तां तुसीं अपना अमरवीर दा फेवरेट गाना दस दो जिहड़ा आपां प्ले कर दईए अमरवीर दा तां मेरी तनहाई है अच्छा जी मेरी तनहाई सोंग बिलकुल जी कोशिश कर दे जी आपां तुहाडी इस रिक्वेस्ट नूं भी जानी के सिरे लाण दी क्योंकि अपने वीर दे इक सवाल पुछणा सी अमर भाजी तों हां जी हां जी ਭਾਜੀ ਨੂੰ ਮੈਂ ਇੱਕ ਦਿਨ ਪੁੱਛਿਆ ਸੀਗਾ ਮੈਂ ਉਹਨਾਂ ਦੀ ਕਿਤਾਬ ਬਾਰੇ ਪੁੱਛਿਆ ਸੀਗਾ ਕਿ ਮੈਂ ਕਿਤਾਬ ਉਹਨਾਂ ਦੀ ਖਰੀਦਣਾ ਚਾਹੁੰਦਾ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਪਰ ਮੈਨੂੰ ਹਲੇ ਤੇ ਮਿਲੀ ਨਹੀਂ ਜੀ ਉਹਨਾਂ ਦੀ ਕਿਤਾਬ ਜਿਹੜੀ ਉਹਨਾਂ ਨੇ ਵੀਰ ਨੇ ਅੱਜ ਵੀ ਗੱਲ ਕੀਤੀ ਸੀ ਰੇਡੀਓ ਤੇ ਵੀਰ ਜੀ ਤੇ ਉਹ ਕਹਿੰਦੇ ਸੀ ਵੀ ਐਲਬਮ ਜਿਹੜੀ ਜੀ ਜਾਣੀ ਕਿ ਕਿਤਾਬ ਦੀ ਤੁਸੀਂ ਗੱਲ ਕਰਦੇ ਹੋ ਬਿਲਕੁਲ ਮਾਰਕੀਟ ਚ ਵੀ ਅਵੇਲੇਬਲ ਹੈ ਤੇ ਇੱਕ ਆਪਣੀ ਵੈਬਸਾਈਟ ਵੀ ਹੈਗੀ ਆ ਉੱਥੇ ਵੀ ਅਵੇਲੇਬਲ ਹੈਗੀ ਆ ਤੇ ਬਾਕੀ ਜੇ ਤੁਸੀਂ ਕੋਈ ਖਾਸ ਇਟਲੀ ਦੇ ਵਿੱਚ ਰਹਿੰਦੇ ਹੋ ਤੇ ਮੈਨੂੰ ਲੱਗਦਾ ਫਿਰ ਆਪਾਂ ਗੇੜਾ ਮਾਰਕੀ ਮੰਗ ਲਈਏ ਕਿਤਾਬ ਜੇ ਇਹ ਤਾਂ ਭਾਈ ਜੀ ਦੀ ਪਰਮਿਸ਼ਨ ਚਾਹੀਦੀ ਹੈ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਜਦ ਮਰਜ਼ੀ ਆਓ ਚਲੋ ਜੀ ਥੈਂਕ ਯੂ ਭਾਜੀ ਤੁਸੀਂ ਅਮਰ ਸਜਾਲਪੁਰੀ ਨੂੰ ਇੰਟਰਵਿਊ ਤੇ ਸੱਦਿਆ ਮੈਂ ਕਾਲ ਕਰਨੀ ਸੀ ਭਾਜੀ ਕੋਈ ਗੈਸਟ ਆ ਗਿਆ ਮੈਂ ਸਭ ਤੋਂ ਪਹਿਲਾਂ ਮੈਂ ਹੀ ਸੋਚਿਆ ਸੀ ਕਿ ਮੈਂ ਹੀ ਭਾਜੀ ਉਹਨਾਂ ਨੂੰ ਕਾਲ ਕਰਾਂਗਾ ਕੋਈ ਗੈਸਟ ਆ ਗਿਆ ਉਦੋਂ ਹੀ ਚਲੋ ਕੋਈ ਨੀ ਭਰਾ ਥੈਂਕ ਯੂ ਭਾਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ
ਤੇ ਬਿਲਕੁਲ ਜੀ ਜਿੱਦਾਂ ਵੀਰ ਨੇ ਹੁਣ ਗੱਲਬਾਤ ਕੀਤੀ ਸੀ ਤੇ ਕਹਿੰਦੇ ਮੇਰਾ ਗਾਣਾ ਵੀ ਇੱਕ ਪਾਸੇ ਦਿਲ ਆ ਮੇਰੀ ਤਨਹਾਈ ਆ ਉਹ ਕਰ ਦਿਓ ਪਲੇ ਤੇ ਕਰ ਦਿੰਨੇ ਆ ਜੀ ਪਲੇ ਆਪਾਂ ਬਿਲਕੁਲ ਆਪਾਂ ਛੱਡਣੀ ਨਹੀਂ ਕਿਸੇ ਦੀ ਰਿਕੁਐਸਟ ਤੇ ਅਮਰ ਸਜਾਲਪੁਰੀ ਵੀਰ ਦਾ ਜੀ ਗਾਣਾ ਹੈ ਜੀ ਇੱਕ ਪਾਸੇ ਮੇਰਾ ਦਿਲ ਆ ਮੇਰੀ ਤਨਹਾਈ ਆ ਦੂਜੇ ਪਾਸੇ ਆਪਣੇ ਚਾਹ ਜੋ ਵੀ ਸ਼ਗਨਾਂ ਦੀ ਗੱਲ ਆ ਉਹ ਕਰਦੇ ਆ ਪਲੇ ਤੇ ਫਿਰ ਮਿਲਦੇ ਆ ਜੀ ਇਸ ਸੌਂਗ ਤੋਂ ਬਾਅਦ ਜੁੜੇ ਰਹੋ ਆਪਣੇ ਦੇਸੀ ਵਰਲਡ ਰੇਡੀਓ ਦੇ ਨਾਲ ਉਹਨੂੰ ਛੱਡ ਨਾ ਦੇ ਜਾ ਇੱਕ ਪਾਸੇ ਦਿਲਾਂ ਮੇਰੇ
ਬਿਲਕੁਲ ਜੀ, ਜਿੱਦਾਂ ਕਹਿੰਦੇ ਵੀਰ ਦਾ ਜਿਹੜਾ ਪਹਿਲਾ ਗਾਣਾ ਆਇਆ ਸੀ ਉਹ ਆਪਾਂ ਕਰ ਦਿੱਤਾ ਪਲੇ, ਇੱਕ ਪਾਸੇ ਦਿਲਾ ਮੇਰੀ ਤਨਹਾਈ ਆ, ਤੇ ਮਨੀ ਵੀਰ ਜੀ ਆਪਣੇ ਨਾਲ ਜੁੜੇ ਸੀ ਅਤੇ ਸਰਬਜੀਤ ਸਿੰਘ ਸੰਧੂ ਜੁੜੇ ਸੀ। ਸਰਬਜੀਤ ਸਿੰਘ ਸੰਧੂ ਸਾਹਿਬ ਕਰ ਲਿਓ ਦੁਬਾਰਾ ਕਾਲ, ਤੁਸੀਂ ਡਿਸਕਨੈਕਟ ਹੋ ਗਈ। ਤੇ ਸਵਾਗਤ ਕਰਦੇ ਆ ਪਹਿਲਾਂ ਆਪਣੇ ਛਤਰਪਾਲ ਵੀਰ ਜੀ, ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ। ਤੇ ਮੈਂ ਕਿਹਾ ਵੀਰ ਜੀ ਆਪਣਾ ਰੇਡੀਓ ਕਰ ਲਿਓ ਬੰਦ, ਤੁਹਾਡੀ ਆਵਾਜ਼ ਰੇਡੀਓ ਤੇ ਤੁਹਾਨੂੰ ਬਾਅਦ ਚ ਸੁਣਾ ਦਿਆਂਗੇ, ਕਿਉਂਕਿ ਆਪਾਂ ਇਹ ਸ਼ੋਅ ਰਿਕਾਰਡ ਕਰਕੇ ਯੂਟਿਊਬ ਤੇ ਵੀ ਪਾ ਦੇਣਾ, ਤੇ ਪਹਿਲਾਂ ਤੁਸੀਂ ਇੱਧਰ ਵੀਰ ਨਾਲ ਗੱਲ ਕਰ ਲਓ। ਓਕੇ ਵੀਰੇ। ਤੇ ਆਪਣੇ ਅਮਰ ਸਿਆਲਪੁਰੀ ਵੀਰ ਤੁਹਾਡੇ ਨਾਲ ਨੇ, ਤੇ ਕਰੋ ਗੱਲਾਂ ਬਾਤਾਂ, ਫਿਰ ਕੀ ਗੱਲਬਾਤ ਕਰਨਾ ਚਾਹੋਗੇ ਤੁਸੀਂ? ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਭਾਜੀ, ਹੋਰ ਕੀ ਹਾਲ ਚਾਲ? ਠੀਕ ਠਾਕ ਹੋ? ਬਸ ਵਧੀਆ ਮੇਰਾ ਰੱਬ ਦੀਆਂ, ਤੁਸੀਂ ਸੁਣਾਓ? ਹਾਂਜੀ ਭਾਜੀ ਵਧੀਆ, ਬਸ ਚੱਲੀ ਜਾਂਦਾ, ਗਾਣੇ ਸੁਣੀ ਜਾਈਦੇ ਤੁਹਾਡੇ ਵਰਗੇ ਵੀਰਾਂ ਦੇ, ਕਲਾਕਾਰਾਂ ਦੇ, ਵੱਡਿਆਂ ਬੰਦਿਆਂ ਦੇ। ਨਾ ਵੱਡੇ ਬੰਦੇ ਕਿੱਥੇ ਭਰਾ। ਹਾਂਜੀ ਹਾਂਜੀ ਭਾਜੀ, ਕਿੱਥੇ ਹੋ ਤੁਸੀਂ ਹੁਣ ਇਸ ਟਾਈਮ? ਕਿੱਥੇ? ਮੈਂ ਇਸ ਟਾਈਮ ਇਟਲੀ ਚ। ਅੱਛਾ ਇਟਲੀ ਚ। ਤੇ ਹੋਰ ਫਿਰ ਜੇ ਪ੍ਰੋਗਰਾਮ ਅਸੀਂ ਬੁੱਕ ਕਰਾਉਣਾ ਹੋਵੇ ਫਿਰ ਇਟਲੀ ਤੋਂ ਆਓਗੇ? ਪਹਿਲਾਂ ਤਾਂ ਸਾਨੂੰ ਟਿਕਟ ਦਾ ਖਰਚਾ ਦੇਣਾ ਪੈਣਾ ਤੁਹਾਨੂੰ। ਹਾਂਜੀ ਇਹ ਬਹੁਤ ਪ੍ਰੋਬਲਮ ਆ ਰਹੀ ਅੱਜ ਕੱਲ ਕੇ, ਕਿਉਂਕਿ ਬਹੁਤ ਪ੍ਰੋਗਰਾਮ ਆਉਂਦੇ ਨੇ ਇੱਥੇ, ਪਰ ਕੋਈ ਨੀ, ਦੋ ਚਾਰ ਮਹੀਨੇ ਹੋਰ ਆ ਫਿਰ ਪੱਕਾ ਇੰਡੀਆ ਸ਼ਿਫਟ ਹੋ ਜਾਣਾ ਸ਼ਾਇਦ। ਅੱਛਾ ਅੱਛਾ ਜਿੰਨੇ ਮਰਜ਼ੀ ਛਤਰਪਾਲ ਵੀਰ ਹੋਣੀ ਤਾਂ ਤੈਨੂੰ ਯੂਐਸਏ ਬੁਲਾਉਣ ਦੇ ਚੱਕਰ ਚ ਨੀ ਮੈਨੂੰ ਲੱਗਦਾ। ਕੋਈ ਚੱਕਰ ਨੀ, ਯੂਐਸਏ ਵੀ ਆ ਜਾਂਗੇ, ਕੋਈ ਵੱਡੀ ਗੱਲ ਨੀ, ਯੂਐਸਏ ਵਾਲਾ ਸੌਖਾ ਭਾਜੀ। ਤੇ ਆਪਣੇ ਹਰਮਨਜੋਤ ਸਿੱਧੂ ਵੀਰ ਜੀ। ਹਾਂਜੀ ਹਾਂਜੀ ਵੀਰ ਜੀ। ਮੈਂ ਕਿਹਾ ਕਾਲ ਕੂਲ ਜਰਾ ਚੈੱਕ ਕਰਿਓ ਕਿੱਧਰੋਂ ਹੋ ਰਹੀ ਹੈ ਜੀ। ਇਹ ਭਾਈ ਜੀ ਡਿਸਟਰਬੈਂਸ ਆ ਰਹੀ ਆ ਮੇਰੇ ਕੰਨਿਓ। ਛਤਰਪਾਲ ਸਿੰਘ ਬਾਈ ਜੀ ਤੁਹਾਡੀ ਬੈਕ ਥੋੜੀ ਜਿਹੀ ਆ ਰਹੀ ਹੈ ਆਵਾਜ਼, ਕੋਈ ਤੁਹਾਡਾ ਰੇਡੀਓ ਸੈਟ ਤੁਹਾਨੂੰ ਚੱਲ ਰਿਹਾ ਨਾਲ ਨਾਲ? ਉਹ ਨਾਲ ਦਾ ਭਾਈ ਲੱਗ ਰਿਹਾ, ਸੋਰੀ ਭਾਈ। ਆਪਾਂ ਵੀਰ ਜੀ ਗੱਲਬਾਤ ਤੁਹਾਡੀ ਹੁਣ ਕਰਵਾ ਦਿੱਤੀ ਹੈ, ਤੇ ਆਪਾਂ ਹੋਰ ਲਿਸਨਰ ਵੀ ਲੈਣੇ ਨੇ ਨਾਲ, ਤੇ ਕਰਵਾ ਦਈਏ ਉਹਨਾਂ ਦੀਆਂ ਗੱਲਾਂ ਬਾਤਾਂ। ਬਹੁਤ ਬਹੁਤ ਸ਼ੁਕਰੀਆ ਕਾਲ ਲਈ ਵੀਰ। ਥੈਂਕ ਯੂ। ਹਾਂਜੀ ਮੈਂ ਕਿਹਾ ਵੀਰ ਦੀ ਕਾਲ ਕੱਟਣੀ ਪੈ ਗਈ ਡਿਸਟਰਬੈਂਸ ਕਰਕੇ ਮਿੱਤਰੋ। ਤੇ ਹੁਣੇ ਆਪਾਂ ਜਾਣੀ ਕਿ ਮੈਦਾਨ ਆਪਣੇ ਹਰਮਨਜੋਤ ਸਿੱਧੂ ਬਾਈ ਨੂੰ ਫੜਾ ਦਿੱਤੀ ਹੈ ਗੱਲਬਾਤ, ਤੇ ਹਰਮਨਜੋਤ ਸਿੱਧੂ ਬਾਈ ਹੁਣ ਲੜੀ ਜੀ ਤੂੰ ਜੋੜ, ਤੇ ਕਾਲਰਾਂ ਦਾ ਇੰਤਜ਼ਾਰ ਮੈਂ ਕਰਦਾ। ਹਾਂਜੀ ਹਾਂਜੀ ਜਰੂਰ ਜੀ ਜਰੂਰ, ਕਾਲਰਾਂ ਨੂੰ ਇੱਕ ਵਾਰੀ ਫਿਰ ਦੱਸ ਦਿੰਦੇ ਆਪਾਂ ਵੀ ਆ ਜਾਓ ਜੀ, ਹੁਣ ਤਾਂ ਮੌਕਾ ਹੈਗਾ ਫੇਰ ਨਾ ਕਿਉਂ ਤੁਸੀਂ ਰਹਿ ਗਏ, ਤੇ ਹੁਣ ਆਪਾਂ ਅੱਗੇ ਗੱਲਾਂ ਬਾਤਾਂ ਜੀ ਕਰ ਲੈਣੀ ਆ ਜੀ ਫਿਰ। ਤੇ ਫਿਰ ਤੁਸੀਂ ਜੀ ਮੈਂ ਪੁੱਛਣ ਜਾਊਂਗਾ ਅਮਰਵੀਰ ਜੀ ਕਿ ਇੱਕ ਵਾਰੀ ਫਿਰ ਤੋਂ ਪੁੱਛਣ ਜਾਊਂਗਾ, ਪਤਾ ਨੀ ਆਪਾਂ ਪੁੱਛੇ ਜਾਂ ਨਹੀਂ, ਵੀ ਤੁਸੀਂ ਇੱਧਰ ਇਟਲੀ ਆਏ ਨੂੰ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ? ਮੈਨੂੰ 7 ਸਾਲ ਹੋ ਗਏ ਜੀ ਇੱਥੇ। ਅੱਛਾ ਜੀ, ਤੇ ਆਪਣਾ ਜੀ ਜਿਹੜਾ ਫਿਰ ਇੱਥੇ ਇੰਡੀਆ ਦੀ ਲਾਈਫ ਸੀਗੀ ਜਦੋਂ ਇੰਡੀਆ, ਤੁਹਾਡੀ ਫੈਮਿਲੀ ਸ਼ੁਰੂ ਤੋਂ ਇੱਧਰੋਂ ਸੈਟਲ ਆ ਜਾਂ ਤੁਸੀਂ ਇਕੱਠੀ ਗਏ ਸੀ ਫੈਮਿਲੀ ਨਾਲ? ਮੈਂ ਫੈਮਿਲੀ ਨਾਲ ਹੀ ਆਇਆ ਸੀ, ਮੇਰੇ ਫਾਦਰ ਸਾਹਿਬ ਸੀ ਪਹਿਲਾਂ ਇੱਥੇ। ਅੱਛਾ ਜੀ, ਤੇ ਫਿਰ ਇੰਡੀਆ ਜਿਹੜੀਆਂ ਮੌਜਾਂ ਮਾਣੀਆਂ ਯਾਰਾਂ ਦੋਸਤਾਂ ਨਾਲ, ਫਿਰ ਜੀ ਉਹ ਫਿਰ ਜ਼ਿਆਦਾ ਯਾਦ ਆਉਂਦੀ ਹੈ ਕਿ ਇੱਥੋਂ ਦੀ ਲਾਈਫ ਫਿਰ ਤੁਹਾਨੂੰ ਹੁਣ ਇੱਥੇ ਵਧੀਆ ਲੱਗਦੀ, ਕਿਉਂਕਿ ਇੱਥੋਂ ਦੀ ਲਾਈਫ ਤੁਹਾਨੂੰ ਵਧੀਆ ਲੱਗਣੀ ਹੈ ਕਿਉਂਕਿ ਤੁਹਾਡੀ ਫੈਮਿਲੀ ਇੱਥੇ ਹੈਗੀ ਆ? ਬਸ ਠੀਕ ਆ ਭਰਾ, ਇੱਥੇ ਏਦਾਂ ਸ਼ਾਂਤੀ ਜਿਹੀ ਆ, ਇੰਡੀਆ ਰੌਲਾ ਰੱਪਾ ਜ਼ਿਆਦਾ। ਹਾਂ ਪਰ ਮੈਂ ਜਿੱਥੇ ਤੱਕ ਸੁਣਿਆ ਜ਼ਿਆਦਾਤਰ ਤਾਂ ਇਹੀ ਕਹਿੰਦੇ ਹੁੰਦੇ ਆ ਬਾਈ ਬਾਹਰ ਦੀ ਕੋਈ ਲਾਈਫ ਨੀ ਹੈਗੀ ਕਿ ਕੰਮ ਬਾਹਲਾ ਕਰਨਾ ਪੈਂਦਾ ਗਾ, ਹੋਰ ਕੋਈ ਗੱਲ ਪਤਾ ਨੀ। ਤੇ ਇੰਦਰ ਵੀਰ ਆਪਾਂ ਹਰਮਨਜੋਤ ਸਿੱਧੂ ਵੀਰ ਤੈਨੂੰ ਮਾਫ ਕਰਦਾ, ਕੱਟਣੇ ਪੈ ਰਹੀ ਗੱਲ, ਮੈਨੂੰ ਲਿਸਨਰ ਆ ਗਿਆ ਆਪਣੇ ਕੋਲ ਤੇ ਉਹਨਾਂ ਦੀ ਕਰਵਾ ਦਿੰਦੇ ਆ ਗੱਲਬਾਤ। ਲਓ ਜੀ ਲਓ। ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਦੇਸੀ ਵਰਲਡ ਰੇਡੀਓ ਤੇ। ਹਾਂਜੀ ਮਨੀ ਵੀਰ ਜੀ ਮੈਨੂੰ ਲੱਗਦਾ ਜਾਂ ਕੌਣ ਵੀਰ ਬੋਲ ਰਹੇ ਨੇ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰੇ, ਕੀ ਹਾਲ ਆ ਬਾਈ? ਬਸ ਵਧੀਆ, ਕੌਣ ਵੀਰ ਬੋਲ ਰਹੇ ਨੇ? ਗੁਰਸਿਮਰਨਜੀਤ ਢਿੱਲੋਂ ਬੋਲਦਾ ਵੀਰੇ, ਕੈਲੀਫੋਰਨੀਆ ਬਾਈ। ਬਿਲਕੁਲ ਬਾਈ ਜੀ ਪਛਾਣ ਲਿਆ, ਕੈਲੀਫੋਰਨੀਆ ਵਾਲੇ। ਤੇ ਆਪਣੇ ਨਾਲ ਅੱਜ ਅਮਰ ਸਜਾਲਪੁਰੀ ਵੀਰ ਜੁੜੇ ਨੇ, ਤੇ ਉਮੀਦ ਕਰਦਾ ਤੁਸੀਂ ਹੁਣ ਤੱਕ ਇਹਨਾਂ ਦੇ ਗਾਣੇ ਵੀ ਸੁਣ ਚੁੱਕੇ ਹੋਣੇ ਆ, ਤੇ ਬਾਕੀ ਗੱਲਬਾਤ ਤੁਸੀਂ ਜੇ ਕੋਈ ਵੀਰ ਨਾਲ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਜੀ। ਉਹ ਠੀਕ ਆ ਵੀਰੇ। ਹੈਲੋ ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ। ਬਸ ਵਧੀਆ, ਕਿਰਪਾ ਰੱਬ ਦੀ, ਤੁਸੀਂ ਸੁਣਾਓ? ਬਸ ਵਧੀਆ ਬਾਈ, ਵਧੀਆ ਯਾਰ, ਤੂੰ ਸੁਣਾ ਯਾਰ? ਲੁੱਟੀ ਜਾਂਦੇ ਮੌਜਾਂ ਕੈਲੀਫੋਰਨੀਆ? ਯਾਰ ਟਰੱਕ ਚਲਾਈ ਜਾਂਦੇ ਆ ਬਾਈ ਦੇ, ਕੰਨੀ ਜਾ ਲਿਆ ਸੀ ਅਮਰੀਕ ਦੇ ਉਹ ਕੰਨੀ ਕੈਨੇਡਾ ਵਾਲੇ ਬਾਰਡਰ ਤੇ ਭਰਾਵਾ ਲੋਡ ਲਾਉਣ। ਅੱਛਾ ਅੱਛਾ, ਚਲੋ ਵਧੀਆ, ਗੇਅਰ ਪਾਈਏ ਨੇ ਪੱਟ ਪੱਟ। ਯਾਰ ਪਾਈ ਜਾਣੇ ਵਧੀਆ ਯਾਰ, ਬਾਈ ਯਾਰ ਬੇਪਰਵਾਹ ਗਾਣਾ ਬਹੁਤ ਵਧੀਆ ਲੱਗਦਾ ਬਾਈ ਯਾਰ ਤੇਰਾ। ਸ਼ੁਕਰੀਆ ਭਰਾ, ਯਾਰ ਬਹੁਤ ਸੋਹਣਾ ਯਾਰ ਬਾਈ। ਬਾਈ ਇੱਕ ਫਿਰ ਵੀਰਾ ਕਾਲ ਕਰਦਾ ਯਾਰ, ਕਿਤੇ ਅਮੈਰੀਕਾ ਦਾ ਲੱਗਾ ਚੱਕਰ, ਬਹੁਤ ਵਧੀਆ ਯਾਰ, ਇੱਥੇ ਕਿਤੇ ਆ ਜਾਓ ਸ਼ੋਅ ਸ਼ੂ ਕਰਨ। ਹਾਂਜੀ ਜਰੂਰ ਆਵਾਂਗੇ, ਤੁਸੀਂ ਬੁਲਾਓ, ਅਸੀਂ ਤਾਂ ਤਿਆਰ ਬੈਠੇ ਹਾਂ। ਯਾਰ ਸੋਨਾ ਬਾਈ ਬੁਲਾਵਾਂਗੇ ਯਾਰ, ਇਹ ਕਿਹੜੀ ਗੱਲ ਆ? ਹਾਂਜੀ ਆਵਾਂਗੇ ਆਵਾਂਗੇ ਜਰੂਰ। ਹੋਰ ਬਾਈ ਵਧੀਆ ਯਾਰ? ਹਾਂਜੀ ਬਸ ਵਧੀਆ,
ਹਾਂਜੀ ਹਾਂਜੀ ਠੀਕ ਸਰ ਇਟਲੀ ਇਟਲੀ ਰਹਿੰਦੇ ਤੁਸੀਂ ਇਟਲੀ ਹਾਂਜੀ ਭਾਜੀ ਇਟਲੀ ਰਹਿੰਦਾ ਮੈਂ ਇਟਲੀ ਕਿਹੜੀ ਜਗ੍ਹਾ ਵੀਰੇ ਮੈਂ ਮਿਲਾਨ ਓ ਅੱਛਾ ਅੱਛਾ ਮੇਰਾ ਕਜ਼ਨ ਰਹਿੰਦਾ ਵੀਰੇ ਇੱਥੇ ਮਰਸੇਤਾ ਪੈਂਦਾ ਮਰਸੇਤਾ ਤੇ हां मैं कह वीर जी बिल्कुल गल बात यही है वीर जी आपा पहला दस चुके हैं गुरसिमरन जी ते सब ते के पहुंच चुके ने बाकी तुसी मारो कनाडा वाले बॉर्डर ते यानी कि गेड़ा मैं पहुंचदा मैं पहुंचदा तुम लेण लई हां हां ते मैं बाकी कर लवां शो थोड़े अमर अपने अमर हां जी हां जी अमर सजालपुरी वीर जी ने गल बात सब नाल ते मैं के कई बार वीर ऐदा हो जांदा वी आपां अमर वीर हुण जदों गल चलो तुरी है ते आपां अगे मैं तोर ही दिंदा इस गल नूं ते लिसनरां लई वी क्लीयर हो जूंगी गल ते शो शू वगैरा तुहानूं जे बुक करवाने होवे या कोई होर तुहाडे तक पहुंच करनी होवे तुसीं कोई अपना मैनेजर या किसे दा वी कॉन्टैक्ट कुछ भी दे सकदे हो हां जी फेसबुक ते मेरे ऑफिशियल पेज एको ही पेज है मेरा उत्ते बाकी सारी आईडियां फेक है मैं भी कंफर्म करना चाहना क्योंकि कई बार लोगों ने मैं मैसेज आंदे पेज ते भाई तुसी ऐदा की सानू रिप्लाई दे वो पर मेरा एक ही पेज है ऑफिशियल ते और कोई आईडी नहीं है फेसबुक ते अपने वीर दा अमर सजालपुरी दा वीर जी जे तुसी यूआरएल मतलब प्रोपर पेज दा नाम दस दो ते आपां क्लियर कर दी गल फिर होर फेसबुक / अमर सजालपुरी ਜੁਆਇੰਟਲੀ ਵੇਖ ਕੇ ਉਹੀ ਹੈ ਬਸ ਇੱਕ ਹਾਂਜੀ ਤੇ ਬਿਲਕੁਲ ਮੈਂ ਦੱਸ ਦਵਾਂ ਮਿੱਤਰੋ AMARSAJALPURI ਵੀਰ ਦਾ ਇਹੀ ਪੇਜ ਹੈ ਜੀ ਇੱਕ ਤੇ ਟਾਈਪ ਆ ਕੇ ਵੀਰ ਨੇ ਘੈਂਟ ਜੀ ਫੋਟੋ ਵੀ ਖਿਚਾ ਕੇ ਲਾਈ ਆ ਤੇ ਕਰਦੇ ਆ ਗੱਲਬਾਤ ਅੱਗੇ ਵੀ ਤੇ ਮੈਂ ਕਿਹਾ ਹਰਮਨਜੋਤ ਬਾਈ ਤੇਰੀ ਗੱਲ ਲਿਸਨਰ ਨੇ ਵਿੱਚੇ ਕੱਟ ਦੀ ਤੇ ਜੋੜ ਲੈ ਆਪਣੀ ਗੱਲਬਾਤ ਸਿਫਾਰਿਸ਼ਾਂ ਬਾਹਲੀਆਂ ਤੇਰੀਆਂ चलो कोई गल नहीं जी कोई गल नहीं आप भी जुड़े फिरदे आ ते वैसे बिल्कुल एक गल है भी मैं कह चाहूंगा जी कि आ जिहड़े फेक पेज बना के जी चलाई जांदे आ बाकी साहब दे नां ते जी ये बिल्कुल गलत गल है जिहड़े दूजे दे पेज बना के आप चलाउंदे रहिंदे जी मैं अक्सर देखिया पहला मैं भी बाई दा पेज सर्च मार रहा सी गूगल दित्तो ਤਾਂ ਉਹਦੇ ਕੋਲ ਮੈਂ ਦੇਖਿਆ ਤੇ ਉਹਦੇ ਤਾਂ ਲਾਈਕ ਵੀ ਬਹੁਤ ਘੱਟ ਸੀ ਮੈਂ ਕਿਹਾ ਜੀ ਸ਼ਾਇਦ ਇਹੀ ਆਫੀਸ਼ੀਅਲ ਪੇਜ ਹੋਵੇ ਤਾਂ ਫਿਰ ਮੈਨੂੰ ਪ੍ਰੋਪਰ ਨਹੀਂ ਪਤਾ ਲੱਗਿਆ ਫਿਰ ਮੈਂ ਕਿਸੇ ਨੂੰ ਪੁੱਛਿਆ ਵੀ ਉਹ ਕਹਿੰਦਾ ਬਈ ਆ ਨੀ ਗਾ ਆਹੀ ਆਫੀਸ਼ੀਅਲ ਪੇਜ ਆ ਤੇ ਇਹ ਤਾਂ ਮੈਂ ਹੀ ਕਨਫਿਊਜ਼ ਹੋ ਗਿਆ ਸੀ ਬਈ ਬਾਕੀਆਂ ਨੇ ਵੀ ਤਾਂ ਹੋਣਾ ਹੀ ਹੋਣਾ ਗਾ ਕਿਉਂਕਿ ਪਤਾ ਨੀ ਲੱਗਦਾ ਜਦੋਂ ਪੇਜ ਇੱਕੋ ਨਾਲ ਦੇ ਇੰਨੇ ਪੇਜ ਆ ਜਾਂਦੇ ਸਾਹਮਣੇ ਤੇ ਫਿਰ ਵੀਰ ਜੀ ਆਪਾਂ ਸਵਾਗਤ ਕਰਦੇ ਇੱਕ ਹੋਰ ਲਿਸਨਰ ਦਾ ਆਪਣੇ ਨਾਲ ਸੁਖੀ ਜੀ ਜੁੜੇ ਨੇ ਪੈਨ ਤੇ ਕਲਿੱਕ ਕਰ ਪੈਨ ਤੇ ਹਾਂਜੀ ਸੁਖੀ ਜੀ ਸਤਿ ਸ੍ਰੀ ਅਕਾਲ ਹੈ ਜੀ ਸਤਿ ਸ੍ਰੀ ਅਕਾਲ ਭਾਜੀ बस वधिया तुसी दसो जी हां जी वीर जी तुहाडी आवाज शायद कट के आ रही है ते अमर सजालपुरी वीर अपने नाल जुड़े ने जे तुसी कोई गल बात या मैसेज देना चाहते हो अपना सीधी कर सकते हो मैनू लगदा वीर वलो कनेक्शन दी प्रॉब्लम है ते इस करके कॉल आपा चुक नहीं पा रहे ते अमर वीर जी तुहाडा फिर एक फेसबुक ही कॉन्टेक्ट है जिथे आपा तुहानू कोई गल बात या किसी ने पहुंच करनी होवे तुहानू शोज लई वगैरा हां जी उत्थे सारे कॉन्टेक्ट नंबर दिते हुए ने फेसबुक ते ਤੇ ਬਿਲਕੁਲ ਜੀ ਆਪਾਂ ਜਾਂਦੇ ਜਾਂਦੇ ਉਹ ਜਰੂਰ ਕਰ ਦਵਾਂਗੇ ਗੱਲਬਾਤ ਤੇ ਅੱਗੇ ਦੀ ਵੀ ਗੱਲਬਾਤ ਜੋੜਾਂਗੇ ਤੇ ਆਪਣੇ ਵੀਰ ਦੇ ਨਾਲ ਤੇ ਸੁਣਾਵਾਂਗੇ ਗੱਲਬਾਤ ਤੇ ਬਹੁਤ ਬਹੁਤ ਵੀ ਧੰਨਵਾਦ ਹੈ ਜਿਨ੍ਹਾਂ ਜਿਨ੍ਹਾਂ ਨੇ ਵੀ ਕਾਲਰਾਂ ਨੇ ਇਸ ਕਾਲ ਦੇ ਵਿੱਚ ਕੀਤੀ ਕਾਲ ਤੇ ਕੀਤਾ ਇੰਜੋਏ ਤੇ ਕਰ ਦਵਾਂਗੇ ਗੱਲਬਾਤ ਤੇ ਅੱਗੇ ਦੀ ਵੀ ਗੱਲਬਾਤ ਜੋੜਾਂਗੇ ਤੇ ਆਪਣੇ ਵੀਰ ਦੇ ਨਾਲ ਤੇ ਸੁਣਾਵਾਂਗੇ ਗੱਲਬਾਤ ਤੇ ਬਹੁਤ ਬਹੁਤ ਵੀ ਧੰਨਵਾਦ ਹੈ ਜਿਨ੍ਹਾਂ ਜਿਨ੍ਹਾਂ ਨੇ ਵੀ ਕਾਲਰਾਂ ਨੇ ਇਸ ਕਾਲ ਦੇ ਵਿੱਚ ਕੀਤੀ ਕਾਲ ਤੇ ਕੀਤਾ ਇੰਜੋਏ ਤੇ ਬਾਕੀ ਆਪਾਂ ਹੁਣ ਸੌਂਗ ਭੋਰਾ ਨਾਕਾ ਸਾਰੀ ਛੱਡ ਗਈ ਕੀੜੇ ਪੈਣ ਕੇ ਮਰੇਗੀ ਸੱਪ ਲੜ ਕੇ ਜੇ ਮਿੱਤਰਾਂ ਦੀ ਹਾਂ ਲੱਗ ਗਈ ਉਹ ਕੀੜੇ ਪੈਣ ਕੇ ਮਰੇਗੀ ਸੱਪ ਲੜ ਕੇ ਜੇ ਬੈਲੀਆਂ ਦੀ ਹਾਂ ਲੱਗ ਗਈ ਖੰਨੇ ਤੋਂ ਨਾਲੇ ਸੀ ਬਰੇਲੀ ਤੋਂ ਨੇ ਆਇਆ ਚੁੰਮ ਕੇ ਅੱਧੀ ਰਾਤੀ ਮਿਲਦੀ ਸੀ ਕੰਧਾ ਟੱਪ ਕੇ ਬੱਕੀ ਚਿੱਤਰੀ ਦੇ ਵਾਂਗੂ ਮਾਰੇ ਡੁੰਮ ਕੇ ਬੱਕੀ ਚਿੱਤਰੀ ਦੇ ਵਾਂਗੂ ਮਾਰੇ ਡੁੰਮ ਕੇ ਹੁਣ ਦਿਨ ਚ ਪਛਾਣਨੋ ਵੀ ਭੁੱਲ ਗਈ ਨੀ
ਕੱਟ ਗਈ ਕੀੜੇ ਪੈਣ ਕੇ ਮਰੇਗੀ ਸੱਪ ਲੜ ਕੇ ਜੇ ਮਿੱਤਰਾਂ ਦੀ ਹਾਂ ਲੱਗ ਗਈ ਉਹ ਕੀੜੇ ਪੈਣ ਕੇ ਮਰੇਗੀ ਸੱਪ ਲੜ ਕੇ ਜੇ ਮਿੱਤਰਾਂ ਦੀ ਹਾਂ ਲੱਗ ਗਈ ਉਹ ਕੀੜੇ ਪੈਣ ਕੇ ਮਰੇਗੀ ਸੱਪ ਲੜ ਕੇ ਜੇ ਬੈਲੀਆਂ ਦੀ ਹਾਂ ਲੱਗ ਗਈ ਹੱਦ ਗਈ ਕੀੜੇ ਪੈਣ ਕੇ ਮਰੇਗੀ ਸੱਪ ਲੜ ਕੇ ਜੇ ਮਿੱਤਰਾਂ ਦੀ ਹਾਂ ਲੱਗ ਗਈ ਹੈਲੋ ਵੀ ਕਹਿੰਦੇ ਸਿਆਣੇ ਬੰਦੇ ਕਹਿੰਦੇ ਵੀ ਜਿਹੜਾ ਵੀ ਪਿੱਛੇ ਲੱਗ ਜਾਵੇ ਤੇ ਗੱਲਬਾਤ ਬਿਲਕੁਲ ਵੀਰ ਨੇ ਸੱਚ ਲਿਖਦਾ ਤੇ ਕਹਿੰਦੇ ਵੀ ਸੱਚ ਕਈਆਂ ਨੂੰ ਕੌੜਾ ਵੀ ਲੱਗਦਾ ਕਿਉਂ ਅਮਰ ਵੀਰੇ ਹਾਂਜੀ ਹਾਂਜੀ ਇਹ ਤਾਂ ਹੈ ਕਹਿੰਦੇ ਵੀ ਸੱਚ ਬੋਲਣਾ ਤਾਂ ਸੌਖਾ ਕੰਮ ਨੀ ਇਸ ਕਰਕੇ ਕੌੜਾ ਵੀ ਲੱਗਦਾ ਤੇ ਮਕਬੂਲੀਅਤ ਵੀ ਬਹੁਤ ਮਿਲਦੀ ਹੈ ਤੇ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਮੈਂ ਅਮਰ ਸਜਾਲਪੁਰੀ ਵੀਰ ਦਾ ਤੇ ਸਾਨੂੰ ਇੰਨਾ ਆਪਣੇ ਕੀਮਤੀ ਸਮੇਂ ਚ ਸਮਾਂ ਕੱਢ ਕੇ ਵੀਰ ਜੀ ਤੁਸੀਂ ਦਿੱਤਾ ਤੇ ਸਾਡੇ ਨਾਲ ਜੁੜੇ ਤੁਸੀਂ ਹਾਂਜੀ ਬਹੁਤ ਬਹੁਤ ਧੰਨਵਾਦ ਦੀ ਮੈਂ ਦੇਸੀ ਵਰਲਡ ਰੇਡੀਓ ਦਾ ਜਿਨ੍ਹਾਂ ਨੇ ਅੱਜ ਆਪਣੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਮੈਨੂੰ ਬਿਲਕੁਲ ਉਮੀਦ ਕਰਦੇ ਵੀਰ ਜੀ ਹੋਰ ਤਰੱਕੀ ਕਰੋ ਕਿ ਅੱਗੇ ਤੁਸੀਂ ਵੀ ਰੂਬਰੂ ਹੁੰਦੇ ਰਹੋਗੇ ਆਪਣੇ ਨਾਲ ਤੇ ਹਾਂਜੀ ਤੇ ਆਪਣੀ ਨਵੀਂ ਜਿਹੜਾ ਟਰੈਕ ਆ ਰਿਹਾ ਉਹਦੇ ਬਾਰੇ ਆਪਾਂ ਹੁਣ ਤੁਹਾਨੂੰ ਜਿੱਦਾਂ ਕਿ ਗੱਲ ਹੈ ਸਰਪ੍ਰਾਈਜ਼ ਹੈ ਆਪਣੇ ਸਾਰੇ ਲਿਸਨਰਸ ਲਈ ਤੇ ਉਹਦੇ ਬਾਰੇ ਕੋਈ ਇਨਫੋਰਮੇਸ਼ਨ ਹੈ ਤੇ ਜਿੱਦਾਂ ਵੀ ਆਪਣਾ ਕਿੱਧਰੋਂ ਆ ਰਿਹਾ ਤੇ ਕਦੋਂ ਰਿਲੀਜ਼ ਹੋ ਰਿਹਾ ਉਹਦੇ ਬਾਰੇ ਤੁਸੀਂ ਕੋਈ ਗੱਲਬਾਤ ਕਰਨੀ ਚਾਹੋ ਤਾਂ ਹੁਣ ਦੱਸ ਸਕਦੇ ਹਾਂਜੀ ਸੌਂਗ ਦਾ ਟਾਈਟਲ ਹੈ ਦੱਸ ਕੀ ਕਰਾਂ ਅੱਛਾ ਜੀ ਤੇ ਰੋਮਾਂਟਿਕ ਟਰੈਕ ਹੈ ਬਿਲਕੁਲ ਬਾਕੀ ਸਾਰੀ ਇਨਫੋਰਮੇਸ਼ਨ ਫੇਸਬੁੱਕ ਤੇ ਅਪਡੇਟ ਕਰਾਂਗੇ ਹਜੇ ਵੀਡੀਓ ਵਗੈਰਾ ਤਾਂ ਹੋ ਗਿਆ ਸ਼ੂਟ ਹਾਂਜੀ ਹਾਂਜੀ ਤੇ ਬਸ ਜਲਦੀ ਹੀ ਟੀਜ਼ਰ ਵਗੈਰਾ ਵੀ ਇੱਕ ਦੋ ਵੀਕ ਦੇ ਵਿੱਚ ਹੋ ਜੂਗਾ ਅਪਲੋਡ ਤੇ ਬਿਲਕੁਲ ਮੈਂ ਵੀਰ ਜੀ ਤੁਹਾਨੂੰ ਦੱਸ ਦਿਆਂਗੇ ਆਪਾਂ ਫਿਰ ਸਾਨੂੰ ਜਦੋਂ ਵੀ ਤੁਸੀਂ ਆਪਣਾ ਟੀਜ਼ਰ ਕਰਨਾ ਹੋਇਆ ਮੈਨੂੰ ਜਾਂ ਤੁਸੀਂ ਦੇਸੀ ਵਰਲਡ ਚ ਮੈਸੇਜ ਮਾਰ ਸਕਦੇ ਤੇ ਆਪਾਂ ਜਰੂਰ ਪਲੇ ਕਰਾਂਗੇ ਤੁਹਾਡਾ ਟੀਜ਼ਰ ਤੇ ਆਪਾਂ ਕਰਦੇ ਆ ਧੰਨਵਾਦ ਤੇ ਆਪਣੇ ਨਾਲ ਜੁੜੇ ਨੇ ਵਾਹਿਦਪੁਰੀਆ ਰਵੀ ਜੀ ਤੇ ਇਹਨਾਂ ਦੀ ਇੱਕ ਫਰਮਾਇਸ਼ ਸੀਗੀ ਮੈਂ ਕਿਹਾ ਰਵੀ ਵੀਰ ਜੇ ਆਪੇ ਦੱਸ ਦੇਵੇਗਾ ਤਾਂ ਚੰਗੀ ਗੱਲ ਹੈ ਮੈਂ ਦੱਸਿਆ ਤਾਂ ਤੈਨੂੰ ਪਤਾ ਫਿਰ ਤਵੇ ਤੇ ਬਿਠਾ ਕੇ ਹੀ ਦੱਸਣਾ ਤੈਨੂੰ ਹੈਲੋ ਜੀ ਮੈਂ ਇਹਦੇ ਨਾਲ ਆਪੇ ਹੀ ਚੰਗਾ ਆ ਆਪੇ ਹੀ ਬੋਲ ਦੇਣਾ ਨਹੀਂ ਤਾਂ ਫਿਰ ਇੱਧਰ ਕੜਾ ਵੱਜ ਜਾਣਾ ਕਹਿੰਦੇ ਹੁੰਦੇ ਆ ਬੁਰਾ ਹਾਲ ਹੋ ਜਾਣਾ ਫਿਰ ਆਪਣਾ ਤਾਂ ਬੋਲਣ ਜੋਗਾ ਛੱਡਣਾ ਨੀ ਤੁਸੀਂ ਮੈਨੂੰ ਪਤਾ ਹੀ ਆ ਉਹ ਤਾਂ ਹੈਲੋ ਅਮਰ ਵੀਰੇ ਮੈਂ ਸੌ ਤੁਹਾਡਾ ਜਿਹੜਾ ਮੈਨੂੰ ਸਭ ਤੋਂ ਜਿਆਦਾ ਪਸੰਦ ਆ ਦਿਲ ਮਾਂਗੇ ਮੋਰ ਉਹਦੇ ਵਿੱਚ ਲਾਈਨਾਂ ਹੈ ਜਿਹੜੀਆਂ ਕਿ ਵਿਆਹ ਵਾਲਾ ਲੱਡੂ ਥਾਲੀ ਚ ਭੋਰਤਾ ਬਹੁਤ ਅੱਤ ਲੱਗਦੀ ਆ ਮੈਨੂੰ ਮੈਂ ਤਾਂ ਲਗਭਗ 50 ਤੋਂ ਜ਼ਿਆਦਾ ਵਾਰੀ ਆਪਣੀ ਫੇਸਬੁੱਕ ਤੇ ਸਟੇਟਸ ਪਾ ਚੁੱਕਾ ਆ ਤੇ ਹੁਣ ਇੱਕ ਵਾਰੀ ਤੁਹਾਡੇ ਕੋਲ ਬਸ ਉਹੀ ਵਾਲੀਆਂ ਲਾਈਨਾਂ ਇੱਕ ਵਾਰੀ ਸ਼ੇਅਰ ਕਰ ਦੋ ਆਪਣੀ ਜ਼ੁਬਾਨ ਤੇ ਲਾਈਵ ਉਹ ਫਿਰ ਤੀਜੀ ਨਾਲ ਮੇਲ ਕਰਾਇਆ ਸੱਚੇ ਰੱਬ ਨੇ ਭਟਕੇ ਨੂੰ ਸਿੱਧੇ ਰਾਹ ਪਾਇਆ ਸੱਚੇ ਰੱਬ ਨੇ ਸੋਚਿਆ ਸੀ ਉਹਦੇ ਨਾਲ ਵਿਆਹ ਕਰਵਾਉਂਗਾ ਜ਼ਿੰਦਗੀ ਦੇ ਬਚੇ ਸਾਲ ਉਹਦੇ ਨਾਲ ਬਿਤਾਉਂਗਾ ਉਹਦੇ ਮਾਪਿਆਂ ਨੇ ਨਾ ਤਾਂ ਉਹਦਾ ਹੋਰ ਕਿਤੇ ਜੋੜਤਾ ਉਹ ਮੇਰੇ ਵਿਆਹ ਵਾਲਾ ਲੱਡੂ ਸਾਲਾ ਥਾਲੀ ਚ ਹੀ ਭੋਰਤਾ ਵਿਆਹ ਵਾਲਾ ਲੱਡੂ ਸਾਲਾ ਥਾਲੀ ਚ ਹੀ ਭੋਰਤਾ ਬਿਲਕੁਲ ਵੀਰ ਜੀ ਤੁਸੀਂ ਤਾਂ ਟਾਈਟਲ ਨਾਲੇ ਖੁਸ਼ ਕਰਤਾ ਸਾਨੂੰ ਤੇ ਮੈਂ ਕਿਹਾ ਇਹ ਵੀ ਐਕਸਕਲੂਸਿਵ ਹੈ ਮਿੱਤਰੋ ਦੇਸੀ ਵਰਲਡ ਤੇ ਲੱਗ ਗਿਆ ਤੈਨੂੰ ਪਤਾ ਤੇ ਧੰਨਵਾਦ ਕਰਦੇ ਆ ਵਾਹਿਦਪੁਰੀ ਰਵੀ ਦਾ ਜਿਨ੍ਹਾਂ ਕਰਕੇ ਆਪਣੇ ਨਾਲ ਗੱਲਬਾਤ ਹੋਈ ਅਮਰ ਸਜਾਲਪੁਰੀ ਵੀਰ ਦੀ ਤੇ ਬਹੁਤ ਬਹੁਤ ਵੀਰ ਜੀ ਤੁਹਾਡਾ ਧੰਨਵਾਦ ਹੈ ਵਾਹਿਦਪੁਰੀ ਰਵੀ ਜੀ ਜੁੜਨ ਲਈ ਤੇ ਵੀਰ ਨੂੰ ਸਾਡੇ ਨਾਲ ਜੋੜਨ ਲਈ ਬਸ ਕੋਈ ਨੀ ਮੈਂ ਤਾਂ ਪਹਿਲਾਂ ਆਪਣਾ ਮਗਾ ਫੇਵਰੇਟ ਸਿੰਗਰ ਲੈ ਕੇ ਆਊਂਗਾ ਮੈਂ ਬਾਕੀ ਦਾ ਹੁਣ ਬਾਅਦ ਚ ਸਾਰਿਆਂ ਨਾਲ ਕੰਟੈਕਟ ਕਰਦੇ ਆਪਾਂ ਕਿ ਜਲਦੀ ਜਲਦੀ ਰੂਬਰੂ ਕਰਾਏ ਜਾਣ ਸਾਰਿਆਂ ਨਾਲ ਤੇ ਸਾਰਿਆਂ ਚਾਹੁਣ ਵਾਲਿਆਂ ਨਾਲ ਬਿਲਕੁਲ ਜੀ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਰਵੀ ਜੀ ਇਜਾਜ਼ਤ ਲੈਣੇ ਆ ਤੁਹਾਡੇ ਤੋਂ ਹੁਣ ਕਿਉਂਕਿ ਆਪਾਂ ਵੀ ਸ਼ੋਅ ਦਾ ਟਾਈਮ ਹੋ ਗਿਆ ਤੇ ਅਮਰ ਸਜਾਲਪੁਰੀ ਵੀਰ ਦਾ ਧੰਨਵਾਦ ਕਰਨ ਤੋਂ ਬਾਅਦ ਫੇਰ ਆਪਣਾ ਇੱਕ ਬਿਨਾਂ ਧੰਨਵਾਦ ਵਾਲੇ ਵੀ ਆਪਣੇ ਵੀਰ ਹੈਗੇ ਆ ਉਹਨਾਂ ਨਾਲ ਵੀ ਕਰਦੇ ਆ ਤੇ ਚਲੋ ਫਿਰ ਇਜਾਜ਼ਤ ਦਿਓ ਰਵੀ ਜੀ
ਲੋ ਸਤਿ ਸ੍ਰੀ ਅਕਾਲ ਤੇ ਸਤਿ ਸ੍ਰੀ ਅਕਾਲ ਅਮਨ ਵੀਰੇ ਸਤਿ ਸ੍ਰੀ ਅਕਾਲ ਜੀ ਓਕੇ ਤੇ ਬੈਸਟ ਸੋਰੀ ਬਈ ਕਾਲ ਵਿੱਚ ਹੀ ਕੱਟ ਗਈ ਵੀਰ ਦੀ ਹਜੇ ਬੈਸਟ ਆਫ ਲੱਕ ਬੋਲੀ ਸੀ ਆਪਣੇ ਅਮਰ ਸਜਾਲਪੁਰੀ ਵੀਰ ਲਈ ਤੇ ਮੈਂ ਕਿਹਾ ਹਰਮਨਜੋਤ ਸਿੱਧੂ ਵੀ ਹਾਂਜੀ ਹਾਂਜੀ ਹਰਮਨਜੋਤ ਸਿੱਧੂ ਵੀਰ ਜੀ ਤੇ ਕਰੀਏ ਫਿਰ ਹੁਣ ਸਮਾਪਤੀ ਹਾਂਜੀ ਜਰੂਰ ਜੀ ਜਰੂਰ ਆਪਾਂ ਸਮਾਪਤੀ ਕਰ ਲੈਣੇ ਤੇ ਇੱਕ ਮੈਸੇਜ ਮੇਰੇ ਕੋਲ ਹੋਰ ਆ ਗਿਆ ਸੀ ਉਹ ਵੀ ਮੈਂ ਰੀਡ ਕਰਨਾ ਚਾਹੂੰਗਾ ਜੀ ਹਾਂਜੀ 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 ਮੇਰੇ ਕੋਲ ਮੈਸੇਜ ਆਇਆ ਸੀ ਅਮਨਦੀਪ ਸਿੰਘ ਗਿੱਲ ਜੀ ਦਾ ਮੈਸੇਜ ਆਇਆ ਸੀ ਮੇਰੇ ਕੋਲ ਇਹਨਾਂ ਨੇ ਵੀ ਯੂਕੇ ਤੋਂ ਮੈਸੇਜ ਕੀਤਾ ਜੀ ਕਹਿੰਦੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਦਿਓ ਜੀ ਅਮਰ ਬਾਈ ਜੀ ਨੂੰ ਤੇ ਕਹਿੰਦੇ ਜੀ ਮੈਂ ਤੁਹਾਡਾ ਪੂਰਾ ਸੁਣ ਰਿਹਾ ਇੰਟਰਵਿਊ ਜੀ ਬਹੁਤ ਵਧੀਆ ਲੱਗ ਰਿਹਾ ਹੈਗਾ ਤੁਸੀਂ ਅੱਜ ਲੈ ਕੇ ਆਏ ਜੀ ਕੁਛ ਨਵਾਂ ਕੀਤਾ ਰੇਡੀਓ ਦੇ ਉੱਤੇ ਤੇ ਬਿਲਕੁਲ ਜੀ ਤੁਹਾਡੇ ਸਭ ਦੇ ਲਈ ਆਪਾਂ ਅਮਰ ਬਾਈ ਜੀ ਨੂੰ ਸੱਦ ਕੇ ਲਿਆਂਦਾ ਤੁਹਾਡੇ ਸਭ ਦੇ ਲਈ ਤੇ ਕਹਿੰਦੇ ਜੀ ਤਾਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾ ਦਿੰਦੀ ਆ ਜੀ ਤੇ ਇੱਕ ਕਹਿੰਦੇ ਜੀ ਜਦੋਂ ਜਾਣ ਲੱਗੇ ਐਂਡ ਦੇ ਵਿੱਚ ਜੀ ਜਿਹੜਾ ਬੇਪਰਵਾਹ ਗਾਣਾ ਜੀ ਜੇ ਪੂਰਾ ਆਪਣੀ ਆਵਾਜ਼ ਦੇ ਵਿੱਚ ਸੁਣਾ ਸਕਣ ਤਾਂ ਸਵਾਦ ਆਜੂਗਾ ਲਾਈਵ ਕਹਿੰਦਾ ਜੀ ਮੈਂ ਤਾਂ ਰਿਕਾਰਡਿੰਗ ਕਰਨੀ ਆ ਲਾਈਵ ਦੀ ਤੇ ਹਾਂਜੀ ਇਹਨਾਂ ਨੂੰ ਜਾਣ ਲੱਗੇ ਜੀ ਆਪਾਂ ਸੁਣਾ ਕੇ ਜਰੂਰ ਜਾਣਾ ਬੇਪਰਵਾਹ ਜਦੋਂ ਆਪਾਂ ਸਮਾਪਤੀ ਕੀਤੀ ਹੁਣ ਪ੍ਰੋਗਰਾਮ ਦੀ ਤੇ ਬੇਪਰਵਾਹ ਹੀ ਕਰਨੀ ਆ ਤੇ ਆਪਾਂ ਆਨਲਾਈਨ ਬਿਲਕੁਲ ਜੀ ਪਲੇ ਜਰੂਰ ਕਰ ਜਾਂਗੇ ਬੇਪਰਵਾਹ ਸੌਂਗ ਪਰ ਆਪਾਂ ਹੁਣ ਜਿੱਦਾਂ ਕਿ ਪੂਰਾ ਲਾਈਵ ਤਾਂ ਹੁਣ ਪਤਾ ਨੀ ਕਿੰਨੇ ਕੁ ਵੀਰ ਦੀ ਰਿਕੁਐਸਟ ਲਈ ਆਪਾਂ ਉਹ ਕਰ ਸਕਦੇ ਪਰ ਮੈਂ ਅਮਰ ਸਜਾਲਪੁਰੀ ਵੀਰ ਨੇ ਪਹਿਲਾਂ ਹੀ ਕਿਹਾ ਵੀ 18 ਟੱਪੇ ਲਿਖੇ ਆ ਤੇ 3-4 ਤਾਂ ਅੱਜ ਨਵੇਂ ਸੁਣਾਏ ਦਿੱਤੇ ਤੇ ਬਈ ਵੀਰ ਜੀ ਜੇ ਤੁਸੀਂ ਫੇਰ ਨਾ ਖੇਚਲ ਮੰਨੋ ਤੇ 2 ਟੱਪੇ ਜੇ ਲਗਾਤਾਰ ਸੁਣਾ ਦੋ ਤੇ ਆਪਣੇ ਲਿਸਨਰ ਸਾਰਿਆਂ ਲਈ ਤੇ ਤੁਹਾਡੇ ਆਪਣੇ ਫੈਨਸ ਲਈ ਤਾਂ ਬਹੁਤ ਬਹੁਤ ਸ਼ੁਕਰੀਆ ਹੋਊਗਾ ਹਾਂਜੀ ਹਾਂਜੀ ਹੋਏ ਇਹਨੇ ਵੀ ਨਾ ਵੇ ਪਰਵਾਹ ਉਹ ਜਿਹੜਾ ਲੁੱਟ ਕੇ ਜ਼ਮਾਨਾ ਜਾਵੇ ਖਾ ਉਹ ਨੀ ਤੂੰ ਲੱਗੇ ਸੋਨ ਚਿੜੀ ਵਰਗੀ ਉਹ ਕਿਸੇ ਬਾਜ ਦੇ ਨਾ ਹੱਥ ਜਾਈਆਂ ਹੋਏ ਇਹਨੇ ਵੀ ਨਾ ਵੇ ਪਰਵਾਹ ਉਹ ਜਿਹੜਾ ਲੁੱਟ ਕੇ ਜ਼ਮਾਨਾ ਜਾਵੇ ਖਾ ਉਹ ਬਾਪੂ ਚਾਹੁੰਦਾ ਉਹਦੀ ਕੁਰਸੀ ਤੇ ਬੈਠੇ ਉਹਦਾ ਲਾਲ ਉਹ ਇਸ ਗੱਲ ਹੀ ਉੱਤੇ ਦੂਜੇ ਨੇ ਸੀ ਛੇੜਿਆ ਬਵਾਲ ਉਹ ਵੀ ਵੱਖਰੀ ਹੀ ਪਾਰਟੀ ਬਣਾ ਕੇ ਬਹਿ ਗਿਆ ਉਹ ਪਤਾ ਲੱਗਦਾ ਨਾ ਕਾਕਾ ਕਿਹੜੇ ਰਾਹੇ ਪੈ ਗਿਆ ਉਹ ਲਿਆ ਪੱਗ ਦਾ ਵੀ ਰੰਗ ਬਦਲਾ ਹੋਏ ਇਹਨੇ ਵੀ ਨਾ ਬੇਪਰਵਾਹ ਉਹ ਜਿਹੜਾ ਲੁੱਟ ਕੇ ਜ਼ਮਾਨਾ ਜਾਵੇ ਖਾ ਉਹ ਜੱਟ ਮਿਰਜ਼ੇ ਦੇ ਵਾਂਗਰਾਂ ਜੇ ਲਾਈਏ ਯਾਰੀਆਂ ਉਹ ਪੂਰੇ ਹੌਸਲੇ ਦੇ ਨਾਲ ਵੀ ਨਿਭਾਈਏ ਯਾਰੀਆਂ ਉਹ ਸੱਚ ਕਹਿੰਦੇ ਨੇ ਸਿਆਣੇ ਯਾਰੋ ਰੋਸਾ ਨਾ ਕਰੋ ਸਹਿਬਾ ਆਪਣੀ ਦਾ ਇੰਨਾ ਵੀ ਭਰੋਸਾ ਨਾ ਕਰੋ ਉਹ ਦਿੰਦੀ ਭਾਈਆਂ ਤੋਂ ਹੀ ਯਾਰ ਮਰਵਾ ਹੋਏ ਇਹਨੇ ਵੀ ਨਾ ਵੇ ਪਰਵਾ ਉਹ ਜਿਹੜਾ ਲੁੱਟ ਕੇ ਜ਼ਮਾਨਾ ਜਾਵੇ ਖਾ ਹੋਏ ਇਹਨੇ ਵੀ ਨਾ ਵੇ ਪਰਵਾ ਉਹ ਜਿਹੜਾ ਲੁੱਟ ਕੇ ਜ਼ਮਾਨਾ ਜਾਵੇ ਖਾ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਤੇ ਅਮਰ ਵੀਰ ਮੈਂ ਕਿਹਾ ਗੱਲਬਾਤ ਪੂਰੀ ਤੁਸੀਂ ਟਿਕਾਣੇ ਦੀ ਕੀਤੀ ਆ ਤੇ ਆਪਾਂ ਇਜਾਜ਼ਤਾਂ ਜਦੋਂ ਲੈਣੀਆਂ ਤੇ ਜਾਂਦੇ ਜਾਂਦੇ ਸੌਂਗ ਵੀ ਬਿਲਕੁਲ ਆਹੀ ਪਲੇ ਕਰਾਂਗੇ ਤੇ ਮੈਂ ਫੇਰ ਇੱਕ ਵਾਰੀ ਆਪਣੇ ਦੇਸੀ ਵਰਲਡ ਦੀ ਸਾਰੀ ਟੀਮ ਤੇ ਆਪਣੇ ਪਰਮਿੰਦਰ ਸੰਧੂ ਸਾਡੇ ਡਾਇਰੈਕਟਰ ਸਾਹਿਬ ਵੱਲੋਂ ਤੁਹਾਡਾ ਜੀ ਧੰਨਵਾਦ ਕਰ ਦਿੰਦਾ ਤੇ ਮੈਂ ਉਮੀਦ ਕਰਦਾ ਵੀ ਪਰਮਿੰਦਰ ਵੀਰ ਜੀ ਵੀ ਤੁਹਾਨੂੰ ਆਪਾਂ ਗੱਲਬਾਤ ਜ਼ਰੂਰ ਕਰਵਾ ਦੇਵਾਂਗੇ ਜਦੋਂ ਟਾਈਮ ਲੱਗਿਆ ਤੇ ਉਹਨਾਂ ਵੱਲੋਂ ਵੀ ਮੈਨੂੰ ਮੈਸੇਜ ਆ ਚੁੱਕਿਆ ਸੀ ਤੇ ਉਹ ਕਹਿੰਦੇ ਵੀ ਮੇਰੇ ਵੱਲੋਂ ਧੰਨਵਾਦ ਬਹੁਤ ਬਹੁਤ ਕਰ ਦਿਓ ਅਮਰ ਵੀਰ ਦਾ ਹਾਂਜੀ ਹਾਂਜੀ ਬਹੁਤ ਸ਼ੁਕਰੀਆ ਉਹਨਾਂ ਦਾ ਹਾਂਜੀ ਤੇ ਆਪਾਂ ਅਮਰਵੀਰ ਜੀ ਲੈਣੇ ਤੋਂ ਦਿਓ ਜਦ ਤੇ ਜਾਂਦੇ ਜਾਂਦੇ ਤੁਸੀਂ ਆਪਣੇ ਫੈਨਸ ਲਿਸਨਰ ਇਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਤਾਂ ਤੁਸੀਂ ਦੇ ਸਕਦੇ ਹੋ ਮੈਸੇਜ ਮੇਰਾ ਇਹੀ ਆ ਕਿ ਆਉਣ ਵਾਲੇ ਦਿਨਾਂ ਚ ਆ ਰਿਹਾ ਨਵਾਂ ਗੀਤ ਤੇ ਆਪਣੇ ਜੋ ਵੀ ਸੁਝਾਅ ਹੋਊਗੇ ਜਿੱਦਾਂ ਦਾ ਵੀ ਲੱਗਿਆ ਗੀਤ ਚੰਗਾ ਮਾੜਾ ਜ਼ਰੂਰ ਦੱਸਿਓ ਕਿਉਂਕਿ ਤੁਹਾਡੀ ਸਪੋਰਟ ਤੇ ਤੁਹਾਡੀਆਂ ਜੋ ਵੀ ਤੁਸੀਂ ਨੁਕਸ ਕੱਢਦੇ ਹੋ ਜਾਂ ਕੁਛ ਵੀ ਉਹਦੇ ਸਿਰ ਤੇ ਹੀ ਅਸੀਂ ਅੱਗੇ ਵੱਧਦੇ ਹਾਂ ਮੈਂ ਉਮੀਦ ਕਰਦਾ ਬਾਕੀ ਮੇਰੇ ਵੱਲੋਂ ਆਪਣਾ ਬੈਸਟ ਹੈ ਮੇਰੇ ਫੇਵਰੇਟ ਗੀਤਾਂ ਚੋਂ ਫਸਟ ਗੀਤ ਆ ਜਿਹੜਾ ਮੈਂ ਲੋਕਾਂ ਅੱਗੇ ਰੱਖ ਰਿਹਾ ਦੱਸ ਕੀ ਕਰਾਂ ਬਾਕੀ ਗਾਏ ਵਾਲੇ ਕਮਰਸ਼ੀਅਲ ਚੀਜ਼ਾਂ ਸੀ ਆਪਣੇ ਦਿਲ ਦੀ ਜੋ ਪਹਿਲਾ ਗੀਤ ਆ ਰਿਹਾ ਦੱਸ ਕੀ ਕਰਾਂ ਬਿਲਕੁਲ ਵੀਰ ਜੀ ਮੈਂ ਤੁਹਾਨੂੰ ਇਸ ਗੱਲ ਦੀ ਪੂਰੀ ਜਾਣੀ ਕਿ ਗਰੰਟੀ ਦੇ ਦਿੰਦਾ ਵੀ ਆਪਾਂ ਪਲੇ ਕਰਾਂਗੇ ਜਿੱਦਣ ਤੁਹਾਡਾ ਗਾਣਾ ਆਇਆ ਤੇ ਤੁਹਾਨੂੰ ਕੋਸ਼ਿਸ਼ ਕਰਾਂਗੇ ਵੀ ਫੀਡਬੈਕ ਤੁਹਾਨੂੰ ਸਾਰੀ ਲਿਸਨਰ ਦੀ ਸਾਡੇ ਕੋਲ ਕਿਉਂਕਿ ਆਨਲਾਈਨ ਸ਼ੋਅ ਕਰਦੇ ਆ ਜੀ ਆਪਾਂ ਰਿਕੁਐਸਟਾਂ ਵੀ ਆਉਂਦੀਆਂ ਤੇ ਫੀਡਬੈਕ ਵੀ ਸਾਨੂੰ ਨਾਲ ਦੀ ਨਾਲ ਆਉਂਦੀ ਰਹਿੰਦੀ ਹੈ ਮਦਦ ਕਰਾਂਗੇ ਪੂਰੀ ਜੀ ਫੀਡਬੈਕ ਪਹੁੰਚਾਉਣ ਦੇ ਵਿੱਚ ਹਾਂਜੀ ਬਾਕੀ ਫੇਸਬੁੱਕ ਵਗੈਰਾ ਤੇ ਸ਼ੇਅਰ ਜ਼ਰੂਰ ਕਰਿਓ ਗਾਹਾਂ ਤੋਂ ਗਾਹਾਂ ਬਿਲਕੁਲ ਜੀ ਓਫੀਸ਼ੀਅਲ ਪੇਜ ਤੇ ਆਪਣੇ ਤੇ ਹੋਊਗਾ ਜੀ ਸ਼ੇਅਰ ਤੇ ਕਰਾਂਗੇ ਅੱਗੇ ਤੋਂ ਅੱਗੇ ਗੱਲਬਾਤ ਤੇ ਹਰਮਨਜੋਤ ਸਿੱਧੂ ਵੀਰ ਜੀ ਤੁਸੀਂ ਵੀ ਮੈਂ ਕਿਹਾ ਬੁਲਾ ਦਿਓ ਫਤਿਹ ਵੀਰ ਨੂੰ
बिलकुल जी, मैं भी यही कहना चाहूंगा सेम जी, बहुत बहुत धन्यवाद कर दिया जी। फिर तुसी अज अपना कीमती समा कढ के साडे विच जुड़े जी, साडे नाल गलबात कीती, सांझे कीतियां, ते असीं इही अरदास करांगे वाहिगुरु अगे कि तुसी दिन दुगनी रात चौगनी तरक्की करो। ते इस याद नाल जी अज तुहाडा बहुत बहुत धन्यवाद करदे आं। ते आपां जी फिर कदे जे होई तां लोड़ पईदा जी फिर कदी दर्शन दुर्शन दिओ जी रेडियो ते, जदों तुहाडी एलबम आ गई नैक्सट आपां फिर लैके आवांगे, तुहानूं फिर लैके आवांगे जी नैक्सट एलबम ते फिर गलबात करांगे तुहाडे नाल इक वारी। कोई चक्कर नहीं भरा, बहुत बहुत शुक्रिया, जो मर्जी आवाज मार लियो आप वेले हाँ। ठीक है वीर जी, अमरवीर जी एक सुखी बाई का भी मैसेज आया सी, कहिंदे बहुत बहुत धन्यवाद है तुहाडा ते अमर सजालपुरी वीर दा जिन्होंने टाइम कढ़िया, ते मैं क्या मैसेज जरूर पहुंचा दिया तुहाडे तक। हाँ जी शुक्रिया जी सब दा, सब लिसनर दा जिन्होंने इंटरव्यू सुना। चलो ठीक है फिर मित्रों, आपां लैने आ तुहाडे तों इजाजत। मेरे नाल जुड़े सी शोच अमर सजालपुरी वीर जी इटली तों, ते जिन्हां ने तुहानूं 2 घंटे मनोरंजन कीता ते बहुत गल्लां बातां अपने बारे भी पता लगियां, किताबां कलाकारी या लेखनी दे गायकी दे खेतर च वीर ने अपने ने हुण तक जो भी नाम कमाया, आपां उम्मीद करदे आं वी इस तों पद्धर भी अपना उपर ही लेके जाणगे। ते वीर ने कहा अपने दिल दे नेड़े, ते पिछली एलबम तो अगे वाली एलबम जिहड़ी आउणगी ते उस तों उपर ही होगी। उम्मीद करदा तुसीं प्यार दिओगे अपने देसी वर्ल्ड रेडियो नूं जिद्दां तुसीं दिंदे हो, ते एदां ही दिंदे रहोगे। ते अमर सजालपुरी वीर नूं भी लो फिर मित्रों इजाजत दिओ, अपने दोस्त ते होस्ट अमरीक देओल, हरमनजोत सिद्धू, ते अपने अमर सजालपुरी जानी के तुहाडे स्टार नूं दिलां दीआं गल्लां सांझीआं कीतीआं अमर सजालपुरी ने साडे नाल, ते इस लई बहुत बहुत धन्नवाद भी कर चुके आपां बार बार। ते करो फिर मित्रों सब तो मकबूल गाना वीर दा तुहाडे लई प्ले कर रहे हैं जी, बेपरवाह होइए इन्ने भी ना बेपरवाह, जिहड़ा लुट के जमाना जावे खा। अज दा वैसे मैं बोलदा भी चंगा नहीं लगदा क्योंकि सुरां वाले सरताज जानी के जिन्हां ने आप गाया रहे सी, ते लो फिर करदे आं जी प्ले, ते इजाजतां दिओ अपने दोस्त होस्ट ते साडे नाल जुड़े अमर सजालपुरी वीर नूं। कल फेर मिलांगे जी इसे टाइम ते अगले हफ्ते जरूर लेके कोशिश करांगे किसी नूं आउण दी, ते तद तक लई मैं क्या फतेह हरमनजोत सिद्धू वीर। बिलकुल जी बिलकुल फतेह जी, फिर आपां हां जी हां जी, ते हरमनजीत सिद्धू वालों भी ते मेरे वालों भी बहुत बहुत धन्नवाद, ते जुड़े रहो अपने तुहाडे अपने देसी वर्ल्ड रेडियो दे नाल मित्रों, कहिंदे एदी चलांगे। ने भी ना वे परवाह ओ जेड़ा लुट के जमाना जावे खां, ने भी ना वे परवाह ओ जेड़ा लुट के जमाना जावे खां, नीतू लगे सोन चिड़ी वर्गी ओ नीतू लगे सोन चिड़ी वर्गी, किसे मौज दे ना हाथ जाइया ਜੋਰ ਦੀ ਤੇਜ਼ੋਰੀ ਓਏ